ਦੀਨਾ ਮੈਂ ਆਪਣੇ ਫਾਦਰ ਕੋਲ ਸਿੱਖਿਆ ਸੀ ਕਿਉਂਕਿ ਮੇਰੇ ਫਾਦਰ ਕੋਲ ਕੋਈ ਵੀ ਆਂਦਾ ਸੀ ਤੇ ਉਹ ਕਦੀ ਮੇਰੇ ਸਾਹਮਣੇ ਚਾਹੇ ਦੀ ਖਾਲੀਤ ਮੇਰੇ ਫਾਦਰ ਨੇ ਤੋੜਿਆ ਹੋਵੇ ਫਾਦਰ ਦੇ ਹੁੰਦੇ ਬਹੁਤ ਵਧੀਆ ਸੀ ਹਲੇ ਵੀ ਮੇਰੇ ਚਾਚੂ ਨੇ ਸਾਡਾ ਬਹੁਤ ਸਪੋਰਟ ਕੀਤਾ ਜਿਹੜੇ ਫੋਰਨ ਨੇ ਤੇ ਸਾਡੀ ਸਟੱਡੀ ਸਾਰੀ ਉਹਨਾਂ ਨੇ ਕਰਵਾਈ ਮੈਂ ਜਰਨਲਿਜ਼ਮ ਕੀਤੀ ਰਹੀ ਐ ਬੈਚਲਰਸ ਵੀ ਐ ਗ੍ਰੈਜੂਏਸ਼ਨ ਐ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੋਈ ਐ ਤੇ ਜਿਹੜੀ ਫੀ ਵਗੈਰਾ ਮੇਰੇ ਸਾਰੇ ਚਾਚੂ ਭੀ ਕਰਦੇ ਸੀ ਪਰ ਉਤ ਤੋਂ ਬਾਅਦ ਸੇ ਮੈਨੂੰ ਹੋਇਆ ਕਿ ਮੈਂ ਬਲੱਡ ਦੇਣਾ ਆ ਬਲੱਡ ਚੋਰੀ ਦਿੰਦੀ ਸੀ ਘਰ ਦੇ ਤਾਂ ਉਹ ਤੋਂ ਇਲਾਵਾ ਇੱਕ ਦੋ ਜਗ੍ਹਾ ਗਈ ਬਟ ਮੈਨੂੰ ਨਾ ਮੇਰੇ ਕੋ ਪੇਮੈਂਟ ਸੈਲਰੀ ਨਹੀਂ ਮੰਗ ਹੁੰਦੀ ਆਪਣੀ ਅੱਛਾ ਤੇ ਜਦੋਂ ਮਤਲਬ 2-3 ਮਹੀਨੇ ਦੀ ਸੈਲਰੀ ਲਈ ਛੋੜ ਦਿੱਤਾ ਬਹੁਤ ਇਜ਼ਾ ਛੱਡੀਆਂ ਲਾਈਫ ਚ ਕਿ ਹਾਂ ਇੱਥੇ ਆ ਸ਼ਾਇਦ ਮੈਂ ਥੋੜੀ ਦੇਰ ਹੋਰ ਕੰਟੀਨਿਊ ਕਰਦੀ ਤੇ ਮੈਨੂੰ ਸੈਲਰੀ ਮਿਲ ਜਾਂਦੀ ਬਟ ਮੇਰੀ ਜੋ ਸੈਲਰੀ ਫਸਟ ਮਨ ਲੱਗੀ ਸੀ ਤਾਂ ਮੈਨੂੰ ਨਹੀਂ ਦਿੱਤੀ ਇਸ ਮੈਂ ਛੋੜ ਦਿੰਦੀ ਸੀ ਸਿਰਫ ਇੱਕ ਐਵਾਰਡ ਹੈ ਜਿਹੜਾ ਮੈਂ 4 ਸਾਲਾਂ ਤੋਂ ਬਿਨਾ ਪ੍ਰੋਫਿਟ ਤੋਂ ਚੱਲ ਰਿਹਾ ਹੈ ਮੇਰਾ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਦਵਿੰਦਰ ਮੰਡ ਮੇਰੇ ਨਾਲ ਨੇ ਹਰ ਵਰਦੀ ਤਰ੍ਹਾਂ ਪੂਜਾ ਸੰਧੂ ਜੀ ਤੇ ਅਸੀਂ ਦੋਵੇਂ ਇੱਕ ਵਾਰ ਫਿਰ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਗੱਲ ਪੰਜਾਬ ਦੀ ਸਤਿ ਸ਼੍ਰੀ ਅਕਾਲ ਪੂਜਾ ਜੀ ਸਤਿ ਸ਼੍ਰੀ ਅਕਾਲ ਦਵਿੰਦਰ ਕਿਵੇਂ ਹੋ ਬਹੁਤ ਵਧੀਆ ਠੀਕ ਠਾਕ ਚੜ੍ਹਦੀ ਕਲਾ ਪੂਜਾ ਜੀ ਦੇਖੋ ਪਰ ਇਹ ਸਾਡਾ ਜਿਹੜਾ ਹੈ ਨਾ ਪੂਰਾ ਇਹ ਸਮਾਜ ਹੈ ਤੇ ਪੂਰੀ ਦੁਨੀਆ ਹੈ ਇਹਨੂੰ ਪਰਮਾਤਮਾ ਚਲਾ ਰਿਹਾ ਬਿਲਕੁਲ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਕਿ ਇਸ ਦੁਨੀਆ ਦੇ ਅੰਦਰ ਕਈ ਐਸੇ ਲੋਕ ਵੀ ਨੇ ਜਿਹੜੇ ਸੰਸਥਾ ਹੁੰਦੀ ਉਹਨਾਂ ਦੀ ਤੇ ਸੰਸਥਾ ਦੇ ਰੂਪ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਨੇ ਜੀ ਇਹ ਗੱਲ ਹੈ ਤੇ ਅਸੀਂ ਇਹ ਵੀ ਬੜੀ ਵਾਰ ਦੇਖਿਆ ਹੈ ਕਿ ਅਕਸਰ ਲੋਕਾਂ ਦਾ ਸੁਪਨਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ ਤੇ ਸਾਡੇ ਵੀ ਬਹੁਤ ਸਾਰੇ ਸੁਪਨੇ ਨੇ ਹੈਨਾ ਤੇ ਸੁਪਨੇ ਇਦਾਂ ਹੁੰਦੇ ਨੇ ਕਿ ਸਾਨੂੰ ਆਪਣਾ ਘਰ ਚਾਹੀਦਾ ਹੈ ਸਾਡਾ ਚੰਗਾ ਪਰਿਵਾਰ ਹੋਵੇ ਸਿਹਤ ਚੰਗੀ ਹੋਵੇ ਚੰਗੀ ਕਮਾਈ ਹੋਵੇ ਤੇ ਅਸੀਂ ਜਿਹੜੀ ਸਾਨੂੰ ਜ਼ਿੰਦਗੀ ਮਿਲਦੀ ਐ ਅਸੀਂ ਉਹਦੇ ਬਾਰੇ ਬਹੁਤ ਕੁਝ ਪਲਾਨ ਕਰਦੇ ਆਂ ਤੇ ਉਹਦੇ ਬਾਰੇ ਬਹੁਤ ਕੁਝ ਸੋਚਦੇ ਆਂ ਤੇ ਪਰ ਬਹੁਤ ਘੱਟ ਲੋਕ ਇਦਾਂ ਦੇ ਹੁੰਦੇ ਨੇ ਦਵਿੰਦਰ ਜੀ ਜਿਹੜੇ ਕਿ ਦੂਸਰੇ ਦੀ ਜ਼ਿੰਦਗੀ ਦੇ ਬਾਰੇ ਜ਼ਿਆਦਾ ਸੋਚਦੇ ਨੇ ਤੇ ਇਦਾਂ ਦੀਆਂ ਹੀ ਮਿਸਾਲਾਂ ਜੜੀਆਂ ਨੇ ਸਾਡੀ ਸਮਾਜ ਦੇ ਵਿੱਚ ਪਾਈਆਂ ਜਾਂਦੀਆਂ ਨੇ ਤੇ ਸਾਡੇ ਸਮਾਜ ਦੇ ਵਿੱਚ ਇਦਾਂ ਦੇ ਲੋਕ ਹਜੇ ਵੀ ਨਹੀਂ ਜਿਹੜੇ ਕਿ ਦੂਸਰਿਆਂ ਦੇ ਬਾਰੇ ਸੋਚਦੇ ਨੇ ਤੇ ਅੱਜ ਦੇ ਸਾਡੇ ਮਹਿਮਾਨ ਵੀ ਕੁਝ ਇਸ ਤਰ੍ਹਾਂ ਦੇ ਹੀ ਨੇ ਔਰ ਆਪਾਂ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਦਾ ਸਵਾਗਤ ਕਰਦੇ ਆਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤ੍ਰਿਸ਼ਲਾ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਾਡੇ ਨਾਲ ਤ੍ਰਿਸ਼ਲਾ ਜੀ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ ਥੈਲੇਸੀਮੀਆ ਦੇ ਜਿੰਨੇ ਵੀ ਪੇਸ਼ੈਂਟ ਨੇ ਉਹਨਾਂ ਨੂੰ ਦੇਖਦੇ ਨੇ ਬੱਚਿਆਂ ਨੂੰ ਅਡਾਪਟ ਕੀਤਾ ਹੋਇਆ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਇਹਨਾਂ ਦੇ ਬਾਰੇ ਨੇ ਜਾਣਨ ਵਾਸਤੇ ਪਰ ਆਪਾਂ ਸਾਰਾ ਕੁਝ ਇੱਕ ਵਾਰ ਚੜੀ ਦੱਸਾ ਗਿਆ ਹੌਲੀ ਹੌਲੀ ਇਹਨਾਂ ਦੀ ਜ਼ੁਬਾਨੀ ਵੀ ਇਹਨਾਂ ਦੀ ਕਹਾਣੀ ਸੁਣਾਵਾਂਗੇ ਤੇ ਤ੍ਰਿਸ਼ਲਾ ਜੀ ਸਭ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਦੇ ਆਂ ਤੁਹਾਡੇ ਬਚਪਨ ਦੀ ਕੀ ਤੁਹਾਡਾ ਬਚਪਨ ਕਿਵੇਂ ਗੁਜ਼ਰਿਆ ਅ ਮੇਰਾ ਬਚਪਨ ਤਾਂ ਬਹੁਤ ਵਧੀਆ ਰਿਹਾ ਮੈਂ ਸੇਵਾ ਦਾ ਮੈਨੂੰ ਬਚਪਨ ਤੋਂ ਹੀ ਸੀਗਾ ਕਿ ਮੈਂ ਕੋਈ ਘਰ ਬਣਾਵਾ ਜਾਂ ਕੋਈ ਖਾਨ ਰੋਟੀ ਦੀ ਇੱਧਰ ਹੀ ਜਗ੍ਹਾ ਬਣਾਵਾ ਜਿੱਥੇ ਕੋਈ ਭੁੱਖਾ ਨਾ ਜਾ ਸਕੇ ਇਹ ਦੋ ਮੈਂ ਬਚਪਨ ਜਪਨੇ ਸੋਚੇ ਸੀ ਤੇ ਘਰ ਬਣਾਉਣ ਦਾ ਸੁਪਨਾ ਹਲੇ ਵੀ ਹੈਗਾ ਆ ਕਿ ਬਣਾਉਣਾ ਹੈ ਰੋਟੀ ਬੈਂਕ ਦਾ ਹਲੇ ਸਲੋਲੀ ਉਹ ਵੀ ਪ੍ਰੋਸੈਸ 'ਚ ਦੇਖਾਂਗੇ ਕਿ ਦੋਨੋਂ ਸੁਪਨੇ ਮੈਂ ਪੂਰੇ ਕਰ ਸਾਂ ਪਰ ਇੱਕਦਮ ਥੈਲੇਸੀਮੀਆ ਜਿਹੜਾ ਵਾ ਉੱਥੋਂ ਮੇਰੀ ਸਟਾਰਟਿੰਗ ਹੋਈ ਕਿ ਐਨ ਜੀਓ ਮੈਂ ਉੱਥੋਂ ਸਟਾਰਟ ਸੋਚਿਆ ਲੈਨ ਦੇਣਾ ਮੈਂ ਆਪਣੇ ਫਾਦਰ ਕੋਲ ਸਿੱਖਿਆ ਸੀ ਕਿਉਂਕਿ ਮੇਰੇ ਫਾਦਰ ਕੋਲ ਕੋਈ ਵੀ ਆਂਦਾ ਸੀ ਤੇ ਉਹ ਕਦੀ ਮੇਰੇ ਸਾਹਮਣੇ ਚਾਹ ਹੀ ਖਾਲੀ ਹਤ ਮੇਰੇ ਫਾਦਰ ਨੇ ਤੋੜਿਆ ਹੋਵੇ ਉੱਥੇ ਵੀ ਇਹ ਸੋਚ ਆਈ ਕਿ ਮੈਂ ਕੁਝ ਕਰਨਾ ਹੈ ਅਲੱਗ ਕਰਨਾ ਹੈ ਟੀਵੀ ਤੇ ਹਾਂ ਤੇ ਮੇਰਾ ਬੜਾ ਸੁਪਨਾ ਸੀਗਾ ਛੋਟੇ ਹੁੰਦੇ ਤਾਈ ਪਰ ਕੀ ਇੰਟਰਵਿਊਜ਼ ਲਵਾਂਗੀ ਪਰ ਐ ਨਹੀਂ ਸੋਚਿਆ ਸੀ ਕਦੀ ਦੇਣ ਦਾ ਮੌਕਾ ਵੀ ਲੱਗੂਗਾ ਮੇਰਾ ਬਹੁਤ ਸੁਪਨਾ ਸੀ ਕਿ ਮੈਂ ਟੀਵੀ ਜਾਣਾ ਮੈਂ ਜਰਨਲਿਜ਼ਮ ਦਾ ਕੋਰਸ ਵੀ ਸ਼ਾਇਦ ਐਸੀ ਕਰਕੇ ਲਿਆ ਸੀਗਾ ਕਿ ਮੈਂ ਹਾਂ ਟੀਵੀ ਤੇ ਆਣਾ ਅੱਛਾ ਤੇ ਜਦੋਂ ਬਚਪਨ ਦੇ ਵਿੱਚ ਫਿਰ ਤੁਸੀਂ ਸਟੱਡੀ ਕਰਦੇ ਰਹੇ ਤੇ ਫਾਦਰ ਸਾਹਿਬ ਕਿਸ ਤਰੀਕੇ ਦੇ ਨਾਲ ਕੋਈ ਸੋਸ਼ਲ ਵਰਕ ਦੇ ਵਿੱਚ ਸੀਗੇ ਜਾਂ ਫਿਰ ਕੋਈ ਆਪਣਾ ਬਿਜ਼ਨਸ ਸੀ ਨਹੀਂ ਸਾਡੀ ਆਪਣੀ ਦੁਕਾਨ ਸੀਗੀ ਪਹਿਲਾਂ ਮੇਰੇ ਫਾਦਰ ਟੇਲਰ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਦੁੱਧ ਵਗੈਰਾ ਦਾ ਕੰਮ ਸਟਾਰਟ ਕਰ ਲਿਆ ਸੀ ਤੇ ਉਦਾਂ ਹੀ ਉਹਨਾਂ ਕੋਲ ਕੋਈ ਵੀ ਆਂਦਾ ਸੀ ਨਾ ਮਤਲਬ ਦਿੰਦੇ ਹੀ ਸੀਗੇ ਜੀ ਆ ਨਹੀਂ ਸੀਗਾ ਕਿ ਕੋਈ ਮੰਗਣ ਵੀ ਆ ਗਿਆ ਹੂੰ ਤੇ ਜਿਹਨੇ ਕਿੱਥੇ ਜਾਣਾ ਵੈ ਕੰਬਲ ਮੰਗ ਲਿਆ ਜਾਂ ਕੁਝ ਵੀ ਚੱਦਰ ਵਗੈਰਾ ਕੋਈ ਵੀ ਖਾਣ ਪੀਣ ਦਾ ਕਦੀ ਉਹਨਾਂ ਨੇ ਮਨਾਂ ਨਹੀਂ ਕੀਤਾ ਸੀ ਤੇ ਸਾਨੂੰ ਉਹ ਚੀਜ਼ ਬੜੀ ਇਨਸਪਾਇਰ ਕਰਦੀ ਸੀ ਕਿ ਆਪਾਂ ਉਹ ਦੇਣਾ ਮਤਲਬ ਦੇਹੀ ਹੀ ਰੱਬ ਲੈਣ ਵਾਲਿਆਂ ਚ ਨਾ ਰੱਖੇ ਕਿ ਦੇਣਾ ਹੀ ਹੋਵੇ ਹੂੰ ਮੈਮ ਤੁਹਾਡੇ ਪਰਿਵਾਰ ਦੀ ਗੱਲ ਕਰਦੇ ਹਾਂ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਫਾਦਰ ਤਾਂ ਨਹੀਂ ਹੈਗੇ ਹੁਣ 2007 ਉਹ ਐਕਸਪਾਇਰ ਕਰ ਗਏ ਸੀ ਹੁਣ ਮੇਰੇ ਦਾਦੀ ਜੀ ਨੇ ਬ੍ਰਦਰ ਸਿਸਟਰ ਤੇ ਮੰਮਾ ਨੇ ਚਾਚੂ ਹੈਗੇ ਨੇ ਕੋਈ ਇੱਕ ਫੋਰਨ ਹੈ ਦੋ ਘਰ ਤਿੰਨ ਘਰ ਚ ਰਹਿੰਦੇ ਨੇ ਇਹ ਜੁਆਇੰਟ ਫੈਮਿਲੀ ਹੈ ਮੇਰੀ ਤੇ ਫਿਰ ਬਚਪਨ ਦੇ ਵਿੱਚ ਜਦੋਂ ਫਾਦਰ ਸਾਹਿਬ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਤਾਂ ਬਹੁਤ ਮੁਸ਼ਕਲ ਆਈਆਂ ਹੋਣਗੀਆਂ ਕਿਉਂਕਿ ਪਰਿਵਾਰ ਨੂੰ ਸੰਭਾਲਣਾ ਫਿਰ ਔਰ ਘਰ ਦੇ ਵਿੱਚ ਕੁੜੀਆਂ ਵੀ ਨੇ ਨਾ ਤੇ ਬੱਚੇ ਵੀ ਇਦਾਂ ਛੱਡ ਕੇ ਚਲੇ ਜਾਣਾ ਤੇ ਬੜਾ ਔਖਾ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਕਿੱਦਾਂ ਦੀ ਰਹੀ ਲਾਈਫ ਲਾਈਫ ਫਾਦਰ ਦੇ ਹੁੰਦੇ ਬਹੁਤ ਵਧੀਆ ਸੀ ਹਲੇ ਵੀ ਮੇਰੇ ਚਾਚੂ ਨੇ ਸਾਡਾ ਬਹੁਤ ਸਪੋਰਟ ਕੀਤਾ ਜਿਹੜੇ ਫੋਰਨ ਨੇ ਤੇ ਸਾਡੀ ਸਟੱਡੀ ਸਾਰੀ ਉਹਨਾਂ ਨੇ ਕਰਵਾਈ ਮੈਨੂੰ ਮੈਂ ਜਰਨਲਿਜ਼ਮ ਕੀਤੀ ਹੋਈ ਹੈ ਬੈਚਲਰਸ ਵੀ ਆ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੋਈ ਹੈ ਤੇ ਜਿਹੜੀ ਫੀ ਵਗੈਰਾ ਮੇਰੇ ਸਾਰੇ ਚਾਚੂ ਪੇ ਕਰਦੇ ਸੀ ਤੇ ਉਹਨਾਂ ਨੇ ਮਤਲਬ ਇਸ ਚੀਜ਼ ਤੇ ਕਦੀ ਪਿੱਛੇ ਨਹੀਂ ਹਟੇ ਸਾਡੇ ਲਈ ਸਾਡੇ ਫਾਦਰ ਦੇ ਰੂਪ ਚ ਉਹੀ ਸਾਡੇ ਨਾਲ ਸਟੈਂਡ ਲਿਆ ਉਹਨਾਂ ਨੇ ਸਭ ਤੋਂ ਜ਼ਿਆਦਾ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਕਿ ਪਰਿਵਾਰਾਂ ਦੇ ਵਿੱਚ ਬਣਦੀ ਨਹੀਂ ਬਿਲਕੁਲ ਇਹ ਗੱਲ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਇੰਨੀ ਮਦਦ ਕਰਨਾ ਇੱਕ ਆਪਣੇ ਆਪ ਚ ਮਿਸਾਲ ਹੈ ਪਰ ਉਹ ਕਹਿੰਦੇ ਹੁੰਦੇ ਨੇ ਕਿ ਕੁਦਰਤ ਜਿਹੜੀ ਹੈ ਨਾ ਕੋਈ ਨਾ ਕੋਈ ਹਿੱਲਾ ਵਸੀਲਾ ਕਰ ਹੀ ਦਿੰਦੀ ਹੈ ਹਨਾ ਤੇ ਫਿਰ ਤੁਸੀਂ ਜਿਹੜੀ ਜਰਨਲਿਜ਼ਮ ਦੀ ਪੜਾਈ ਕੀਤੀ ਹੈ ਤੇ ਜਰਨਲਿਜ਼ਮ ਦੀ ਪੜ੍ਹਾਈ ਕਰਕੇ ਫਿਰ ਬਿਲਕੁਲ ਹੀ ਇਸ ਸਾਈਡ ਦੇ ਆ ਜਾਣਾ ਮੈਮ ਜਦੋਂ ਮਾਸਟਰਸ ਕਰ ਰਹੀ ਸੀ ਮੈਨੂੰ ਨਾ ਸ਼ੁਰੂ ਤੋਂ ਬਲੱਡ ਦੇਣ ਦਾ ਵੀ ਬੜਾ ਸ਼ੌਂਕ ਸੀ ਕਿਉਂਕਿ ਇੱਕ ਟਾਈਮ ਇਦਾਂ ਰਵ ਸੀ ਸਾਡੀ ਲਾਈ ਵਿੱਚ ਕਿਸਾਨ ਦੀ ਫੈਮਿਲੀ ਵਿੱਚ ਕਿਸ ਨੂੰ ਬਲੱਡ ਚਾਹੀਦਾ ਸੀ ਤੇ ਕਿਸੇ ਤਰੀਕੇ ਮੈਂ ਉਦੋਂ ਦੇ ਵੀ ਚੁੱਕੀ ਸੀ ਪਰ ਫਿਰ ਵੀ ਡਰ ਸੀਗਾ ਪਰ ਮੇਰੇ ਉਹਨਾਂ ਨੇ ਰਿਜੈਕਟ ਕਰਤਾ ਕਿਸੇ ਰੀਜ਼ਨ ਤੋਂ ਤੇ ਉਹ ਪਰਸਨ ਸਾਡੇ ਵਿੱਚ ਨਹੀਂ ਆ ਹੁਣ ਬਹੁਤ ਖਾਂ ਕਲੋਜ਼ ਸੀ ਮੇਰੇ ਤੇ ਪਰ ਉਤ ਤੋਂ ਬਾਅਦ ਸੇ ਮੈਨੂੰ ਹੋਇਆ ਕਿ ਮੈਂ ਬਲੱਡ ਦੇਣਾ ਆ ਉਹ ਬਲੱਡ ਚੋਰੀ ਦਿੰਦੀ ਸੀ ਘਰ ਦੇ ਤਾਂ ਕਿਉਂਕਿ ਸਭ ਨੂੰ ਲੱਗਦਾ ਸੀ ਕਿ ਹਾਂ ਬਲੱਡ ਦੇਣਾ ਕੋਈ ਦਿੱਕਤ ਆਏਗੀ ਆ ਫਿਰ ਤਾਂ ਤੇ ਮੈਂ 16 ਟਾਈਮਸ ਬਲੱਡ ਦੇ ਚੁੱਕੀ ਆ ਹਾਂ ਹਾਂਜੀ ਬਲੱਡ ਵੀ ਤੇ ਐਸਡੀ ਵੀ ਸੈਲਸ ਵੀ ਦਿੰਦੀ ਆ ਮੈਂ ਤੇ ਮੈਨੂੰ ਕਦੀ ਕੋਈ ਦਿੱਕਤ ਨਹੀਂ ਆਈ ਤੇ ਉਤ ਤੋਂ ਬਾਅਦ ਜਿੱਦਾਂ ਮੇਰੇ ਫੈਮਿਲੀ ਤੋਂ ਹੋਰ ਕੋਈ ਬਲੱਡ ਨਹੀਂ ਦਿੰਦਾ ਚਾਚੂ ਲੋਗ ਦਿੰਦੇ ਨੇ ਜੇ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਤੁਹਾਡੇ ਪਰਿਵਾਰ ਨੂੰ ਹੁਣ ਪਤਾ ਕਿ ਤੁਸੀਂ ਬਲੱਡ ਦਿੰਦੇ ਹੋ ਹਾਂਜੀ ਹੁਣ ਮੈਂ ਦੱਸ ਦਿੰਦੀ ਹਾਂ ਪਰ ਉਸ ਟਾਈਮ ਜਾਣ ਲੱਗੇ ਨਹੀਂ ਦੱਸਦੀ ਆ ਕੇ ਦੱਸਦੀ ਹਾਂ ਕਿ ਮੈਂ ਹੁਣ ਬਲੱਡ ਦੇ ਆਇਆ ਰੋਕਦੇ ਹੁਣੇ ਨਾ ਹੁਣ ਹੁਣ ਨਹੀਂ ਰੋਕਦੇ ਪਹਿਲਾਂ ਸੀਗਾ ਜੀ ਕਿਉਂਕਿ ਸਾਡੇ ਘਰ ਦੇ ਫਿਰ ਸਾਨੂੰ ਸਪੋਰਟ ਕਰ ਜਾਂਦੇ ਜਿਹੜੇ ਲੋਕ ਹੁੰਦੇ ਨਾ ਉਹ ਟੰਗਾ ਕਿੱਤਣ ਵਾਲੇ ਜ਼ਿਆਦਾ ਹੁੰਦੇ ਨੇ ਹਮ ਤੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਤੁਸੀਂ ਬਲੱਡ ਦੇਣਾ ਸ਼ੁਰੂ ਕਰ ਦਿੱਤਾ ਸੀ ਮੈਂ ਸ਼ਾਇਦ 19 ਦੀ ਸੀ ਜਦੋਂ ਮੈਂ ਕਾਲਜ ਚ ਫਸਟ ਟਾਈਮ ਕੀਤਾ ਸੀ ਗ੍ਰੈਜੂਏਸ਼ਨ ਕਰ ਰਹੀ ਸੀ ਉਦੋਂ ਦਿੱਤਾ ਸੀ ਦੁਆਬਾ ਕਾਲਜ ਕੁਝ ਕਾਲਜ ਦੇ ਬਾਰੇ ਦੱਸੋ ਆਪਾਂ ਸਾਰੀ ਗੱਲਬਾਤ ਕਰਾਂਗੇ ਜਿਹੜੀ ਸੰਸਥਾ ਤੁਸੀਂ ਚਲਾ ਰਹੇ ਹੋ ਐਨ ਜੀਓ ਦੇ ਵਿੱਚ ਕੰਮ ਕਰ ਰਹੇ ਹੋ ਉਹ ਵੀ ਗੱਲ ਕਰਾਂਗੇ ਪਹਿਲਾਂ ਤੁਹਾਡੀ ਲਾਈਫ ਤੇ ਆਉਨੇ ਕਿਉਂਕਿ ਇੱਕ ਹਰ ਇੱਕ ਦਾ ਆਪਣਾ ਆਪਣਾ ਸੁਪਨਾ ਹੁੰਦਾ ਨਾ ਕਿ ਮੈਂ ਆ ਕਰਨਾ ਹੈ ਮੈਂ ਆ ਕਰਨਾ ਹੈ ਪਰ ਕੁਦਰਤ ਨੇ ਕੁਝ ਹੋਰ ਹੀ ਸੋਚਿਆ ਹੁੰਦਾ ਆ ਸਾਡੀ ਜਿਹੜੀ ਡਿਊਟੀ ਹੈ ਕਿਤੇ ਲੱਗ ਜਾਂਦੀ ਹੈ ਉਹ ਸਾਨੂੰ ਵੀ ਨਹੀਂ ਪਤਾ ਲੱਗਦਾ ਸਹੀ ਗੱਲ ਮੈਂ ਬਹੁਤ ਆਪਣੇ ਆਪ ਨੂੰ ਬlesed ਸਮਝਦੀ ਹਾਂ ਕਿ ਮੈਂ ਇਸ ਫੀਲਡ 'ਚ ਆਈ ਕਿਉਂਕਿ ਮੈਂ ਉਹਨਾਂ ਬੱਚਿਆਂ ਲਈ ਕਰ ਰਹੀ ਹਾਂ ਕਿ ਸ਼ਾਇਦ ਰੱਬ ਨੇ ਪਤਾ ਨਹੀਂ ਕੀ ਸੋਚ ਕੇ ਮੈਨੂੰ ਇੱਥੇ ਸੇਵਾ ਲਈ ਹੈ ਬਟ ਮੈਂ ਖੁਸ਼ ਹਾਂ ਉਹਨਾਂ ਨੂੰ ਕਰਕੇ ਕਿਉਂਕਿ ਚਾਹੇ ਉਹ ਕਈ ਵਾਰ ਪੇਰੈਂਟਸ ਨਹੀਂ ਸਮਝ ਪਾਉਂਦੇ ਬਟ ਉਹ ਬੱਚੇ ਸਮਝਦੇ ਤੇ ਉਹ ਬੱਚਿਆਂ ਦਾ ਪਿਆਰ ਮੇ ਕੋਈ ਚੀਜ਼ ਕਰਵਾਉਂਦਾ ਹੈ ਤੇ ਹੁਣ ਜਦੋਂ ਮੇ ਕੋਲ ਸਭ ਤੋਂ ਛੋਟਾ ਬੱਚਾ 3 ਸਾਲ ਦਾ ਜਦੋਂ ਉਹ ਆਂਦਾ ਨਾ ਉਹਨੇ ਬਾਹਰ ਹੋਈ ਲੋਲਾ ਪਾਉਂਦਾ ਆਂਦਾ ਤ੍ਰਿਸ਼ਲਾ 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 ਅੱਛਾ ਉਹਨੂੰ ਤ੍ਰਿਸ਼ਲਾ ਕਹਿਣਾ ਵੀ ਨਹੀਂ ਆਂਦਾ ਬਟ ਉਹ ਕਹਿੰਦਾ ਤੇ ਉਹ ਪਿਆਰ ਸ਼ਾਇਦ ਮੈਂ ਕਮਾ ਕੇ ਨਹੀਂ ਲੈ ਸਕਦੇ ਸੀ ਜੀ ਇਹ ਗੱਲ ਬਹੁਤ ਸੋਹਣੀ ਹੈ ਕਿਉਂਕਿ ਪਿਆਰ ਇੱਜ਼ਤ ਮਾਨ ਸਨਮਾਨ ਜਿਹੜਾ ਹੈ ਨਾ ਉਹ ਤੁਸੀਂ ਪੈਸਿਆਂ ਨਾਲ ਨਹੀਂ ਕਮਾ ਸਕਦੇ ਉਹ ਤੁਹਾਨੂੰ ਕਮਾਣਾ ਹਾਂਜੀ ਇਹ ਕਮ ਪਰਸਨਲ ਸੈਟੀਸਫੈਕਸ਼ਨ ਨਹੀਂ ਕਰਦੀਆਂ ਜਿਸ ਦਿਨ ਉਹ ਮੈਨੂੰ ਉਸ ਚੀਜ਼ ਤੋਂ ਮਿਲਦੀ ਹੈ ਮੈਂ ਜੌਬ ਵੀ ਕੀਤੀ ਸੀ ਮੈਂ ਐਨਐਸ ਹਸਪੀਟਲ ਸੀਗੀ ਮੀਡੀਆ ਕੋਆਰਡੀਨੇਟਰ ਅੱਛਾ ਤੇ ਮੈਂ ਇੱਕ ਸਾਲ ਉੱਤੇ ਜਵਾਬ ਦਿੱਤੀ ਐ ਤੇ ਪਰ ਟਾਈਮ ਨਹੀਂ ਫਿਕਸ ਹੁੰਦਾ ਸੀ ਡਾਕਟਰ ਨਵੀਨ ਸਰ ਤਾਂ ਬਹੁਤ ਕਰਦੇ ਸੀ ਮੇਰਾ ਨਵੀਨ ਸਰ ਨੇ ਹਮੇਸ਼ਾ ਕਰਨਾ ਕਿ ਚੱਲ ਚਲ ਜਾ ਜਦ ਤੱਕ ਇਹਦਾ ਪ੍ਰੋਬਲਮ ਆ ਨਹੀਂਦਾ ਮੈਨੂੰ ਅਮਰਜੈਂਸੀ ਜਾਣਾ ਪੈਂਦਾ ਉਹਨਾਂ ਨੇ ਬੜਾ ਸਾਥ ਦਿੱਤਾ ਸੀ ਨਵੀਨ ਸਰ ਨੇ ਉੱਥੇ ਫਿਰ ਮੈਂ ਇੱਕ ਸਾਲ ਬਾਛੋੜ ਦਿੱਤੀ ਕਿਉਂਕਿ ਟਾਈਮ ਐਡਜਸਟ ਨਹੀਂ ਹੁੰਦਾ ਸੀ ਮੈਮ ਅਸੀਂ ਆਪਾਂ ਜ਼ਿੰਦਗੀ ਦੇ ਵਿੱਚ ਦੇਖਦੇ ਹਾਂ ਹਰ ਇੱਕ ਕੋਈ ਬੰਦਾ ਸਾਡਾ ਰੋਲ ਮਾਡਲ ਹੁੰਦਾ ਹੈ ਅਸੀਂ ਕਿਸੇ ਵੱਲ ਦੇਖ ਕੇ ਆਕਰਸ਼ਿਤ ਹੁੰਨੇ ਆ ਕਿ ਉਹ ਵਧੀਆ ਕੰਮ ਕਰਦਾ ਅਸੀਂ ਵੀ ਵਧੀਆ ਕੰਮ ਕਰੀਏ ਤੁਸੀਂ ਕਿਸੇ ਵੱਲ ਦੇਖ ਕੇ ਹੋਏ ਸੀ ਜਾਂ ਮਤਲਬ ਇੱਧਰ ਚੱਲ ਗਏ ਕੁਦਰਤ ਨੂੰ ਨਹੀਂ ਕੁਝ ਫਾਦਰ ਦਾ ਵੀ ਸੀਗਾ ਕਿਉਂਕਿ ਆਪਾਂ ਕਿਸੇ ਮੰਗਣ ਵਾਲੇ ਲਈ ਨਹੀਂ ਉਦਾਂ ਵੀ ਮੇਰੇ ਫਾਦਰ ਨੂੰ ਨਾ ਦੇਣ ਦਾ ਬਹੁਤ ਸੀਗਾ ਅਸੀਂ ਕਿ ਸਾਨੂੰ ਉਹਨਾਂ ਨੇ ਸਿਖਾਇਆ ਸੀ ਕਿਸੇ ਦਾ ਘਰਵਜ ਇਹਨਾਂ ਆਪਾਂ ਖਾਲੀਆਂ ਚੱਲ ਜਾਵਾਂਗੇ ਸਾਨੂੰ ਸ਼ਰਮ ਆਏਗੀ ਕਿਉਂਕਿ ਸਾਡੇ ਫਾਦਰ ਕਦੇ ਗਏ ਹੀ ਨਹੀਂ ਸੀ ਤੇ ਉਹਨਾਂ ਨੇ ਉਹ ਚੀਜ਼ ਸੀਗੀ ਉਸ ਤੋਂ ਬਾਅਦ ਹੁਣ ਵੀ ਮੈਂ ਹੀ ਕਹਿੰਦੀ ਆ ਰੱਬ ਦੇਣ ਵਾਲਿਆਂ ਚ ਰੱਖੇ ਲੈਣ ਵਾਲਿਆਂ ਚ ਉਹਨਾਂ ਰੱਖੇ ਕਿਉਂਕਿ ਆਪਣੇ ਲਈ ਮੰਗਣਾ ਮੈਨੂੰ ਬਹੁਤ ਔਖਾ ਲੱਗਦਾ ਪਰ ਜਦੋਂ ਬੱਚਿਆਂ ਵਾਲੇ ਵਾਸਤੇ ਮੈਂ ਕਈ ਵਾਰ ਮੰਗਦੀ ਆ ਕਿਉਂਕਿ ਬੱਚਿਆਂ ਲਈ ਡੋਨੇਸ਼ਨ ਇਕੱਠੀ ਕਰਨੀ ਪੈਂਦੀ ਪਰ ਹੁਣ ਮੈਂ ਕੈਸ਼ ਲੈਣਾ ਬਿਲਕੁਲ ਛੱਡਤਾ ਸੀ ਕਿ ਮੈਨੂੰ ਉਹ ਚੀਜ਼ ਜਿਹੜੀ ਚੀਜ਼ ਚਾਹੀਦੀ ਹੈ ਨਾ ਮੈਨੂੰ ਉਹ ਦੇ ਦਿਓ ਜਿੱਦਾਂ ਫਿਲਟਰਸ ਵਗੈਰਾ ਬੱਚਿਆਂ ਨੂੰ ਲੱਗਦੇ ਆ ਜਾਂ ਕੁਝ ਵੀ ਮੈਡੀਸਨ ਜਿਹੜੀ ਫ੍ਰੀ ਨਹੀਂ ਆ ਰਹੀ ਉਹ ਪੇੜ ਲੈਣੀ ਪੈ ਰਹੀ ਹੈ ਉਹ ਮੈਂ ਉਹਨਾਂ ਕੋਲ ਚੀਜ਼ ਲੈ ਲੰਦੀ ਆ ਜਾਂ ਇੰਟਰਾਕੈਥ ਦਾ ਸਮਾਨ ਕਿਉਂਕਿ ਬਲੱਡ ਲੱਗਣਾ ਤੇ ਇੰਟਰਾਕੈਥ ਵਗੈਰਾ ਲਗਾਉਣਾ ਸਾਰਾ ਸਮਾਨ ਉਹ ਮੈਂ ਨਾ ਟੀਮੈਂਟ ਦੀ ਜਗ੍ਹਾ ਨਾਲ ਕਹੂੰਗੀ ਇਸ ਜਗ੍ਹਾ ਤੇ ਸਮਾਨ ਮਿਲਣਾ ਤੇ ਨਾ ਮੈਨੂੰ ਬਾਇ ਕਰਕੇ ਦੇ ਦਿਓ ਜਿੰਨੇ ਤੁਸੀਂ ਡੋਨੇਸ਼ਨ ਕਰਨੀ ਹੈ ਤੇ ਐਸਾ ਵਾਲੇ ਵਾਰਡ ਚੱਲ ਰਹੇ ਆ ਜੀ ਤੇ ਜਦੋਂ ਫਿਰ ਤੁਸੀਂ ਆਪਣੀ ਜਿਹੜੀ ਸਟੱਡੀ ਹੈ ਕੰਪਲੀਟ ਕੀਤੀ ਹੈ ਤੇ ਸਟੱਡੀ ਦੇ ਵਿੱਚ ਬਾਅਦ ਵਿੱਚ ਇਹ ਨਹੀਂ ਸੋਚਿਆ ਕਿ ਮੈਂ ਜੌਬ ਕਰਨੀ ਆ ਜਾਂ ਫਿਰ ਉਸ ਤੋਂ ਬਾਅਦ ਕੋਈ ਜੌਬ ਤੁਸੀਂ ਅੱਗੇ ਕੀਤੀ ਕ ਮੈਂ ਮਾਸਟਰਸ 'ਚ ਸੀਗੀ ਉਦੋਂ ਮੇਰੀ ਹਲਦੁੱਗਲ ਸਰ ਨੇ ਕੀਤੀ ਸੀ ਕਿ ਸਟੱਡੀ ਕੰਪਲੀਟ ਕਰਨ 'ਚ ਕਈ ਵਾਰ ਮੈਂ ਲੇਟ ਵੀ ਜਾਂਦੀ ਸੀ ਉਹਨਾਂ ਦੀ ਕਲਾਸ 'ਚ ਬਟ ਸਰ ਨੇ ਹੈਲਪ ਕੀਤੀ ਤੇ ਉਤੋਂ ਇਲਾਵਾ ਜਦੋਂ ਮੈਂ ਕਾਲ ਯੂਨੀਵਰਸਿਟੀ ਜਾਂਦੀ ਸੀ ਤੇ ਉਸ ਟਾਈਮ ਤਾਂ ਮੈਂ ਸਟਾਰਟ ਕਰਤਾ ਸੀ ਜਦੋਂ ਮੈਂ ਫਸਟ ਟਾਈਮ ਸੈਕਿੰਡ ਟਾਈਮ ਬਲੱਡ ਡੋਨੇਟ ਕਰਨ ਗਈ ਸੀ ਉਸ ਤੋਂ ਬਾਅਦ ਮੈਂ ਕੰਟੀਨਿਊ ਸਟਾਰਟ ਰੱਖਿਆ ਕਿ ਮੈਨੂੰ ਐਨਜੀਓ ਜੁਆਇਨ ਕਰਨੀ ਹੈ ਬਲੱਡ ਦੇ ਨਹੀਂ ਸੀ ਜਿੰਨਾ ਜਾਣਿਆਂ ਨੂੰ ਜਾਣਾ ਸੀ ਉਹਨੂੰ ਨਹੀਂ ਲੱਗਿਆ ਫਿਰ ਕਿਸੇ ਹੋਰ ਨੂੰ ਦੇ ਲੱਗੇ ਹੁੰਦੇ ਨੇ ਨਾਲ ਵੀ ਨਹੀਂ ਮੈਚ ਆ ਉਹ ਤਾਂ ਹੈਲੈਸੀਮਿਕ ਬੱਚੇ ਨੂੰ ਬਲੱਡ ਗਿਆ ਸੀ ਤੇ ਉਹ ਉੱਤ ਲਗਾਤਾਰ ਕੰਟੀਨਿਊਅਤੇ ਜੌਬ ਦਾ ਸੋਚਿਆ ਐਨਐਚਐਸਟੀ ਕੀਤੀ ਉਸ ਤੋਂ ਇਲਾਵਾ ਇੱਕ ਦੋ ਜਗ੍ਹਾ ਗਈ ਬਟ ਮੈਨੂੰ ਨਾ ਮੇਰੇ ਕੋ ਪੇਮੈਂਟ ਸੈਲਰੀ ਨਹੀਂ ਮੰਗ ਹੁੰਦੀ ਆਪਣੀ ਅੱਛਾ ਤੇ ਜਦੋਂ ਮਤਲਬ ਦੋ ਤਿੰਨ ਮਹੀਨੇ ਦੀ ਸੈਲਰੀ ਲਈ ਛੋੜ ਦਿੱਤਾ ਕਾ ਬਹੁਤ ਇਨਸਾ ਛੱਡੀਆਂ ਲਾਈਫ ਚ ਕਿ ਹਾਂ ਇੱਥੇ ਆ ਸ਼ਾਇਦ ਮੈਂ ਥੋੜੀ ਦੇਰ ਹੋਰ ਕੰਟੀਨਿਊ ਕਰਦੀ ਤੇ ਮੈਨੂੰ ਸੈਲਰੀ ਮਿਲ ਜਾਂਦੀ ਬਟ ਮੇਰੀ ਜੇ ਸੈਲਰੀ ਫਸਟ ਮਹੀਨਾ ਲੱਗੀ ਸੀ ਤੇ ਮੈਨੂੰ ਦਹੀਂ ਦਿੱਤੀ ਇਸ ਮੈਂ ਛੋੜ ਦਿੰਦੀ ਸੀ ਸਿਰਫ ਇੱਕ ਅਵਾਰਡ ਹੈ ਜਿਹੜਾ ਮੈਂ 4 ਸਾਲਾਂ ਤੋਂ ਬਿਨਾ ਪ੍ਰੋਫਿਟ ਤੋਂ ਚੱਲ ਰਿਹਾ ਹੈ ਮੇਰਾ ਕਿ ਨਹੀਂ ਮਿਲ ਰਹੀ ਕੋਈ ਨਾ ਸੈਟੀਸਫਾਈ ਆ ਤੇ ਤੁਹਾਨੂੰ ਕਦੀ ਪਰਿਵਾਰ ਨੇ ਇਹ ਨਹੀਂ ਕਿਹਾ ਕਿ ਛੱਡ ਇਸ ਕੰਮ ਨੂੰ ਕਿਉਂਕਿ ਘਰ ਨਹੀਂ ਚੱਲ ਰਿਹਾ ਤੇ ਜਿੱਦਾਂ ਵੀ ਇੱਕ ਤੰਗੀ ਆ ਰਹੀ ਆ ਪੈਸੇ ਵਜੋਂ ਤਾਂ ਕਈ ਨਹੀਂ ਹੁਣ ਬਿਲਕੁਲ ਨਹੀਂ ਕਹਿੰਦੇ ਪਹਿਲਾਂ ਕਈ ਵਾਰ ਹੁੰਦਾ ਸੀ ਕਿਉਂਕਿ ਜਦੋਂ ਮੈਂ ਸਟਾਰਟਿੰਗ ਚ ਜਾਣਾ ਸ਼ੁਰੂ ਕੀਤਾ ਸੀ ਮੈਂ ਮੇਰੇ ਘਰ 2-3 ਮਹੀਨੇ ਨਹੀਂ ਪਤਾ ਸੀਗਾ ਕਿ ਮੈਂ ਐਨਜੀਓ ਵਾਲੇ ਦਾ ਜਾ ਰਹੀ ਹਾਂ ਕੋਲ ਮੈਂ ਕੁਝ ਤੇ ਤੁਸੀਂ ਘਰ ਕੀ ਕਹਿ ਕੇ ਜਾਂਦੇ ਸੀ ਕਾਲਜ ਆਣਾ ਤੇ ਕਾਲਜ ਤੋਂ ਪਹਿਲਾਂ ਮੈਂ ਉੱਥੇ ਜਾਂਦੀ ਸੀ ਕੋਲ ਉੱਤੋਂ ਬਾਅਦ ਕਾਲਜ ਜਾਂਦੀ ਸੀ ਅੱਛਾ ਹਾਂਜੀ ਮਾਰਨਿੰਗ 9 ਉੱਥੇ ਵਾਰਡ ਖੁੱਲਦਾ ਸੀ 8:30 ਵਜੇ ਤੇ ਮੈਂ 8:30 ਪੌਣੇ 9 ਤੱਕ ਕਰਾ ਉੱਥੇ ਪਹੁੰਚ ਜਾਂਦੀ ਸੀ ਤੇ ਬੱਚਿਆਂ ਨੂੰ ਨੈਕਸਟ ਡੇਟ ਕੀ ਕਦੋਂ ਬਲੱਡ ਲਗਣਾ ਉਹ ਦੇਖ ਕੇ ਮੈਂ ਹਸਪੀਟਲ ਕਾਲਜ ਆਉਂਦੀ ਸੀ ਤੇ ਕਾਲਜ ਵੱਲੋਂ ਫੇਰ ਕਾਲਜ ਨੇ ਇਹ ਬਹੁਤ ਕੋਆਪਰੇਟ ਕੀਤਾ ਮੈਨੂੰ આજ ਤੱਕ। ਕਾਲਜ ਦੇ ਵਿੱਚ ਦੱਸਿਆ ਹੋਇਆ ਸੀ ਕਿ ਤੁਸੀਂ ਐਨਜੀਓ ਦੇ ਨਾਲ ਜੁੜੇ ਹੋ। ਹਾਂਜੀ। ਅੱਛਾ। ਕਾਲਜ ਮੇਰੇ ਫਰੈਂਡ ਸਰਕਲ ਨੇ ਮੇਰਾ ਬਹੁਤ ਸਾਥ ਦਿੰਦਾ ਕਿਉਂਕਿ ਜਿਹੜਾ ਲੈਕਚਰ ਮਿਸ ਹੁੰਦਾ ਸੀ ਉਹ ਹੈਲਪ ਕਰ ਦਿੰਦੇ ਸੀ ਕਿ ਸਰ ਨੇ ਆਖ ਰਾਇਆ। ਸਰ ਨੇ ਜੋ ਲੇਟ ਜਾਣਾ ਕਈ ਵਾਰ ਤਾਂ ਸਰ ਪਹਿਲਾਂ ਪਹੁੰਚ ਜਾਣਾ ਕਈ ਵਾਰ ਲੇਟ ਹੋ ਜਾਣਾ ਕਾਫੀ ਤੇ ਮੇਰਾ ਲੈਕਚਰ ਆਲਮੋਸਟ ਮੀ ਗਿਆ ਹੋਿੰਦਾ ਸੀ। ਤੇ ਆਪਾਂ ਸੋਚਦੇ ਹੁੰਦੇ ਸੀ ਕਿ ਹਾਂ ਇਹ ਉਹਨਾਂ ਅੰਦਰ ਜਾਈਏ ਕਿ ਨਾ ਚਾਹੀਏ। ਅੱਧਾ ਪਿਆ ਆ। ਤੇ ਕਈ ਵਾਰ ਤਾਂ ਬਾਹਰ ਖੜੇ ਹੋ ਕੇ ਸੁਣਨਾ ਨਾ ਕਈ ਵਾਰ ਚਲੇ ਵੀ ਜਾਣਾ ਅੰਦਰ। ਤੇ ਕਈ ਵਾਰ ਅ ਪੇਪਰ ਵੇਲੇ ਇੱਕ ਵਾਰੀ ਹੋਇਆ ਵੈ ਕਿ ਮੇਰਾ ਐਗਜ਼ਾਮ ਸੀ ਤੇ ਮੈਨੂੰ ਮਾਰਨਿੰਗ ਬਲੱਡ ਦੇਣ ਜਾਣਾ ਸੀਗਾ ਤੇ ਫਿਰ ਬਲੱਡ ਦੇ ਕੇ ਫਿਰ ਮੈਂ ਐਗਜ਼ਾਮ ਦੇਣ ਗਈ ਸੀ ਡੇਢ ਟਾਈਮ ਟਾਈਮ ਸਰ ਪਹੁੰਚ ਗਈ ਸੀ ਕਿਉਂਕਿ 5 ਮਿੰਟ ਲੱਗਦੇ ਹਾਰਡਲੀ 5 ਤੋਂ 10 ਮਿੰਟ ਬਲੱਡ ਦਿੰਦੇ ਹੋਏ ਕਿ ਸਾਨੂੰ ਵਹਿਮ ਹੈ ਕਿ ਪਤਾ ਨਹੀਂ ਇੱਦਾਂ ਘੰਟਾ ਘੰਟਾ ਬਿਠਾਓਗੇ ਬਟ ਉਹ 5-10 ਮਿੰਟ ਦਾ ਪ੍ਰੋਸੈਸ ਦੇ ਕੇ ਫਟਾਫਟ ਕਾਲਜ ਚਲ ਜਾਓ ਅੱਛਾ ਤੇ ਫਿਰ ਮਤਲਬ ਤੁਸੀਂ ਐਗਜ਼ਾਮ ਦੇ ਚਲੇ ਗਏ ਤੇ ਤੁਹਾਨੂੰ ਲੱਗਾ ਨਹੀਂ ਕਿ ਮੈਂ ਹੁਣ ਬਲੱਡ ਦੇ ਕੇ ਜਾ ਰਹੀ ਆ ਤੇ ਮੈਂ ਪਤਾ ਨਹੀਂ ਪੇਪਰ ਮੇਰੇ ਕੋਲੋਂ ਲਿਖਿਆ ਜਾਏਗਾ ਕਿ ਨਹੀਂ ਜਾਏਗਾ ਯਾਰ ਕਿਉਂਕਿ ਇਹ ਬੜੀ ਮਿਥ ਹੈ ਨਾ ਇੱਕ ਕਿ ਅਸੀਂ ਜਦੋਂ ਬਲੱਡ ਦਿੰਨੇ ਉਸ ਵਾਰ ਆਂ ਲੱਗਦਾ ਕਿ ਕਮਜ਼ੋਰੀ ਆ ਜਾਂਦੀ ਆ ਜਾਂ ਕਈ ਦਿਨ ਬਾਅਦ ਪੂਰਾ ਹੁੰਦਾ ਨਹੀਂ ਸਾਡਾ ਬਲੱਡ ਨਾ ਥੋੜੀ ਦੇਰ ਚ ਪੂਰਾ ਜਾਂਦਾ ਜਾਂ ਆ ਪਗੜਾ ਸਾਰਾ ਬਲੱਡ ਦੇਣਾ ਸਿਰਫ 2 350 ਐਮਐਲ ਲੰਦੇ ਆ ਜਾਂ ਜੇ ਡਬਲ ਬੈ ਪੀਆਰਬੀਸੀ ਬਣਾਣੇ ਆ ਤਾਂ ਡਬਲ ਬੈ ਮਤਲਬ 450 ਐਮਐਲ ਲੰਦੇ ਆ ਤੇ ਆ ਲੋਕਾਂ ਦਾ ਮਿਥ ਹੈ ਕਿ ਹਾਂ ਸਾਡੀ ਬਾਹਂ ਦਰਦ ਹੋ ਗਈ ਜਾਂ ਸਾਨੂੰ ਚੱਕਰ ਆਊਗੇ ਇਦਾਂ ਕੁਛ ਨਹੀਂ ਹੁੰਦਾ ਕਿਉਂਕਿ ਬਲੱਡ ਦੇਣ ਤੋਂ ਬਾਅਦ ਮੈਂ ਕਈ ਵਾਰੀ ਮਤਲਬ ਟ੍ਰੇਨਿੰਗ ਤੇ ਵੀ ਜਾਂਦੀ ਸੀਗੀ ਤੇ ਮੈਂ ਬਲੱਡ ਦੇ ਕੇ ਟ੍ਰੇਨਿੰਗ ਕਾਲਜ ਜਾਣ ਤੋਂ ਆ ਟ੍ਰੇਨਿੰਗ ਨਹੀਂ ਕੀਤੀ ਹੈ ਤੇ ਸ਼ਾਮੀ ਲੇਟ ਵੀ ਆਈਆਂ ਤਾਂ ਬਟ ਇਦਾਂ ਦੀ ਕੋਈ ਦਿੱਕਤ ਨਹੀਂ ਆਂਦੀ ਮੈਨੂੰ ਐਸਾ ਕਦੀ ਨਹੀਂ ਆਈ ਨਾ ਟਾਈਮ ਹੋ ਗਿਆ ਤੇ ਫਿਰ ਜਦੋਂ ਕਾਲਜ ਦੇ ਵਿੱਚ ਜਰਨਲਿਸਮ ਕਰ ਰਹੇ ਸੀ ਤੇ ਉਸ ਟਾਈਮ ਫਿਰ ਕਿਹੜੇ ਐਂਕਰਸ ਨੂੰ ਦੇਖਦੇ ਹੁੰਦੇ ਸੀ ਕਿਉਂਕਿ ਜਦੋਂ ਵੀ ਅਸੀਂ ਕੋਈ ਫੀਲਡ 'ਚ ਜਾਣਾ ਹੁੰਦਾ ਤੇ ਅਸੀਂ ਇਹ ਜ਼ਰੂਰ ਸੋਚਦੇ ਹਾਂ ਕਿ ਅਸੀਂ ਉਹਦੇ ਵਰਗੇ ਬਣਨਾ ਹੈ ਅਸੀਂ ਉਹਦੇ ਵਾਂਗੂ ਦੇਖਣਾ ਹੈ ਹਨਾ ਸੋ ਇਦਾਂ ਦੇ ਹੋਰ ਵੀ ਬਹੁਤ ਸਾਰੇ ਸਵਾਲ ਹੈ ਜਿਹੜੇ ਕਿ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗੀ ਐਂਡ ਸਾਡੇ ਦਰਸ਼ਕ ਵੀ ਜਾਣਨਾ ਚਾਹੋਗੇ ਪਰ ਉਸ ਤੋਂ ਵੇਲਾ ਬ੍ਰੇਕ ਦਾ ਵੇਲਾ ਹੋ ਰਿਹਾ ਆਪਾਂ ਰੁਕਦੇ ਆ ਇੱਥੇ ਬ੍ਰੇਕ ਵਾਸਤੇ ਬ੍ਰੇਕ ਤੋਂ ਬਾਅਦ ਫਿਰ ਤੋਂ ਮੁਲਾਕਾਤ ਹੋਵੇਗੀ ਇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੇ ਪ੍ਰੋਗਰਾਮ ਚੱਲ ਰਿਹਾ ਹੈ ਗੱਲ ਪੰਜਾਬ ਦੀ ਤੇ ਐਸੋ ਵਾਲੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਤ੍ਰਿਸ਼ਲਾ ਜੀ ਤ੍ਰਿਸ਼ਲਾ ਜੀ ਔਰ انسان ਨੇ ਜਿਹੜੇ ਕਿ ਇਸ ਵੇਲੇ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਨੇ ਤੇ ਸਮਾਜ ਦੀ ਸੇਵਾ ਦੇ ਕਹਿਣ ਦਾ ਮਤਲਬ ਇਹ ਹੈ ਕਿ ਥੈਲੇਸੀਮੀਆ ਨਾਲ ਲੜ ਰਹੇ ਬੱਚੇ ਜਿਹੜੇ ਨੇ ਉਹਨਾਂ ਨੂੰ ਅਡਾਪਟ ਕੀਤਾ ਹੋਇਆ ਹੈ ਉਹਨਾਂ ਦੀ ਦੇਖਭਾਲ ਕਰ ਰਹੇ ਨੇ ਤੇ ਉਹ ਦੇਖਭਾਲ ਕਿਵੇਂ ਹੈ ਔਰ ਇਹਨਾਂ ਦੀ ਲਾਈਫ ਖੁਦ ਦੀ ਪਰਸਨਲੀ ਕਿੱਦਾਂ ਦੀ ਹੈ ਸਾਰੀਆਂ ਗੱਲਾਂ ਬਾਤਾਂ ਅਸੀਂ ਇਹਨਾਂ ਨਾਲ ਕਰ ਰਹੇ ਹਾਂ ਤੇ ਮੈਮ ਦੁਬਾਰਾ ਅਸੀਂ ਉਸੇ ਸਵਾਲ ਤੇ ਆਉਣੇ ਆ ਕਿ ਲਾਈਫ ਜਿਹੜੀ ਹੈ ਜਰਨਲਿਜ਼ਮ ਦੀ ਜਦੋਂ ਤੁਹਾਡੀ ਚੱਲ ਰਹੀ ਸੀ ਤੁਹਾਡੀਆਂ ਕਲਾਸਿਸ ਚੱਲ ਰਹੀਆਂ ਸੀ ਸਟੱਡੀ ਚੱਲ ਰਹੀ ਸੀ ਤੇ ਉਸ ਟਾਈਮ ਤੇ ਕੋਈ ਫੇਵਰੇਟ ਐਂਕਰ ਰਿਆ ਤੁਹਾਡਾ ਜਾਂ ਫਿਰ ਲੱਗਿਆ ਕਿ ਨਹੀਂ ਮੈਂ ਇਸ ਤਰੀਕੇ ਨਾਲ ਬਣਨਾ ਚਾਹੁੰਦੀ ਹਾਂ ਇਸ ਤਰੀਕੇ ਨਾਲ ਫੀਲਡ 'ਚ ਜਾਣਾ ਚਾਹੁੰਦੀ ਹਾਂ ਅ ਐ ਸੱਚ ਮੈਂ ਨਾ ਕਿਉਂਕਿ ਉਦੋਂ ਤੋਂ ਹੀ ਜਦੋਂ ਮੈਂ ਮਾਸਟਰਸ ਕਰ ਰਹੀ ਸੀ ਪਹਿਲਾਂ ਮੈਨੂੰ ਅਜਿਹਾ ਨਿਊਜ਼ਪੇਪਰ 'ਚ ਕਰਨਾ ਪਹਿਲਾਂ ਮੈਨੂੰ ਐ ਸਿਗਾ ਕਿ ਬਸ ਇੱਕ ਟੀਵੀ ਤੇ ਆਣਾ ਵਾ ਤੇ ਯਾ ਪੈਸੇ ਕਮਾਣੇ ਆ ਮੇਰੇ ਦਿਮਾਗ 'ਚ ਐ ਚੀਜ਼ ਸੀਗੀ ਕਿਉਂਕਿ ਮੈਂ ਨਹੀਂ ਜਾਣਦੀ ਸੀ ਕਿ ਮੈਨੂੰ 1 ਰੁਪਿਆ ਵੀ ਸਰ ਕੋ ਮੰਗਣਾ ਪਵੇ ਤੇ ਪਰ ਗ੍ਰੈ ਪੋਸ ਗ੍ਰੈਜੂਏਸ਼ਨ ਚ ਆਂਦੇ ਲਾਈਫ ਬਿਲਕੁਲ ਚੇਂਜ ਹੋ ਗਈ ਤੇ ਐਸ ਟੀਵੀ ਚ ਇੰਨਾ ਨਹੀਂ ਸੀਗਾ ਕਿ ਮੈਨੂੰ ਜੇ ਮੈਂ ਦੇਖਣਾ ਵੀ ਹੁੰਦਾ ਸੀ ਨਾ ਮੋਬਾਈਲ 'ਚ ਜਾਂ ਤਾਂ ਜ਼ਿਆਦਾ ਤੋਂ ਜ਼ਿਆਦਾ ਮੈਂ ਕਿਸੇ ਦਾ ਦੇਖ ਲੈਂਦੀ ਸੀ ਕਿ ਉਹ ਕੀ ਕਰ ਰਿਹਾ ਐਨ ਜੀਓ ਲਈ ਜਾਂ ਕੋਈ ਕੀ ਕੰਮ ਕਰ ਰਿਹਾ ਸੋਸ਼ੀਅਲੀ ਸੋਸ਼ੀਅਲੀ ਉਹ ਹੋਲਿਵੁੱਡ ਇੰਟਰਸਟ ਬਿਲਕੁਲ ਚੇਂਜ ਹੁੰਦਾ ਗਿਆ ਗ੍ਰੈਜੂਏਸ਼ਨ ਟਾਈਮ ਮੈਂ ਨਹੀਂ ਸੋਚਿਆ ਸੀ ਕਦੀ ਮੈਂ ਐਨ ਜੀਓ ਖੋਲੂਗੀ ਜਾਂ ਚਲਾਉਂਗੀ ਪਰ ਪੋਸ ਗ੍ਰੈਜੂਏਸ਼ਨ ਚ ਆਂਦੇ ਇੱਕਦਮ ਲਾਈਫ ਚੇਂਜ ਹੋ ਗਈ ਫਰਸਟ ਈਅਰ ਸ਼ਾਇਦ ਮੈਂ ਹਾਂ ਆਫ ਹੀ ਕੱਢਿਆ ਨਾ ਉਸ ਤੋਂ ਬਾਅਦ ਅ ਬਿਲਕੁਲ ਚੇਂਜ ਮੈਨੂੰ ਸਵਾਲ ਵੀ ਇਹੀ ਕਰਨ ਲੱਗਾ ਸੀ ਕਿ ਕਿਹੜਾ ਟਰਨਿੰਗ ਪੁਆਇੰਟ ਸੀ ਤੁਹਾਡੀ ਲਾਈਫ ਦਾ ਜਿਹੜਾ ਤੁਹਾਨੂੰ ਸਟੱਡੀ ਤੋਂ ਇੱਕਦਮ ਇੱਧਰ ਆ ਗਿਆ ਸੀ ਸਿਰ ਆ ਬਲੱਡ ਦੇਣ ਗਈ ਸੀ ਬਸ ਉੱਥੋਂ ਚੇਂਜ ਹੋ ਗਿਆ ਜਦੋਂ ਬੱਚੇ ਦੇਖੇ ਕਿ ਇਹਨਾਂ ਨੂੰ ਬਲੱਡ ਲੱਗ ਰਿਹਾ ਉੱਥੇ ਖਨੂਨੇ ਪਏ ਸੀ ਉਹ ਬੱਚੇ ਖੇਲ ਰਹੇ ਸੀ ਔਰ ਉਹਨਾਂ 'ਤੇ ਸੂਈ ਲੱਗੀ ਹੋਈ ਸੀ ਬਸ ਉਸ ਤੋਂ ਬਾਅਦ ਇੱਕਦਮ ਚੇਂਜ ਕਿ ਆਪਾਂ ਲਾਈਫ 'ਚ ਸ਼ਾਇਦ ਦੋ ਰੋਟੀ ਖਾਣੀ ਉਹ ਘਰ ਦੇ ਵੀ ਦੇ ਰਹੇ ਹਲੇ ਤੱਕ ਤਾਂ ਤੇ ਦੋਗੇ ਵੀ ਅੱਗੇ ਪਰ ਜੇ ਅਸੀਂ ਕਿਸੇ ਦੀ ਹੈਲਪ ਕਰ ਰਹੇ ਜੇ ਸਾਡੇ ਕਰਕੇ ਕੋਈ ਬੱਚ ਰਿਆ ਨਾ ਉਹ ਚੀਜ਼ ਆਪਾਂ ਪੈਸੇ ਨਾਲ ਨਹੀਂ ਕਰ ਸਕਦੇ ਹੋ ਸਕਦਾ ਟ੍ਰੀਟਮੈਂਟ ਲਈ ਅਸੀਂ ਪੈਸਾ ਕਰ ਲਈਏ ਉਹ ਆਪਾਂ ਲੋਕਾਂ ਕੋਲ ਮੰਗ ਕੇ ਵੀ ਡੋਨੇਸ਼ਨ ਥਰੂ ਵੀ ਕਰ ਸਕਦੇ ਆ ਤੇ ਉਹ ਕਰਦੇ ਵੀ ਆਂ ਕਈ ਵਾਰੀ ਕਈ ਵਾਰੇ ਦਰੀ ਨੋਬਤ ਆ ਜਾਂਦੀ ਜਦੋਂ ਆਪਾਂ ਉਹ ਕਰਦੇ ਆ ਬਟ ਜੋ ਚੀਜ਼ ਆਪਾਂ ਕਿਸੇ ਨੂੰ ਆਪਣਾ ਟਾਈਮ ਦੇ ਰਹੇ ਆ ਨਾ ਉਸ ਤੋਂ ਵੱਧ ਨਹੀਂ ਆਪਾਂ ਕੁਝ ਕਰ ਸਕਦੇ ਮੇਰੇ ਸੋਨਣਾ ਬਹੁਤ ਸੋਹਣੀ ਗੱਲ ਆਖੀ ਹੈ ਕਿ ਇੱਕ ਟਰਨਿੰਗ ਪੁਆਇੰਟ ਹਰ ਇੱਕ ਦੀ ਲਾਈਫ ਦੇ ਵਿੱਚ ਹੁੰਦਾ ਹੈ ਤੇ ਜਿੱਥੋਂ ਸਾਡੇ ਖਿਆਲ ਬਦਲ ਜਾਂਦੇ ਨੇ ਸਾਡੇ ਜਿਹੜੇ ਦਿਲਚਸਪੀਆਂ ਹੁੰਦੀਆਂ ਨੇ ਉਹ ਵੀ ਬਦਲ ਜਾਂਦੀਆਂ ਨੇ ਤੇ ਅਸੀਂ ਕਰਨਾ ਕੁਝ ਹੋਰ ਹੁੰਦਾ ਹੈ ਤੇ ਫਿਰ ਜੋ ਸਾਡੇ ਅਸਲ ਦੇ ਵਿੱਚ ਸਾਡੇ ਲਿਖੇ ਜੋ ਲੱਗਿਆ ਹੁੰਦੀਆਂ ਚੀਜ਼ਾਂ ਉਹ ਅਸੀਂ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਫਿਰ ਤੁਸੀਂ ਜਰਨਲਿਜ਼ਮ ਕੰਪਲੀਟ ਕੀਤੀ ਤੇ ਕਰਦਿਆਂ ਦੀ ਵੀ ਬੜੀਆਂ ਉਮੀਦਾਂ ਹੋਣਗੀਆਂ ਕਿਉਂਕਿ ਸਾਡੀ ਬੱਚੀ ਐ ਅਸੀਂ ਇੰਨੇ ਪੈਸੇ ਲਗਾਤੇ ਕਿਉਂਕਿ ਜ਼ਿਆਦਾਤਰ ਇਹੀ ਹੁੰਦਾ ਕਿ ਪੇਰੈਂਟਸ ਇਹ ਸੋਚਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਕੁਝ ਬਣਾ ਲਈ ਤੇ ਜਦੋਂ ਤੁਸੀਂ ਜਰਨਲਿਜ਼ਮ ਕੰਪਲੀਟ ਕੀਤੀ ਤੇ ਫਿਰ ਕਰਦੇ ਨੇ ਫੋਰਸ ਕੀਤਾ ਜੌਬ ਵਾਸਤੇ ਮੈਂ ਮੈਂ ਇਹੀ ਕਿਹਾ ਸੀਗਾ ਜਦੋਂ ਮੈਂ ਸਿਵਲ ਜਾਂਦੇ ਸੀ ਕਿ ਮੈਨੂੰ ਉੱਥੇ ਜੌਬ ਮਤਲਬ ਮੈਨੂੰ ਉਹਨਾਂ ਨੇ ਜੌਬ ਦਾ ਕਿਹਾ ਵੀ ਸੀਗਾ ਕਿ ਮੈਂ ਇੱਥੇ ਜੌਬ ਲੱਗ ਜਾਏਗੀ ਤੇ ਬਟ ਕਈ ਰੀਜ਼ਨਸ ਤੋਂ ਉਹਨਾਂ ਦਾ ਬਿਹੇਵੀਅਰ ਕਹਿ ਲਓ ਜਾਂ ਕੁਝ ਵੀ ਮੈਥਡ ਅਡਜਸਟ ਨਹੀਂ ਹੋ ਪਈ ਮੈਂ 8 ਕੁ ਮਹੀਨੇ ਗਈ ਹੋਊਂਗੀ ਉੱਥੇ ਤੇ ਉਸ ਤੋਂ ਬਾਅਦ ਮੈਂ ਛੋੜ ਦਿੱਤਾ ਸੀ ਤੇ ਮੈਨੂੰ ਸੀਗਾ ਕਿ ਮੈਂ ਆਪਣਾ ਖੋਲਣਾ ਤੇ ਕੁਝ ਮੈਂ ਠੀਕ ਵੀ ਨਹੀਂ ਸੀ ਉਸ ਟਾਈਮ ਤੇ ਮੈਂ ਉਹ ਕਰ ਲਿਆ ਉਸ ਤੋਂ ਬਾਅਦ ਨਾ ਕਿ ਆਪਣਾ ਖੋਲਣਾ ਫਿਰ ਦੋ ਇੱਕ ਮਹੀਨਾ ਡੇਢ ਮਹੀਨਾ ਫਰੀ ਰਹੀਆਂ ਉਸ ਤੋਂ ਬਾਅਦ ਆਪਣਾ ਖੁੱਲ ਗਿਆ ਵਰਡ ਉਸ ਤੋਂ ਬਾਅਦ ਕੰਟੀਨਿਊ ਚੱਲ ਰਿਹਾ ਹੈ ਹਾਲੇ ਤੱਕ ਪਹਿਲਾਂ ਗੁਲਾਬ ਦੇ ਵਿੱਚ ਸੀ ਹੁਣ ਹੋਰ ਹੀ ਹਸਪੀਟਲ ਜਾ ਰਹੇ ਹਾਂ ਉੱਥੇ ਬਲੱਡ ਬੈਂਕ ਉੱਥੋਂ ਸਭ ਕੁਝ ਮਿਲ ਰਿਹਾ ਤੁਹਾਡੇ ਪਰਿਵਾਰ ਨੇ ਵੀ ਮੈਮ ਤੁਹਾਨੂੰ ਪੂਰਾ ਯੋਗਦਾਨ ਦਿੱਤਾ ਪਹਿਲਾਂ ਪਹਿਲਾਂ ਚਲੋ ਕਹਿ ਰਹੇ ਸੀ ਕਿ ਨਹੀਂ ਨਾ ਪਰਿਵਾਰ ਦਾ ਇਦਾਂ ਸੀਗਾ ਕਿ ਪਰਿਵਾਰ ਨੇ ਕਦੀ ਰੋਕਿਆ ਵੀ ਨਹੀਂ ਕਿਸੇ ਚੀਜ਼ ਤੋਂ ਬਟ ਆਪਣਿਆਂ ਨਾਲੋਂ ਜ਼ਿਆਦਾ ਲੋਕੀ ਟੰਗਾ ਕਿੱੱਚਦੇ ਆ। ਮੈਂ ਉਹੀ ਗੱਲ ਕਰਨ ਲੱਗਾ ਸੀ। ਫੈਮਿਲੀ ਨੂੰ ਆ ਕਿਹਾ ਜਾਂਦਾ ਸੀ ਕਿ ਲੈ ਤੁਸੀਂ ਆਪਣੀ ਕੁੜੀ ਨੂੰ ਪੜਾ ਲਿਆ ਕੋਈ ਫਾਇਦਾ ਹੋਇਆ ਕੀ ਕਮਾ ਕੇ ਦਿੰਦੀ ਤੁਹਾਨੂੰ। ਤੇ ਉਹ ਚੀਜ਼ਾਂ ਕਰਕੇ ਥੋੜਾ ਘਰ ਦੇ ਆ ਦਾ ਮਨ ਹੁੰਦਾ ਸੀ ਆ। ਹਾਂ ਤੇ ਮੈਂ ਕਿਉਂਕਿ ਮੇਰੀ ਐਨਜੀਓ ਵਿੱਚ ਮੈਂ ਇਕੱਲੀ ਕੁੜੀ ਸੀ ਜਦੋਂ ਮੈਂ ਪਹਿਲਾਂ ਸਟਾਰਟ ਕੀਤਾ ਸੀ ਤੇ ਔਰ ਮੈਨੂੰ ਕਦੀ ਉਹਨਾਂ ਨੇ ਟ੍ਰੀਟ ਇਦਾਂ ਨਹੀਂ ਕੀਤਾ ਕਿ ਤੂੰ ਕੁੜੀਆਂ ਜਾਂ ਹਨਾ ਕਿਉਂ ਸਾਡੇ ਨਾਲ ਤੂੰ ਮੁੰਡਾ ਮੁੰਡਿਆਂ 'ਚ ਕੀ ਕਰਦੀਆਂ ਘਰ ਦੇਆਂ ਨੂੰ ਲੋਕੀ ਆ ਜਾਂਦੇ ਸਲਾ ਤੁਹਾਡੀ ਕੁੜੀ ਮੁੰਡਿਆਂ ਨਾਲ ਘੁੰਮਦੀ ਮਤਲਬ ਪੁੱਛ ਵੀ ਕੀ ਮੁੰਡਿਆਂ ਨਾਲ ਕੰਮ ਕਰ ਰਹੀ ਹੈ ਜਦ ਮੇਰੇ ਘਰ ਦੇਆਂ ਨੂੰ ਮੈਂ ਇੱਕ ਚੀਜ਼ ਕਹੀ ਸੀ ਕਿ ਮੈਨੂੰ ਮੇਰਾ ਆਪਣੇ ਪਤਾ ਕਿੱਥੇ ਤੱਕ ਮੈਂ ਲਿਮਟ ਹੈ ਮੇਰੀ ਤੇ ਮੈਂ ਉਹਨੂੰ ਕਰਾਸ ਨਹੀਂ ਕਰੂੰਗੀ ਠੀਕ ਹੈ ਹੁਣ ਕਿਸੇ ਦਾ ਕਹਿੰਦੇ ਅਸੀਂ ਮੇਰੇ ਘਰ ਦੇ ਨੇ ਪਹਿਲਾਂ ਜ਼ਰੂਰ ਥੋੜਾ ਬਹੁਤ ਕਰਦੇ ਸੀ ਕਿ ਹਾਂ ਕਿਉਂ ਬਟ ਹੁਣ ਟਾਈਮ ਦੇ ਨਾਲ ਨਾ ਉਹ ਚੀਜ਼ਾਂ ਸਮਝ ਚੁੱਕੇ ਆ ਕਿ ਜਦੋਂ ਉਹ ਬਾਹਰ ਜਾਂਦੇ ਆ ਕਿ ਲੋਕੀ ਉਹਨਾਂ ਨੂੰ ਮਿਲਦੇ ਨੇ ਨਾ ਤੇ ਕੀ ਲੋਕੀ ਕਿੱਦਾਂ ਟ੍ਰੀਟ ਕਰ ਰਹੇ ਆ ਮੇਰੇ ਕਰਕੇ ਜਾਂ ਡਾਕਟਰਸ ਕਿੱਦਾਂ ਮਤਲਬ ਕਿੱਦਾਂ ਮਤਲਬ ਕਰ ਰਹੇ ਆ ਕਿ ਹਾਂ ਤ੍ਰਿਸ਼ਨਾ ਨੂੰ ਜਾਣਦੇ ਆ ਇਸ ਕਰਕੇ ਉਹ ਪਹਿਲਾਂ ਮੈਨੂੰ ਪ੍ਰੀਫਰੈਂਸ ਮਿਲਦੀ ਹੈ ਜਾਂ ਮੇਰੀ ਫੈਮਿਲੀ ਨੂੰ ਪ੍ਰੀਫਰੈਂਸ ਮਿਲਦੀ ਹੈ ਉਹ ਚੀਜ਼ ਤੋਂ ਕਾਫੀ ਚੇਂਜ ਆ ਮੈਮ ਮੇਰਾ ਸਵਾਲ ਵੀ ਇਹੀ ਸੀਗਾ ਕਿ ਪਰਿਵਾਰ ਦਾ ਯੋਗਦਾਨ ਤਾਂ ਹੁੰਦਾ ਆ ਪਰ ਸਾਡਾ ਇੱਕ ਬਾਹਰ ਵੀ ਸਰਕਲ ਹੁੰਦਾ ਸਾਡੇ ਜਿਹੜੇ ਮਿੱਤਰ ਹੁੰਦੇ ਨੇ ਉਹਨਾਂ ਦਾ ਕਿੰਨਾ ਕੁ ਯੋਗਦਾਨ ਰਿਹਾ ਮੇਰੇ ਕਾਲਜ 'ਚ ਮੇਰੀ ਫਰੈਂਡ ਸੁਰਬੀ ਸੀ, ਮਨਦੀਪ, ਭਰਤ, ਸਰਵ ਇਹਨਾਂ ਨੇ ਮੇਰਾ ਬਹੁਤ ਕੀਤਾ ਸੀ ਕਾਲਜ ਟਾਈਮ 'ਕੀ ਹਾਂ ਜਦੋਂ ਮੈਂ ਜਾਣਾ ਉਹਨਾਂ ਨੇ ਆ ਕੇ ਮੈਂ ਅੰਦਾਜ਼ਨਾ ਕਰਾਇਆ ਜਾਂ ਕੁਝ ਵੀ ਹੈ ਸੁਰਬੀ ਹਮੇਸ਼ਾ ਮੇਰੇ ਸਟੈਂਡ ਲਿਆ ਹਰ ਟਾਈਮ ਉਸ ਕੁੜੀ ਨੇ ਮੇਰਾ ਸਾਥ ਦਿੱਤਾ ਤੇ ਉਹ ਬਹੁਤ ਮੈਂ ਉਸ ਚੀਜ਼ ਦੀ ਹੈਗੀ ਆ ਕਿ ਮੈਨੂੰ ਉਹ ਕੁੜੀ ਮੇਰੇ ਲਈ ਖੜੀ ਰਹੀ ਹਮੇਸ਼ਾ ਤੇ ਹਲੇ ਹਲੇ ਵੀ ਫਰੈਂਡ ਦਾ ਬਹੁਤ ਵਧੀਆ ਫਰੈਂਡ ਹੈ ਤੇ ਨਿੱਕੀ ਨਿੱਕੀ ਚੀਜ਼ ਮੈਂ ਨਾਲ ਸ਼ੇਅਰ ਕਰਦੀ ਆ ਖੁਸ਼ੀ ਦਾ ਕੁਝ ਵੀ ਉਸ ਕੁੜੀ ਨੇ ਮੈਂ ਸ਼ੈ ਅਪਰੀਸ਼ੀਏਟ ਕੀਤਾ ਮੈਨੂੰ ਹੂੰ ਚਲੋ ਇਹ ਵੀ ਚੰਗੀ ਗੱਲ ਹੈ ਕਿ ਜਿਹੜੇ ਦੋਸਤ ਵੀ ਚੰਗੇ ਮਿਲੇ ਨੇ ਤੁਹਾਨੂੰ ਤੇ ਜਦੋਂ ਤੁਸੀਂ ਬਲੱਡ ਡੋਨੇਟ ਕਰਕੇ ਜਾਂ ਫਿਰ ਜੌਬ ਦਾ ਬਹਾਨਾ ਮਤਲਬ ਕਾਲਜ ਦਾ ਬਹਾਨਾ ਲਾ ਕੇ ਤੁਸੀਂ ਇਸ ਕੰਮ ਦੇ ਲਈ ਜਾਂਦੇ ਸੀਗੇ ਤੇ ਜਦੋਂ ਘਰੇ ਵਾਪਸ ਆਉਨੇ ਸੀ ਕਦੇ ਤੁਹਾਨੂੰ ਗਲੀ ਵਾਲਿਆਂ ਨੇ ਜਾਂ ਆਲੇ ਦੁਆਲੇ ਦੇ ਲੋਕਾਂ ਨੇ ਕਦੇ ਕੁਝ ਕਿਹਾ ਅ ਗਲੀ ਵਾਲਿਆਂ ਨੇ ਮੈਂ ਸੱਚ ਕਿਸੇ ਨਾਲ ਮੈਂ ਆਪਣੇ ਵਿੱਚ ਮਤਲਬ ਬੱਚਿਆਂ ਵਿੱਚ ਤੇ ਆਪਣੇ ਵਿੱਚ 4 ਸਾਲਾਂ ਲਈ ਮੈਂ ਆਪਣੇ ਵਿੱਚ ਤੇ ਬੱਚਿਆਂ 'ਚ ਰੁਝੀ ਹੋਈਆਂ ਮੈਂ ਮੈਂ ਨਹੀਂ ਕਿਸੇ ਦਾ ਉਨ ਕਰਦੀ ਕਿ ਮੇਰੇ ਬਾਰੇ ਉਹਨ ਕੀ ਬੋਲੇਗਾ ਮੈਨੂੰ ਮੇਰੇ ਕਰਮ ਨੇ ਦੇਣਾ ਵਾ ਉਹਨਾਂ ਨੂੰ ਉਹਨਾਂ ਦੇ ਕਰਮ ਨੇ ਉਹਨਾਂ ਦੇ ਕਰਕੇ ਮੈਂ ਆਪਣਾ ਨਹੀਂ ਛੱਡ ਸਕਦੀ ਬਿਲਕੁਲ ਬਿਲਕੁਲ ਉਹ ਬੋਲਣਗੇ ਤਾਂ ਬੋਲੀ ਗਾਨ ਪਰ ਜਦੋਂ ਲੋਡ ਹੋਵੇ ਤੇ ਉਦੋਂ ਤੁਸੀਂ ਮੈਨੂੰ ਕੋ ਰੱਬ ਨਾ ਉਹ ਚੱਕਰ ਘੁਮਾ ਦਿੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਤੁਹਾਡੇ ਬਾਰੇ ਕੌਣ ਬੋਲਦਾ ਤੇ ਮੈਮ ਸਵੇਰ ਨੂੰ ਕਿੰਨੇ ਵਜੇ ਘਰ ਤੋਂ ਜਾਂਦੇ ਹੋ ਤੇ ਵਾਪਸ ਕਿੰਨੇ ਵਜੇ ਹੁੰਦੇ ਹੋ ਅ ਜਦੋਂ ਕਾਲਜ ਜਾਂਦੀ ਸੀ ਉਦੋਂ ਤਾਂ ਮਤਲਬ 3 3:30 ਤੱਕ ਰਵੇਲੀ ਹੁੰਦੀ ਜਾਂ ਮੈਂ ਉਦੋਂ ਬਾਅਦ ਟ੍ਰੇਨਿੰਗ ਕਰਦੀ ਸੀ ਟ੍ਰੇਨਿੰਗ ਤੇ ਜਾਂਦੀ ਸੀ ਹੁਣ ਮੈਂ ਐਸੇ 7-8 ਵੇ ਤੱਕ ਰਵੇਲੀ ਹੁੰਦੀ ਆ ਪਰ ਜਦੋਂ ਗੁਲਾਬ ਦੇ ਵੀ ਸੀ ਕਿਉਂਕਿ ਬਲੱਡ ਉਹ ਤੋਂ ਬਾਹਰ ਉਹ ਲਿਆਣਾ ਪੈਂਦਾ ਸੀ ਤੇ ਉਦੋਂ ਮੈਨੂੰ ਰਾਤੀ 12:00 ਵੀ ਵੱਜ ਜਾਂਦੇ ਸੀ ਕਿਵੇਂ ਰਾਤ ਕੱਲੇ ਜਾਂਦੇ ਸੀ ਹਾਂ ਐਕਟਿਵ ਹੈ ਸੀ ਐਕਟਿਵ ਤੇ ਕਦੇ ਇਹ ਨਹੀਂ ਮਹਿਸੂਸ ਹੋਇਆ ਕਿ ਅਨ ਸੇਫ ਹੋ ਕਿਉਂਕਿ ਅੱਜ ਕੱਲ ਅਸੀਂ ਬਹੁਤ ਸੁਣਦੇ ਵੀ ਆ ਨਾ ਕੁਝ ਨਾ ਕੁਝ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਸਾਡੇ ਤੇ ਇਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਡੇ ਘਰਦਿਆਂ ਨੂੰ ਵੀ ਕਿਤੇ ਨਾ ਕਿਤੇ ਡਰ ਦੇ ਵਿੱਚ ਪਾ ਦਿੰਦੀਆਂ ਨੇ ਤੇ ਉਦੋਂ ਫਿਰ ਘਰਦਿਆਂ ਨੇ ਨਹੀਂ ਰੋਕਿਆ ਕਿ ਨਹੀਂ ਇੰਨੀ ਅੱਧੀ ਰਾਤ ਨੂੰ ਨਹੀਂ ਜਾਣਾ ਹੈ 11 12 ਵਜੇ ਸੇਫ ਨਹੀਂ ਹੈ ਮਾਹੌਲ ਧਿਆਨ ਨਾਲ ਆਣਾ ਹੈ ਇਦਾਂ ਦੀਆਂ ਗੱਲਾਂ ਜੀਆਂ ਬਿਲਕੁਲ ਪੂਜਾ ਜੀ ਤੁਸੀਂ ਬਿਲਕੁਲ درست ਸਵਾਲ ਪੁੱਛਿਆ ਕਿਉਂਕਿ ਤੁਸੀਂ ਤਾਂ ਇੱਕ ਕੁੜੀ ਹੋ ਨਾ ਕਿਉਂਕਿ ਇੱਕ ਇਮੇਜ ਜਿਹੜੀ ਆ ਤੁਸੀਂ ਰਾਤ ਨੂੰ ਲੇਟ ਆਉਂਦੇ ਹੋ ਉਹ ਸੋਚ ਲੈਂਦੇ ਨੇ ਹਾਲਾਂਕਿ ਮੈਂ ਜੇ ਲੇਟ ਹੋ ਜਾਵਾਂ ਇੱਕ ਮੁੰਡਾ ਆ ਮੈਨੂੰ ਵੀ 10 ਵਜੇ ਤੋਂ ਬਾਅਦ ਫੋਨ ਆਉਣਾ ਸ਼ੁਰੂ ਹੋ ਜਾਂਦਾ ਕਿ ਕਿੱਥੇ ਆ ਜੀ ਹਾਂ ਕਿਉਂਕਿ ਮੈਂ ਮੋਸਟਲੀ ਰੋਜ਼ 8 9 ਵੇ ਤੱਕ ਪਹੁੰਚ ਜਾਂਦੀ ਸੀ ਘਰੇ ਸਮ ਟਾਈਮਜ਼ ਹੋ ਜਾਂਦਾ ਸੀ ਜਬਲਡ ਖਤਮ ਨਹੀਂ ਹੋਇਆ ਜਾਂ ਬਲੱਡ ਸਲੋ ਕਿਉਂਕਿ ਫਿਲਟਰਸ ਲੱਗਨੇ ਆ ਬਲੱਡ ਨੇ ਸਲੋ ਸਲੋ ਜਾਣਾ ਆ ਅਦਰਵਾਇਜ਼ ਇਹ ਨਾਰਮਲੀ ਬੀਟੀ ਸੈਟ ਨਾ ਲੱਗੇ ਉਹਨਾਂ ਰਿਐਕਸ਼ਨ ਦੇ ਚਾਂਸ ਹੁੰਦੇ ਆ ਤੇ ਫਿਰ ਤਾਂ ਕਰਕੇ ਲੇਟ ਹੁੰਦੇ ਸੀ ਕਈ ਵਾਰ ਤੇ ਫੋਨ ਤਾਂ ਆਉਂਦੇ ਸੀ ਕਾਫੀ ਆਉਂਦੇ ਸੀ ਬਟ ਹੁਆ ਕਿ ਕਰ ਲਈਦਾ ਸੀ ਫੋਨ ਤੇ ਤੰਗੀ ਤਾਂ ਨਹੀਂ ਰਾਤ ਬਰਤ ਤੱਕ ਕਿਤੇ ਜਾਂ ਮੈਂ ਆਪਣੇ ਧਿਆਨ ਨਾਲ ਫਟਾਫਟ ਨਿਕਲ ਜਾਂਦੀ ਆ ਨਹੀਂ ਕਦੇ ਇਦਾਂ ਦੀ ਕੋਈ ਕਹਾਣੀ ਹੋਈ ਹੋਵੇ ਕਿ ਕਿਸੇ ਨੇ ਪਿੱਛਾ ਕੀਤਾ ਹੋਵੇ ਜਾਂ ਕਿਸੇ ਨੇ ਤੰਗ ਕੀਤਾ ਹੋਵੇ ਤੁਹਾਨੂੰ ਨਹੀਂ ਇਦਾਂ ਦਾ ਕਦੀ ਐਸਾ ਚ ਕਦੀ ਕੁਝ ਨਹੀਂ ਹੋਇਆ ਜੇ ਹੋ ਰੱਬ ਕਰਾਵੇ ਵੀ ਨਾ ਕਿਉਂਕਿ ਟਾਈਮ ਸਰ ਮਾ ਹੁਣ ਚਲੇ ਜਾਂਦੀ ਆ 9 ਵਜੇ ਤੱਕ ਕਿਉਂਕਿ ਇੱਥੇ ਹਸਪੀਟਲ ਸਟਾਫ ਬੜਾ ਕੋਆਪਰੇਟਿਵ ਹੈ ਔਰੀ ਦਾ ਜੀ ਤੇ ਉੱਥੇ ਹੁਣ ਐਡਜਸਟ ਹੋ ਜਾਂਦਾ ਮੈਂ ਜਲਦੀ ਨਿਕਲ ਜਾਂਦੀ ਹਾਂ ਤਾਂ ਪਹਿਲਾਂ ਉੱਥੇ ਜ਼ਿਆਦਾ ਹੁੰਦਾ ਸੀ ਕਿ ਉੱਥੇ ਲੇਟ ਕਿਉਂਕਿ ਮੈਨੂੰ ਓਨਾ ਟਾਈਮ ਦੇਣਾ ਪੈਂਦਾ ਸੀ ਕਈ ਵਾਰ ਤਾਂ ਪੇਰੈਂਟਸ ਵੀ ਛੋੜ ਕੇ ਆਇਆ ਘਰ ਬਟ ਕਈ ਵਾਰ ਆਪ ਹੀ ਜਾਣਾ ਪੈਂਦਾ ਸੀ ਕਿਉਂਕਿ ਹਰ ਇੱਕ ਕੋ ਕਨਵਿੰਸ ਨਹੀਂ ਹੁੰਦੀ ਸੀ ਜੇ ਜਲੰਧਰੋਂ ਬਾਹਰ ਦੇ ਬੱਚੇ ਐ ਤੇ ਫਿਰ ਉਹ ਐਡਜਸਟ ਹੁੰਦਾ ਸੀ ਉੱਥੇ ਥੋੜੀ ਮੁਸ਼ਕਲ ਹੁੰਦੀ ਸੀ ਤੇ ਜਦੋਂ ਫਿਰ ਤੁਸੀਂ ਫਾਈਨਲੀ ਜਦੋਂ ਸੋਚ ਆ ਇਸ ਕੰਮ ਦੇ ਬਾਰੇ ਥੈਲੇਸੀਮੀਆ ਦੇ ਪੇਸ਼ੈਂਟਸ ਨੂੰ ਠੀਕ ਕਰਨ ਦੇ ਵਾਸਤੇ ਜਾਂ ਫਿਰ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਤੇ ਸਭ ਤੋਂ ਪਹਿਲਾਂ ਜਿਹੜਾ ਖਿਆਲ ਹੈ ਉਹ ਥੈਲਸੀਮੀਆ ਦੇ ਪੇਸ਼ੈਂਟ ਵਾਸਤੇ ਹੀ ਕਿਉਂ ਆਇਆ ਕਿਉਂਕਿ ਜੇ ਸਮਾਜ ਸੇਵਾ ਕਰਨੀ ਐ ਸੀ ਹੋਰ ਵੀ ਬਹੁਤ ਤਰੀਕੇ ਦੀ ਐ ਐਨ ਜੀਓਜ਼ ਬੜੇ ਤਰੀਕਿਆਂ ਦੇ ਖੁੱਲੇ ਹੋਏ ਨੇ ਕੋਈ ਐਜੂਕੇਸ਼ਨ ਨੂੰ ਲੈ ਕੇ ਸਰਵਿਸ ਦੇ ਰਿਹਾ ਐ ਕੋਈ ਕੁੜੀਆਂ ਨੂੰ ਲੈ ਕੇ ਸਰਵਿਸ ਦੇ ਰਿਹਾ ਐ ਤੇ ਥੈਲਸੀਮੀਆ ਹੀ ਕਿਉਂ ਚੁਣਿਆ ਤੁਸੀਂ ਕਿਉਂਕਿ ਹਾਂ ਬਲੱਡ ਦੇਣ ਦੇ ਕਰਕੇ ਉਸ ਜਗ੍ਹਾ ਤੇ ਜੁੜੀ ਸੀ ਮੈਂ ਕਿ ਕਿ ਮੈਂ ਬਲੱਡ ਦੇਣ ਗਈ ਸੀ ਤੇ ਉਹਦੇ ਤੋਂ ਹੀ ਮਤਲਬ ਮੇਰਾ ਸਟਾਰਟਿੰਗ ਸੀਗਾ ਤੇ ਜਦੋਂ ਮੈਂ ਦੇਖਿਆ ਕਿ ਇੰਨਾ ਬੱਚਿਆਂ ਨੂੰ ਲੋੜ ਐ ਉੱਥੇ ਐਟਮੋਸਫੇਅਰ ਸਿਵਲ ਜਾਂਦੀ ਸੀ ਤੇ ਮੈਨੂੰ ਲੱਗਦਾ ਮੈਨੂੰ ਪਰਸਨਲੀ ਲੱਗਦਾ ਸੀ ਕਿ ਬੱਚੇ ਖੁਸ਼ ਨਹੀਂ ਏ ਕਿਉਂਕਿ ਮੈਂ ਜਾਣਨੀ ਜਦੋਂ ਆਪਾਂ ਕਿਸੇ ਜਗ੍ਹਾ ਤੇ ਜਾਂਦੇ ਕੋਈ ਬੱਚਾ ਪਰੇਸ਼ਾਨ ਆ ਕੋਈ ਦੁਖੀ ਹੈ ਜਦੋਂ ਆਪਾਂ ਉਹਨੂੰ ਪਿਆਰ ਨਾਲ ਗੱਲ ਕਰਨਾ ਤਾਂ ਉਹਦਾ ਦੁੱਖ ਘਟ ਜਾਂਦਾ ਹੈ ਬਿਲਕੁਲ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਉਹ ਬੱਚੇ ਦੀ ਨਾ ਮੈਨੂੰ ਨਹੀਂ ਪਤਾ ਕੀ ਹੈ ਬਟ ਮੇਰੇ ਹਿਸਾਬ ਨਾਲ ਜੇ ਆਪਾਂ ਉਹਨੂੰ ਖੁਸ਼ੀ ਦਾ ਟਾਈਮ ਦੇ ਦਈਏ ਨਾ ਥੋੜਾ ਜਿਹਾ ਕਿ ਜੇ ਬੋਲ ਕੇ ਕਲਪਕੇ ਵੀ ਕੰਮ ਕਰਨਾ ਹੈ ਹੱਸ ਕੇ ਕਿਉਂ ਨਹੀਂ ਜੇ ਤੁਸੀਂ ਉੱਥੇ ਟਾਈਮ ਉੱਥੇ ਕੋਈ ਜਿਹੜਾ ਪਰਸਨ ਆ ਰਿਹਾ ਹੈ ਜੇ ਤੁਸੀਂ ਉੱਥੇ ਦੇ ਇੰਚਾਰਜ ਹੋ ਤੁਸੀਂ ਕਲਪਕੇ ਵੀ ਬੋਲ ਰਹੇ ਹੋ ਹੱਸ ਕੇ ਵੀ ਤਾਂ ਤੇ ਉਹਨਾਂ ਨੂੰ ਵਧੀਆ ਲੱਗਦਾ ਪੇਰੈਂਟਸ ਨੂੰ ਵੀ ਵਧੀਆ ਲੱਗੇ ਸਾਰੇ ਖੁਸ਼ ਤੇ ਰਹੋਗੇ ਨਾ ਤੇ ਗਾਲਾਂ ਖਾਂ ਉਹ ਵੀ ਤੁਹਾਨੂੰ ਜੇ ਤੁਸੀਂ ਉਹਨੂੰ ਇਰਿਟ ਉਹ ਬੱਚੇ ਦੇ ਪੇਰੈਂਟਸ ਅੱਗੇ ਪਰੇਸ਼ਾਨ ਹੈ ਕਿ ਬੱਚੇ ਨੂੰ ਬਲੱਡ ਲੱਗ ਰਿਹਾ ਉਹ ਬੱਚਾ ਪਰੇਸ਼ਾਨ ਆ ਉਹਨੂੰ ਤੁਸੀਂ ਅੱਗੋਂ ਖਾਨ ਲਈ ਪੈ ਰਹੇ ਹੋ ਉਹ ਬਹੁਤ ਡਿਫਰੈਂਸ ਹੁੰਦਾ ਤੁਹਾਡੀ ਗੱਲ ਕਰਨ ਦੇ ਤਰੀਕੇ 'ਚ ਜੇ ਮੈਂ ਵੀ ਉਦਾਂ ਹੀ ਖਾਨ ਨੂੰ ਪਾਉਂਗੇ ਸ਼ਾਇਦ ਜਿਹੜੇ ਪੇਰੈਂਟਸ ਜਿਹੜੇ ਦੂਜੇ ਸ਼ਹਿਰਾਂ ਤੋਂ ਆਉਂਦੇ ਆ ਉੱਥੇ ਵੀ ਬਲੱਡ ਲੱਗਦਾ ਉਹ ਕਦੀ ਮੇਰੇ ਕੋਲ ਨਹੀਂ ਆਣਗੇ ਸਿਰਫ ਇੱਕ ਬੋਲ ਨਹੀਂ ਹੁੰਦੀ ਤੁਹਾਡੀ ਕਿ ਤੁਸੀਂ ਉਹਨੂੰ ਕਿੱਦਾਂ ਟ੍ਰੀਟ ਕਰ ਰਹੇ ਹੋ ਇਨਸਾਨ ਸਮਝ ਰਹੇ ਹੋ ਕਿ ਨਹੀਂ ਸਮਝ ਰਹੇ ਬਿਲਕੁਲ ਦੂਜਿਆਂ ਨਾਲ ਬਿਹੇਵ ਕਰੇ ਜਿਹੜਾ ਸੀ ਆਪਣੇ ਲਈ ਚਾਹੁੰਦੇ ਆ ਜੇ ਅਸੀਂ ਵੀ ਉਦਾਰਾ ਬਿਹੇਵ ਕਰਾਂਗੇ ਕਿ ਜਿਹੜਾ ਸਾਨੂੰ ਆਪਣੇ ਲਈ ਨਾ ਬਰਦਾਸ਼ਤ ਹੋ ਉਹਦਾ ਕੋਈ ਫਾਇਦਾ ਨਹੀਂ ਮੈਮ ਜਦੋਂ ਤੁਸੀਂ ਪਹਿਲੀ ਵਾਰ ਬਲੱਡ ਦੇਣ ਗਏ ਤੁਹਾਨੂੰ ਪਤਾ ਸੀ ਕਿ ਇਹ ਜਿਹੜਾ ਪੇਸ਼ੈਂਟ ਥੈਲਾਸੀਮੀਆ ਦਾ ਪੇਸ਼ੈਂਟ ਹੈ ਜਦ ਬਾਅਦ ਵਿੱਚ ਪਤਾ ਲੱਗਾ ਨਹੀਂ ਜਦੋਂ ਮੈਂ ਫਸਟ ਟਾਈਮ ਫਸਟ ਟਾਈਮ ਨਾ ਮੈਂ ਕਾਲਜ ਕੀਤਾ ਸੈਕਿੰਡ ਟਾਈਮ ਜਦ ਮੈਂ ਬਲੱਡ ਦੇਣ ਗਈ ਸੀ ਉਹ ਸ਼ਾਇਦ ਨਿਊ ਬੋਨ ਬੇਬੀ ਲਈ ਸੀਗਾ ਬਲੱਡ ਹਮ ਉਹਦਾ ਬਲੱਡ ਗਰੁੱਪ ਚੇਂਜ ਆਇਆ ਤੇ ਉਹਨੂੰ ਵੀ ਨਹੀਂ ਗਿਆ ਫਿਰ ਉਹ ਕਹਿੰਦਾ ਕਿ ਚੱਲ ਕੈਂਸਰ پیشنਟ ਉਹਦੇ ਜਾਂਦੇ ਆ ਉਹਦੇ ਨਾਲ ਸ਼ਾਇਦ ਉਹ ਮੈਚ ਨਹੀਂ ਕੀਤਾ ਮੇਰਾ ਬਲੱਡ ਜਾਂ ਬਲੱਡ ਗਰੁੱਪ ਦਾ ਕੋਈ ਡਿਫਰੈਂਸ ਆ ਗਿਆ ਫਿਰ ਉਹ ਬਲੱਡ థੈਲਾਸੀਮੀਆ ਨੂੰ ਗਿਆ ਸੀ ਇੱਕ ਕੁਦਰਤ ਦੀ ਖੇਡ ਵਾਪਰੀ ਉਸਨੇ ਦੇਖੋ ਤੇ ਕਿਉਂਕਿ ਦੋ ਪਰਸਨਸਲੀ ਰਿਜੈਕਟ ਹੋਨ ਆਰ ਬਲੱਡ ਗਰੁੱਪ ਚੇਂਜ ਆਣਾ ਮੈਂ ਸੋਚਿਆ ਨਹੀਂ ਸੀ ਮੈਂ ਕਿ ਚੱਲ ਕਿਸੇ ਦਾ ਕੰਮ ਆਊਗਾ ਬਟ ਉਹਤ ਗਿਆ ਉਸ ਬੱਚੇ ਨੂੰ ਸੀਗਾ థੈਲਾਸੀਮੀਆ ਤੇ ਇਹ ਹੀ ਤੁਹਾਡਾ ਟਰਨਿੰਗ ਪੁਆਇੰਟ ਸੀ ਉੱਥੇ ਚੇਂਜ ਹੋ ਗਈ ਲਾਈਫ ਤੇ ਫਿਰ ਸਿਵਲ ਦੇ ਵਿੱਚ ਕਿੰਨਾ ਟਾਈਮ ਤੁਸੀਂ ਕੰਮ ਕੀਤਾ ਸਿਵਲ 'ਚ ਮੈਂ अच्छा ਤੇ ਜਦੋਂ ਫਿਰ ਸਿਵਲ ਦੇ ਵਿੱਚ ਤੁਸੀਂ ਕੰਮ ਕਰਦੇ ਰਹੇ 8 ਮਹੀਨੇ ਕੰਮ ਕੀਤਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹ ਸੋਚਿਆ ਕਿ ਮੈਨੂੰ ਹੁਣ ਆਪਣਾ ਕੰਮ ਕਰਨਾ ਚਾਹੀਦਾ ਹਾਂਜੀ ਉਸ ਤੋਂ ਬਾਅਦ ਮੇਰੀ ਟੀਮ ਨੇ ਮੇਨ ਨਾਲ ਗੱਲ ਕੀਤੀ ਸੀ ਸਾਰਿਆਂ ਨੇ ਤੇ ਕੀ ਤੂੰ ਹੈਂਡਲ ਕਰ ਲੇਗੀ ਵੋਲਡ ਨੂੰ ਕਿਉਂਕਿ ਜਲੰਧਰ ਜਦੋਂ ਨਵਾਂ ਬਲੱਡ ਬੈਂਕ ਖੁੱਲ ਰਿਹਾ ਸੀਗਾ ਤੇ ਉਹਨਾਂ ਨੇ ਸਾਨੂੰ ਆਫਰ ਕੀਤੀ ਸੀ ਕਿ ਥੈਲੇਸੀਮੀਆ ਵਾਲੇ ਆਪਾਂ ਬਲੱਡ ਦਵਾਂਗੇ ਤੇ ਫਿਰ ਅਸੀਂ ਸੋਚ ਕੇ ਸਾਰਿਆਂ ਨੇ ਉਧਰ ਮੌੜ ਬੋਲੇ ਸੀ ਸਟਾਰਟਿੰਗ ਕਰ ਲਈ ਸੀ ਮੈਮ ਗੱਲਾਂ ਹੋਰ ਵੀ ਬਹੁਤ ਨੇ ਪਰ ਇਥੇ ਇੱਕ ਸਮਾਂ ਜਿਹੜਾ ਬ੍ਰੇਕ ਦਾ ਹੋ ਗਿਆ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਪ੍ਰੋਗਰਾਮ ਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ ਤੇ ਅੱਜ ਸਾਡੇ ਜਿਹੜੇ ਮਹਿਮਾਨ ਨੇ ਤ੍ਰਿਸ਼ਲਾ ਸ਼ਰਮਾ ਜੀ ਮੈਂ ਮੈਮ ਆਪਾਂ ਗੱਲਬਾਤ ਅੱਗੇ ਵਧਾਉਨੇ ਆਂ ਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਥੈਲਾਸੀਮੀਆ ਹੁੰਦਾ ਕੀ ਹੈ ਕਿਵੇਂ ਹੁੰਦਾ ਹੈ ਔਰ ਥੈਲਾਸੀਮੀਆ ਇੱਕ ਬਲੱਡ ਡਿਸਆਰਡਰ ਹੈ ਜਿਹੜਾ ਕਿ ਹੈਰਿਡਿਟਰੀ ਹੈ ਮਤਲਬ ਉਹਨਾਂ ਨੂੰ ਮੰਦਰ ਫਾਦਰ ਤੋਂ ਮਿਲਦਾ ਆ ਅਸੀਂ ਪਹਿਲਾਂ ਤਾਂ ਜਿੱਦਾਂ ਪਹਿਲਾਂ ਅਸੀਂ ਰਿਸ਼ਤੇਦਾਰੀ ਚ ਵਿਆਹ ਨਹੀਂ ਕਰਦੇ ਸੀ ਕਿਉਂਕਿ ਉਹ ਸ਼ਾਇਦ ਸੇਮ ਹੁੰਦੇ ਸੀ ਗੁੱਤਰ ਵਗੈਰਾ ਕੁਝ ਇਦਾਂ ਦਾ ਤੇ ਉਤੋਂ ਬਲੱਡ ਡਿਸਆਰਡਰ ਆਂਦਾ ਕਿਉਂਕਿ ਜੇ ਮਦਰ ਫਾਦਰ ਮਦਰ ਔਰ ਫਾਦਰ ਥੈਲਾਸੀਮੀਆ ਮਾਈਨਰ ਨੇ ਤੇ ਉਹਨਾਂ ਦੇ ਬੱਚੇ 25% ਚਾਂਸਸ ਹੈ ਕਿ ਉਹ ਮੇਜਰ ਹੋਣਗੇ 25% ਚਾਂਸ ਹੈ ਕਿ ਉਹ ਥੈਲਾਸੀਮੀਆ ਮਾਈਨਰ ਹੋਣਗੇ ਤੇ 50% ਚਾਂਸ ਹੈ ਕਿ ਨਾਰਮਲ ਹੋਣਗੇ ਤੇ ਜੇ ਆਪਾਂ ਮਤਲਬ ਸੇਮ ਮਤਲਬ ਮਾਈਨਰ ਮਾਈਨਰ ਮੈਰिज ਕਰਦੇ ਆਂ ਤੇ ਆ ਪ੍ਰੋਬਲਮ ਆਂਦੀ ਹੈ ਤੇ ਬੱਚਾ ਨੂੰ ਬਲੱਡ ਲੱਗਦਾ ਐਸ ਰੀਜ਼ਨ ਕਰਕੇ ਕਿਉਂਕਿ ਇਹ ਹੈਰਿਡਿਟਰੀ ਹੈ ਫੈਮਲੀ ਟੂ ਫੈਮਲੀ ਆਂਦਾ ਤੇ ਜਦੋਂ ਇਹ ਬਿਮਾਰੀ ਦਾ ਪਤਾ ਲੱਗਦਾ ਕਿਉਂਕਿ ਤੁਸੀਂ ਜਿੱਦਾਂ ਕਿਹਾ ਕਿ ਪੇਰੈਂਟਸ ਦੇ ਕੋਲੋਂ ਆਉਂਦੀ ਹੈ ਹਨਾ ਬਿਮਾਰੀ ਤੇ ਆਬਵੀਅਸਲੀ ਗੱਲ ਹੈ ਜਦੋਂ ਵਿਆਹ ਤੋਂ ਬਾਅਦ ਬੱਚਾ ਪੈਦਾ ਹੁੰਦਾ ਹੈ ਤੇ ਫਿਰ ਬਾਅਦ ਵਿੱਚ ਸਾਨੂੰ ਪਤਾ ਲੱਗਦਾ ਤੇ ਇਸ ਦਾ ਕੋਈ ਇਹ ਨਹੀਂ ਹੋ ਸਕਦਾ ਕਿ ਪਹਿਲਾਂ ਹੀ ਪਤਾ ਲੱਗ ਜਾਵੇ ਕਿ ਉਹ ਦੋਨੋਂ ਜਿਹੜੇ ਆ ਉਹਨਾਂ ਦਾ ਬਲੱਡ ਗਰੁੱਪ ਜਾਂ ਜੋ ਵੀ ਤੁਸੀਂ ਦੱਸ ਰਹੇ ਹੋ ਕਿ ਉਹ ਮੈਚ ਨਹੀਂ ਕਰ ਰਿਹਾ ਥੈਲੇਸੀਮੀਆ ਮਾਈਨਰ ਨਾ ਇੱਕ ਨਾਰਮਲ ਹੋ ਸਕਦਾ ਮੈਂ ਵੀ ਥੈਲੇਸੀਮੀਆ ਮਾਈਨਰ ਹੋਵਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਕਿ ਹੱਥ ਵੀ ਲੋ ਰਹਿਗਾ ਬਟ ਉਹ ਵੀ ਆਪਾਂ ਇਹਨਾਂ 9 10 ਤੇ ਬਹੁਤ ਡਰ ਨਹੀਂ ਕਰਦੇਗੀ ਹਾਂ ਲੋਕ ਕਿਉਂ ਆ ਜਾਂ ਕਿਦਾਂ ਜਾ ਕੋਈ ਟੈਸਟ ਨਹੀਂ ਕਰਾਂਦਾ ਜੇ ਆਪਾਂ ਗਾਇਨੋਕਾਲੋਜਿਸਟ ਨੂੰ ਕਹੀਏ ਉਹ ਥੈਲਾਸੀਮੀਆ ਦਾ ਟੈਸਟ ਨਹੀਂ ਕਰਵਾਉਂਦੇ ਜਾਂ ਇਹ ਵੀ ਨਹੀਂ ਦੇਖਦੇ ਕਿ ਉਹ ਲੇਡੀ ਮਾਈਨਰ ਤਾਂ ਨਹੀਂ ਹੈ ਜਾਂ ਉਹਦਾ ਹਸਬੰਡ ਮਾਈਨਰ ਤਾਂ ਨਹੀਂ ਹੈਗਾ ਠੀਕ ਹੈ ਆ ਗਾਇਨੋਕਾਲੋਜਿਸਟ ਟੈਸਟ ਨਹੀਂ ਕਰਦੀਆਂ ਕਿਉਂਕਿ ਮੇਰੇ ਕੋਲ ਜਿੰਨੇ ਬੱਚੇ ਆਉਂਦੇ ਉਹਨਾਂ ਚੋਂ ਕਈ 8 7 ਤੋਂ 8 ਬੱਚੇ ਜਾਂ 10 ਬੱਚੇ ਸੇਮ ਹਸਪੀਟਲ ਦੇ ਹੈ ਅੱਛਾ ਤੇ ਇੱਕ ਨੂੰ ਜੇ ਹੋ ਗਈ ਉਹ ਪ੍ਰੋਬਲਮ ਉਹਨਾਂ ਨੂੰ ਚਾਹੀਦਾ ਸੀ ਬਾਕੀਆਂ ਟੈਸਟ ਕਰਨ ਉਸ ਹਸਪੀਟਲ ਚ ਅੱਜ ਤੱਕ ਕੋਈ ਟੈਸਟ ਨਹੀਂ ਹੁੰਦਾ ਅੱਛਾ ਠੀਕ ਹੈ ਤੇ ਚਲੋ ਉਹ ਕਰਮ ਗਾਇਨਕੋਲੋਜਿਸਟ ਨੂੰ ਕਰਵਾਉਣਾ ਚਾਹੀਦਾ ਕਿਉਂਕਿ ਪੇਰੈਂਟਸ ਨੇ ਉੱਥੇ ਜਾ ਕੇ ਕਿਹਾ ਵੀ ਉਹਨਾਂ ਨੇ ਉਸ ਟਾਈਮ ਕਹਿ ਤਾ ਬਟ ਉਹ ਨਹੀਂ ਚੀਜ਼ ਹੋਈ ਤੇ ਥੈਲਸੀਮੀਆ ਮਾਈਨਰ ਦਾ ਟੈਸਟ ਐਚਪੀਏ 2 ਟੈਸਟ ਹੁੰਦਾ ਪਹਿਲਾਂ ਤੇ ਉਹ ਨਹੀਂ ਹੋ ਰਿਹਾ ਸਾਡੇ ਪੰਜਾਬ ਚ ਤੇ ਸ਼ਾਇਦ ਬਾਹਰ ਵੀ ਨਹੀਂ ਹੋ ਰਿਹਾ ਫੋਰਨ ਵਿੱਚ ਆ ਟੈਸਟ ਕੰਪਲਸਰੀ ਹੈ ਕਈ ਕੰਟਰੀਆਂ ਨੇ ਮਤਲਬ ਜਿਹੜੀਆਂ ਸਭ ਤੋਂ ਜ਼ਿਆਦਾ ਜਿੱਥੇ ਥੈਲਸੀਮੀਆ ਸੀ ਉਹਨਾਂ ਨੇ ਉੱਥੇ ਕੰਪਲਸਰੀ ਕਰਤਾ ਕਿ ਇਹ ਟੈਸਟ ਹੋਏ ਗਈ ਹੋਏਗਾ ਕਾਲਜ ਸਟੂਡੈਂਟਸ ਦਾ ਵੀ ਸਾਡੇ ਇੱਥੇ ਜੇ ਅਸੀਂ ਕੋਈ ਕਾਲਜ ਵੀ ਕਰਾਉਣਾ ਸਾਡੇ ਪਹਿਲਾਂ ਪੇਰੈਂਟਸ ਹੀ ਮੰਨਣਗੇ ਕਿਸੇ ਦਾ ਵੀ ਪੇਰੈਂਟਸ ਨਹੀਂ ਮੰਨਣਗੇ ਤੇ ਆਪਾਂ ਕੁੰਡਲੀਆਂ ਮਲਾਉਂਦੇ ਕਿਉਂ ਨਹੀਂ ਟੈਸਟ ਦਾ ਕਰਵਾ ਕੇ ਐਚਬੀਓ2 ਟੈਸਟ ਕਰਾ ਕੇ ਉਹਨੂੰ ਮਲਾਈਏ ਕਿ ਆਪਾਂ ਮਾਈਨਰ ਨਾਲ ਮੈਰਿਜ ਤੇ ਨਹੀਂ ਕਰ ਰਹੇ ਤੇ ਬੱਚਾ ਆ ਗਿਆ ਦਿੱਕਤ ਨਹੀਂ ਆਏਗੀ ਸਾਡੇ ਮੈਮ ਹੁਣ ਉਹ ਗੱਲ ਕਰਦੇ ਆ ਕਿ ਜਿਹੜੇ ਤੁਹਾਡੇ ਕੋਲ ਪੇਸ਼ੈਂਟ ਹੁੰਦੇ ਨੇ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਆਉਂਦੇ ਨੇ ਮੇਰੇ ਕੋਲ ਇਸ ਟਾਈਮ ਵੈਸੇ ਤਾਂ ਇਹਨਾਂ ਦੀ ਸਾਡੇ ਵਾਂਗ ਨਾਰਮਲ ਹੈ ਜੇ ਪ੍ਰੋਪਰ ਬਲੱਡ ਆ ਪੂਰੀ ਕੇਅਰ ਮਿਲੇ ਬਟ ਮੇਰੇ ਕੋਲ 3 ਸਾਲ ਤੋਂ ਲੈ ਕੇ 30 ਸਾਲ ਦਾ ਬੱਚਾ ਅ ਵੈਸਤਾ 3 ਮਹੀਨੇ ਤੱਕ ਰ ਪਤਾ ਲੱਗ ਜਾਂਦਾ ਹੈ ਕਿਆਂ ਨੂੰ 6 ਮਹੀਨੇ ਦਾ ਹਰ ਇੱਕ ਦਾ ਟਾਈਮ ਪੀਰੀਅਡ ਲੱਗ ਹੈ ਕਿਉਂਕਿ ਮੇਰੇ ਕੋਲ ਇੱਕ ਬੱਚਾ ਹੁਣ ਆਇਆ 10 ਸਾਲ ਤੋਂ ਲੱਗਣਾ ਸਟਾਰਟ ਹੋਇਆ ਨੂੰ ਬਲੱਡ ਪਹਿਲਾਂ ਹੋ ਸਕਦਾ ਇੰਟਰਮੀਡੀਏਟ ਹੋਵੇ ਇੰਟਰਮੀਡੀਏਟ ਹੁੰਦਾ ਜਿੰਨੂੰ ਕਿ ਹੋ ਸਕਦਾ ਸਾਲ ਬਾਅਦ ਬਲੱਡ ਲੱਗੇ ਪਰ ਉਹਨਾਂ ਦਾ ਪਹਿਲਾਂ ਪਤਾ ਨਹੀਂ ਲੱਗਾ ਤੇ ਹੁਣ ਉਹਨੂੰ ਮਤਲਬ ਲਾਸਟ ਇਅਰ ਲੋਕਡਾਊਨ ਚ ਬਲੱਡ ਲੱਗਣਾ ਸਟਾਰਟ ਹੋਇਆ ਸੀ ਤੇ ਬਾਕੀ ਜਿਹੜੇ ਬੱਚੇ ਨੇ ਉਹਨਾਂ ਨੂੰ 3 ਮਹੀਨੇ 6 ਮਹੀਨੇ ਜਾਂ 9 ਮਹੀਨੇ ਤੋਂ ਵਿੱਚ ਵਿੱਚ ਪਤਾ ਲੱਗ ਗਿਆ ਸੀ ਤੇ ਜਿਵੇਂ ਕਰੋਨਾ ਰਿਆ ਪਿੱਛੇ ਹੈ ਨਾ ਤੇ ਕਰੋਨਾ ਘਟੋ ਘਟ ਤਿੰਨ ਮਹੀਨੇ ਜਿਹੜਾ ਲਾਕਡਾਊਨ ਚੱਲਦਾ ਰਿਹਾ ਲਗਾਤਾਰ ਤੇ ਉਹਦੇ ਵਿੱਚ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਆਈਆਂ ਹੋਣਗੀਆਂ ਕਿਉਂਕਿ ਬਲੱਡ ਦੇਣਾ ਤਾਂ ਦੂਰ ਦੀ ਗੱਲ ਆ ਕੋਈ ਘਰੋਂ ਹੀ ਬਾਹਰ ਨਿਕਲ ਰਿਹਾ ਸੀ ਪਰ ਲੋਕ ਲਾਕਡਾਊਨ ਚ ਇਦਾਂ ਸੀ ਕਿ ਜਿਹੜੇ ਡੋਨਰਸ ਨੂੰ ਆਪਾਂ ਬਲੀਡ ਕਰਾਉਂਦੇ ਸੀ ਪਹਿਲਾਂ ਤਾਂ ਕੋਈ ਆਂਦਾ ਨਹੀਂ ਸੀ ਜਿਹੜੇ ਬਲੀਡ ਕਰਾਉਂਦੇ ਸੀ ਉਹਨੂੰ ਘਰੋਂ ਲੈ ਕੇ ਆਣਾ ਜਾਂ ਛੱਡਣਾ ਉਹ ਹਸਪੀਟਲ ਜਾਂ ਆਪਾਂ ਕਰਦੇ ਸੀ ਕਿ ਉਹਨੂੰ ਪਿਕ ਕਰੀਏ ਫਿਰ ਉਹਨੂੰ ਡ੍ਰੌਪ ਕਰਨਾ ਤੇ ਫਿਰ ਉਹਨਾਂ ਦਾ ਬਲੀਡ ਕਰਵਾ ਕੇ ਤੇ ਟੈਸਟ ਲਗਾ ਕੇ ਅਗਲੇ ਦਿਨ ਬੱਚੇ ਨੂੰ ਲਗਵਾਉਣਾ ਆ ਕਰੋਨਾ ਚ ਸਾਡਾ ਸਿਗਮਾ ਹਸਪੀਟਲ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਨੂੰ ਮਤਲਬ 3 ਮਹੀਨੇ ਬਿਲਕੁਲ ਫ੍ਰੀ ਸਰਵਿਸ ਪ੍ਰੋਵਾਈਡ ਕੀਤੀ ਹੈ ਜਿੱਦਾਂ ਬਾਕੀ ਸਮਾਨ ਦੇ ਸਬੱਤ ਆਪਾਂ ਬਲਕ ਚ ਖਰੀਦਿਆ ਸੀ ਮੈਂ ਘਰ ਪੈਕਿੰਗ ਕਰ ਲੈਣੀ ਰੋਜ਼ ਇੱਕ ਇੱਕ ਬੱਚੇ ਦੀ ਕਿ ਆਹ ਚ ਤੇ ਉਹ ਹਸਪੀਟਲ ਸਿਰੇ ਦੇਣਾ ਠੀਕ ਹੈ ਜਾਂ ਪੇਰੈਂਟਸ ਨੂੰ ਨਾਲ ਲੈ ਕੇ ਜਾऊं ਉਹ ਸਰ ਨੇ ਮਤਲਬ ਐ ਸੀਗਾ ਅਦਰਵਾਈਜ਼ ਉੱਤੇ ਕੋਸਟਿੰਗ ਹੈ ਬਲੱਡ ਲਗਵਾਉਣ ਦੀ ਤੇ ਬਟ ਉਹਨਾਂ ਨੇ ਸਾਡਾ ਕੋਈ ਚਾਰਜ ਨਹੀਂ ਲਿਆ 3 ਮਹੀਨੇ ਮਤਲਬ ਉਹ ਬਿਲਕੁਲ ਫ੍ਰੀ ਰਹੇ ਆ ਪਾਤੇ ਕਿ ਕੋਈ ਕੋਸਟਿੰਗ ਵਿਦਆਊਟ ਕੋਸਟਿੰਗ ਉਹਨਾਂ ਨੇ ਬਲੱਡ ਲਗਾਇਆ ਚੈੱਕ ਅਪ ਲਈ ਕੀਤਾ ਸਭ ਕੁਝ ਇਹ ਵੀ ਇੱਕ ਬਹੁਤ ਵਧੀਆ ਚੀਜ਼ ਹੈ ਕਿ ਕਿਸੇ ਦਾ ਕਿਸੇ ਹਸਪਤਲ ਨੇ ਤੁਹਾਡਾ ਇਦਾਂ ਸਾਥ ਦਿੱਤਾ ਹਾਂਜੀ ਕਿਉਂਕਿ ਆਪਾਂ ਅਸੀਂ ਉੱਥੇ ਗੁਲਾਬ ਦੇ ਵੀ ਸੀ ਉੱਥੇ ਕਰੋਨਾ ਅਵਾਰਡ ਬਣ ਗਿਆ ਸੀ ਪ੍ਰੋਪਰ ਵੱਡਾ ਅਸੀਂ ਵਿਲ ਵਾਂਗ ਹੀ ਉੱਥੇ ਪੂਰਾ ਪ੍ਰੋਪਰ ਕਰੋਨਾ ਦਾ ਚੱਲੇ ਆ ਤੇ ਪੇਸ਼ੈਂਟਸ ਵੀ ਬਹੁਤ ਸੀ ਤੇ ਸਾਨੂੰ ਡਰ ਲੱਗਦਾ ਸੀ ਆਪਾਂ ਉੱਥੇ ਜਾਵਾਂਗੇ ਤੇ ਕਿੱਦਾਂ ਮੈਨੇਜ ਕਰਾਂਗੇ 3 ਮਹੀਨੇ ਆਪਾਂ ਬਟ ਉਸ ਟਾਈਮ ਉਹਨਾਂ ਨੇ ਹੱਥ ਅੱਗੇ ਕੀਤਾ ਕਿ ਅਸੀਂ ਲਗਵਾਵਾਂਗੇ ਬਿਲਕੁਲ ਔਰ ਮੈਮ ਜਿਹੜੀ ਇਹ ਡਿਸੀਜ਼ ਆ ਇਹਦੇ ਵਿੱਚ ਜਿਹੜਾ ਬਲੱਡ ਕਿੰਨਾ ਹੋਣਾ ਚਾਹੀਦਾ ਹੈ ਪੇਸ਼ੈਂਟ ਦੇ ਵਿੱਚ ਔਰ ਇਹ ਮਤਲਬ ਕਿੰਨੇ ਟਾਈਮ ਬਾਅਦ ਦੁਬਾਰ ਹਰ ਇੱਕ ਦਾ ਟਾਈਮ ਪੀਰੀਅਡ ਨਾ ਅਕੋਰਡਿੰਗ ਟੂ ਏਜ ਘਟਦਾ ਹੈ ਜਾਂ ਵੱਧਦਾ ਹੈ ਜਿੱਦਾਂ ਛੋਟੇ ਬੱਚੇ ਨੇ ਉਹਨਾਂ ਦਾ ਮਤਲਬ ਮਹੀਨਾ-ਮਹੀਨਾ ਵੀ ਨਿਕਲ ਜਾਂਦਾ ਮਹੀਨਾ ਸਵਾ ਮਹੀਨਾ ਤੇ ਜਿਹੜੇ ਪੇਸ਼ੈਂਟ ਵੱਡੇ ਐ 10 ਦਿਨ ਦਾ ਵੀ ਟਾਈਮ ਪੀਰੀਅਡ 7 ਦਿਨ ਦਾ ਵੀ ਐ ਫਿਰ ਆਪਾਂ ਕਰਦੇ ਆ 15-20 ਦਿਨ ਬਾ ਜਾਂ ਦੋ ਯੂਨਿਟਸ ਲੱਗ ਜਾਂਦੇ ਆ ਜਿੱਦਾਂ ਡਾਕਟਰ ਨੇ ਲਿਖਿਆ ਹੋਵੇ ਤੇ ਐਦਾਂ ਡਾਕਟਰ ਮਤਲਬ ਜੇ ਆਪਾਂ 9 ਤੋਂ 9 ਤੋਂ 9:30 ਦੇ ਵਿੱਚ ਬਲੱਡ ਰੱਖੀਏ ਬੱਚੇ ਦਾ ਤੇ ਬੱਚਾ ਨਾਰਮਲ ਸਾਢੇ ਵਾਂਗ ਐ ਜੇ ਲੋਅ ਐ ਤੇ ਫਿਰ ਆਪੇ ਉਹਦੀ ਐਕਟੀਵਿਟੀਸ ਘਟਣਗੀਆਂ ਭੁੱਖ ਨਹੀਂ ਲੱਗੇਗੀ ਐਦਾਂ ਦਿੱਕਤ ਆਉਣੀ ਐ ਅਦਰਵਾਈਜ਼ ਜੇ ਆਪਾਂ ਉਹਨਾਂ ਦਾ 9 ਤੋਂ 10.5 ਦੇ ਵਿੱਚ ਰੱਖੀਏ ਬੱਚਾ ਪ੍ਰੋਪਰ ਹੈ ਕਿ 10.5 ਦੇ ਵਿੱਚ ਵਿੱਚ ਆਪਾਂ ਨੂੰ ਬਲੱਡ ਲਗਵਾ ਦਈਏ 10 ਤੋਂ 10.5 ਦੇ ਵਿੱਚ ਤੇ ਉਹਨੂੰ ਕੋਈ ਦਿੱਕਤ ਨਹੀਂ ਆਏਗੀ ਤੇ ਉਹ ਪ੍ਰੋਪਰ ਗਰੋਥ ਹੋਏਗੀ ਮੋਸਟਲੀ ਆਇਆ ਕਿ ਪੇਰੈਂਟਸ ਅਵੇਅਰਨੈਸ ਨਹੀਂ ਗਈ ਆ ਪੇਰੈਂਟਸ ਦਾ ਹੁਣ ਤੇ ਚਲੋ ਮੇਰੇ ਵਾਲਿਆਂ ਚ ਤੇ ਕਾਫੀ ਅਵੇਅਰਨੈਸ ਹੈ ਦੂਜੇ ਸ਼ਹਿਰਾਂ ਚ ਕਈਆਂ ਚ ਐਦਾ ਹੋਇਆ ਕਹਿੰਦੇ ਚਲੋ ਜਦੋਂ ਘਟ ਗਿਆ ਸਾਨੂੰ ਲੱਗਾ ਘਟ ਗਿਆ ਆਪਾਂ ਲਵਾਂ ਚ ਲੈ ਗਏ ਐ ਨਹੀਂ ਦੇਖਿਆ ਜਾਂਦਾ ਕਿ ਯਾਰ ਆਪਾਂ ਕਿਉਂ ਨਹੀਂ 9 ਤੋਂ 10.5 ਚ ਰੱਖੀਏ ਬੱਚੇ ਨੂੰ ਇਹ ਚੀਜ਼ ਹੈ ਇਸ ਬਿਮਾਰੀ ਦੇ ਸਿੰਪਟਮ ਮੈਮ ਕੀ ਜਦੋਂ 3 ਮਹੀਨੇ ਚ ਪਤਾ ਲੱਗਦਾ ਯੈਲੋਨੈਸ ਜਾਂ ਭੁੱਖ ਨਾ ਲੱਗਣੀ ਬੱਚਾ ਬਿਮਾਰ ਬੁਖਾਰ ਹੋਏ ਨਾ ਛੋਟਾ ਬੱਚਾ ਆਪਣੇ ਆਪ ਤੋਂ ਦੱਸ ਵੀ ਨਹੀਂ ਸਕਦਾ ਬੁਖਾਰ ਵਗੈਰਾ ਹੋ ਜਾਂਦਾ ਜਾਂ ਪੀਲਾ ਪੈ ਜਾਂਦਾ ਬੱਚਾ ਐਦਾਂ ਤੇ ਜਦੋਂ ਇਹ ਬਿਮਾਰੀ ਆ ਹੋਣ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਪੇਰੈਂਟਸ ਨੂੰ ਕਿ ਬੱਚੇ ਦੇ ਅੰਦਰ ਇਹ ਬਿਮਾਰੀ ਹੈਗੀ ਆ ਜਾਂ ਫਿਰ ਇਹਦਾ ਟੈਸਟ ਉਦੋਂ ਹੋ ਸਕਦਾ ਕਿ ਜਦੋਂ ਹੀ ਬੱਚਾ ਜਨਮ ਲੈਂਦਾ ਉਦੋਂ ਟੈਸਟ ਕੀਤਾ ਜਾ ਸਕਦਾ ਹੈ ਉਹਦਾ ਉਦੋਂ ਜੇ ਆਪਾਂ ਤਹਲੇ ਸੀ ਅਜੇ ਗਾਇਨੋਕਾਲੋਜਿਸਟ ਮਾਈਨਰ ਟੈਸਟ ਕਰਾ ਲੇਗੀ ਪੇਰੈਂਟਸ ਦਾ ਕਿ ਮਾਈਨਰ ਹੈ ਜਾਂ ਨਹੀਂ ਤੇ ਫਿਰ ਤਾਂ ਬੱਚੇ ਦਾ ਆਪਾ ਸਾਨੂੰ ਪਤਾ ਲੱਗ ਸਕਦਾ ਕਿ ਹੋ ਸਕਦਾ ਉਹ ਬੱਚਾ ਮਾਈਨਰ ਹੋਵੇ ਜਾਂ ਮੇਜਰ ਹੋਵੇ ਹਨਾ ਜੇ ਉਹ ਗਾਇਨੋਕਾਲੋਜਿਸਟ ਇਹਨਾਂ ਟੈਸਟ ਕਰਾਏਗੀ ਤਾਂ ਸਾਨੂੰ ਕਿੱਦਾਂ ਪਤਾ ਲੱਗੇਗਾ ਕਿਉਂਕਿ ਜੇ ਮੈਂ ਵੀ ਮੈਰिज ਕਰਾਨੀ ਬਾਈਚੰਸ ਮੇਰਾ ਟੈਸਟ ਨਹੀਂ ਹੈ ਜੇ ਮੈਂ ਇਸ ਫੀਲਡ ਚ ਨਾ ਆਂਦੀ ਤਾਂ ਮੈਨੂੰ ਵੀ ਨਹੀਂ ਪਤਾ ਹੋਣਾ ਸੀ ਤੇ ਇਹੀ ਗੱਲ ਜਿਹੜੀ ਹੈ ਇੰਟਰਸਟਿੰਗ ਪੁਆਇੰਟ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਕਿਉਂਕਿ ਤੁਸੀਂ ਜਰਨਲਿਜ਼ਮ ਕੀਤੀ ਹੋਈ ਹੈ ਤੇ ਜਰਨਲਿਜ਼ਮ ਤੋਂ ਬਾਅਦ ਤੁਸੀਂ ਮਤਲਬ ਟੋਟਲੀ ਜਿਹੜੀ ਹੈ ਡਿਫਰੈਂਟ ਲਾਈਨ ਮੈਡੀਕਲ ਹੀ ਲਾਈਨ ਤੁਸੀਂ ਚੁਣ ਲਈ ਹੈ ਹਨ ਤੇ ਜਰਨਲਿਜ਼ਮ ਦੇ ਵਿੱਚ ਕੁਝ ਹੋਰ ਮਤਲਬ ਅਸੀਂ ਸਵਾਲ ਜਵਾਬ ਕਰਦੇ ਆ ਅਸੀਂ ਫੀਲਡ ਦੇ ਵਿੱਚ ਜਾਂਦੇ ਆ ਹਨ ਤੇ ਇਹਦੇ ਵਿੱਚ ਤੁਸੀਂ ਮੈਡੀਕਲ ਹੀ ਜਿਹੜੀ ਨੋਲਿਜ ਆ ਫਿਰ ਉਹ ਕਿੱਦਾਂ ਹਾਸਲ ਕੀਤੀ ਕਿਉਂਕਿ ਜਿਹੜੀ ਮੈਡੀਕਲ ਨੋਲਿਜ ਆ ਉਹ ਆਮ ਇਦਾਂ ਹੀ ਆਉਣ ਵਾਲੀ ਨਹੀਂ ਹੈ ਇਹਦੇ ਲਈ ਪੜਾਈਆਂ ਕਰਨੀਆਂ ਪੈਂਦੀਆਂ ਡਾਕਟਰ ਲਾਈਨ ਸਪੈਸ਼ਲਿਸਟ ਨਾਲ ਲੁਧਿਆਣੇ ਸੈਮੀਨਾਰਸ ਥੈਲਸੀਮੀਆ ਦੇ ਤੇ ਡਾਕਟਰ ਸ਼ੂਤੀ ਕਕਰ ਲਗਾਉਂਦੇ ਸੀ ਤੇ ਮੈਂ ਉਹ ਵੀ ਅਟੈਂਡ ਕਰਦੀ ਸੀ ਸਿਵਲ ਤੋਂ ਮੈਂ ਸਿੱਖਿਆ ਕਿ ਕਿਸ ਦਿੱਕਤ ਕੋਈ ਰਿਐਕਸ਼ਨ ਹੋਵੇ ਬਲਟ ਦਾ ਕਿਹੜੇ ਇੰਜੈਕਸ਼ਨ ਲਗਾਉਣਾ ਤੇ ਨਰਸਿਸ ਨੇ ਜਾਂ ਡਾਕਟਰਸ ਨੇ ਹੁੰਦਾ ਪਰ ਮੈਂ ਫਿਰ ਵੀ ਆਪਣੇ ਕੋਲ ਨੌਲੇਜ ਰੱਖਦੀ ਸੀ ਕਿ ਕਿਹੜਾ ਇੰਜੈਕਸ਼ਨ ਲਗਾ ਰਿਹਾ ਕਿਉਂ ਲਗਾ ਰਿਹਾ ਕਿ ਦਿੱਕਤ ਕਰਕੇ ਲਗਾ ਰਿਹਾ ਤਾਂ ਉਸ ਚੀਜ਼ ਨੂੰ ਨੌਲੇਜ ਕਰਕੇ ਸ਼ਾਇਦ ਕਿਉਂਕਿ ਮੈਂ ਨਾ ਬੜੀ ਸ਼ਾਈ ਨੇਚਰ ਦੀ ਰਹੀ ਹਾਂ ਕਿ ਮੈਂ ਬੋਲਣਾ ਨਹੀਂ ਜਦੋਂ ਕਾਲਜ ਵਿੱਚ ਕੋਈ ਚੀਜ਼ ਕਰਾਣੀ ਐ ਐਕਟੀਵਿਟੀ ਤੇ ਮੈਂ ਪਿੱਛੇ ਬਚਣਾ ਕਿ ਮੇਰੀ ਵਾਰੀ ਆਵੇ ਹੀ ਨਾ اچھا ਸ਼ਾਇਦ ਇਸੇ ਕਰਕੇ ਕੁਦਰਤ ਨੇ ਤੁਹਾਨੂੰ ਇੱਕ ਸਾਈਡ ਤੇ ਲਾਤਾ ਕਿ ਤੁਸੀਂ ਕਿਉਂਕਿ ਜਨਤਨ ਦੇ ਵਿੱਚ ਤਾਂ ਬਹੁਤ ਬੇਬਾਕ ਹੋ ਕੇ ਕਈ ਵਾਰ ਬੋਲਣਾ ਮੈਨੂੰ ਸ਼ੌਂਕ ਬੜਾ ਸੀ ਟੀਵੀ ਦੇ ਆਉਂਦਾ ਬਟ ਸੋਚਿਆ ਨਹੀਂ ਸੀ ਕਦੀ ਕਿ ਮੈਂ ਇੰਟਰਵਿਊਜ਼ ਦੀ ਜਗ੍ਹਾ ਇਦਾਂ ਵੀ ਮੇਰੀ ਕਦੀ ਆਵੇ ਹੋਵੇਗਾ ਕਿਉਂਕਿ ਮੈਂ ਸੂਈ ਤੋਂ ਬੜਾ ਡਰਦੀ ਹੁੰਦੀ ਸੀ ਹੁਣ ਤਾਂ ਸੂਈ ਲਗਾ ਵੀ ਲੈਂਦੀ ਆ ਅੱਛਾ ਮੈਂ ਜਦੋਂ ਡਾਕਟਰ ਮੇਰਾ ਇੱਕ ਵਾਰੀ ਫੀਵਰ ਕਰਕੇ ਟੈਸਟ ਹੋਣਾ ਸੀ ਤੇ ਮੈਂ ਹਸਪੀਟਲ ਸਿਰ ਤੇ ਚੱਕਿਆ ਹੁੰਨਾ ਸੀ ਮੈਨੂੰ ਬਹੁਤ ਡਰ ਲੱਗਦਾ ਸੀ ਇੰਜੈਕਸ਼ਨ ਵਗੈਰਾ ਤੋਂ ਪਰ ਹੁਣ ਉਹੀ ਪਤਾ ਨਹੀਂ ਬੱਚਿਆਂ ਕਰਕੇ ਕਹਿ ਲਈਏ ਉਹ ਚੀਜ਼ ਦਾ ਡਰ ਘਟ ਗਿਆ ਹੁਣ ਮੇਰੇ ਅੰਦਰ ਜੀ ਹਾਂ ਹੁਣ ਉਹ ਡਰ ਨਹੀਂ ਲੱਗਦਾ ਜੀ ਬਿਲਕੁਲ ਤੇ ਉਹੀ ਮੈਂ ਗੱਲ ਕਰ ਰਹੀ ਸੀ ਕਿ ਮੈਡੀਕਲ ਨੋਲਿਜ ਜਿਹੜੀ ਤੁਸੀਂ ਸੈਮੀਨਾਰ ਤਾਂ ਅਟੈਂਡ ਕੀਤੇ ਪਰ ਉਸ ਤੋਂ ਬਾਅਦ ਫਿਰ ਅੱਗੇ ਜਿਹੜੀ ਡੀਪਲੀ ਨੋਲਿਜ ਆ ਉਹ ਕਿੱਦਾਂ ਫਿਰ ਲਈ ਥੈਲਾਸੀਮੀਆ ਵਾਲਾ ਜਿਹੜਾ ਸੈਮੀਨਾਰ ਲੱਗਦੇ ਨੇ ਨਾ ਉਹ ਸਟਾਰਟਿੰਗ ਤੋਂ ਉਹਨਾਂ ਨੂੰ ਡਾਕਟਰ ਸ਼ੁਤੀ ਦੱਸਦੇ ਸੀ ਕਿ ਕਿੱਦਾਂ ਕੀ ਕਿਉਂ ਉਹ ਸਾਰਾ ਚੀਜ਼ਾਂ ਨਾ ਉਹਨਾਂ ਕੋਲ ਪਤਾ ਲੱਗੀਆਂ ਜਾਂ ਕੁਛ ਵਾ ਇੱਕ ਕੋਰਸ ਵੀ ਹੁੰਦਾ ਫੋਰਨ ਚ TIF ਕਰਵਾਂਦੀ ਹੈ ਤੇ ਮੈਂ ਉਹ ਵੀ ਥੋੜਾ ਬੋਧਾ ਨਾਲ-ਨਾਲ ਦੇਖਦੀ ਸੀ ਚਲੋ ਹਲੇ ਕੰਪਲੀਟ ਨਹੀਂ ਕਰ ਪਾਈ ਦੋ ਤਿੰਨ ਵਾਰੀ ਮੇਰੇ ਨਾਲ ਰੋਲ ਹੋਈਆਂ ਪਰ ਉਹ ਕੰਪਲੀਟ ਨਹੀਂ ਆਇਆ ਕਿ ਆਨਲਾਈਨ ਸੀ ਮੇ ਕੋਲ ਆਨਲਾਈਨ ਨਹੀਂ ਹੋਇਆ ਉਹ ਕੋਰਸ ਕੰਪਲੀਟ ਤੇ ਮੈਂ ਉੱਥੋਂ ਵੀ ਸਿੱਖਦੀ ਸੀ ਕਿ ਕਿੱਦਾਂ ਕੀ ਕੱਲੀ ਹੁੰਦੀ ਹੈ ਜਾਂ ਕਿਉਂ ਆ ਕਿਉਂਕਿ ਬਾਕੀ ਮੈਨੂੰ ਕੁਝ ਪੇਰੈਂਟਸ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਨੋਲਿਜ ਹੈ ਉਤੇ ਉਹਨਾਂ ਕੋਲ ਪਤਾ ਲੱਗਾ ਕਿ ਕਈ ਹਰ ਪੇਰੈਂਟਸ ਨੂੰ ਲੱਗ ਡਿਫਰੈਂਟ ਨੌਲੇਜ ਆ ਕਿਉਂਕਿ ਡਾਕਟਰ ਕੋ ਜਾਣਦੇ ਆ ਹਨਾ ਤੇ ਇੱਕ ਪੇਰੈਂਟਸ ਨੇ ਜਿੱਦਾਂ ਨਵੀਂ ਚੀਜ਼ ਦੱਸਦੀ ਦੂਜੇ ਨੇ ਦੱਸਦੀ ਕਿ ਆਹ ਦਿੱਕਤ ਉਹ ਵਾਹ ਚੀਜ਼ ਨਹੀਂ ਕਰਨੀ ਆ ਉਦਾਂ ਨਹੀਂ ਕਰਨਾ ਆਹ ਚੀਜ਼ ਨਹੀਂ ਖਾਣੀ ਬੱਚਿਆਂ ਨੇ ਆਇਰਨ ਐਨਰਜ ਫੋਰਮ ਨਹੀਂ ਦੇਣਾ ਉਹਨਾਂ ਨੂੰ ਇਦਾਂ ਸਾਰਾ ਕੁਝ ਸਭ ਮਤਲਬ ਹਰ ਪਾਸੇ ਮੈਨੂੰ ਮਤਲਬ ਉਹ ਤਾਂ ਹੋਣ ਲੱਗ ਪਿਆ ਕਿ ਮੈਂ ਥੈਲੇਸੀਮੀਆ ਬਾਰੇ ਜਾਨਣਾ ਤੇ ਉਸ ਤੋਂ ਪਤਾ ਲੱਗਦਾ ਗਿਆ ਹੌਲੀ ਹੌਲੀ ਤੇ ਫਿਰ ਖੁਦ ਵੀ ਸਰਚ ਵਗੈਰਾ ਕਰਦੇ ਹੋਂ ਇਸ ਬਿਮਾਰੀ ਦੇ ਬਾਰੇ ਕਿਉਂਕਿ ਅਪਡੇਸ਼ਨ ਜਿਹੜੀ ਆ ਹੁੰਦੀ ਰਹਿੰਦੀ ਆ ਨਵੇਂ ਨਵੇਂ ਦਵਾਈਆਂ ਆਉਂਦੀਆਂ ਨੇ ਹੈਨਾ ਤੇ ਇਨਸਟਰਕਸ਼ਨਸ ਆਉਂਦੀਆਂ ਨੇ ਤੇ ਉਹ ਫਿਰ ਤੁਸੀਂ ਸਰਚ ਕਰਦੇ ਰਹਿੰਦੇ ਹੋ ਹਾਂਜੀ ਥੈਲੇਸੀਮੀਆ ਬਾਰੇ ਮੋਸਟ ਤਾਂ ਲੱਗੇ ਜਾਂ ਡਾਕਟਰਸ ਕੋਲ ਪੁੱਛ ਲਿਆ ਹੁਣ ਕਾਫੀ ਵਰਕਿੰਗ ਕਰਕੇ ਕਾਫੀ ਲੋਕ ਜੁੜੇ ਨੇ ਨਾਲ ਜੇ ਮੈਨੂੰ ਇਨਫੋਰਮੇਸ਼ਨ ਨਹੀਂ ਤੇ ਉਹਨਾਂ ਨੇ ਮੈਨੂੰ ਦੱਸਣਾ ਨਾ ਨਵੀਂ ਚੀਜ਼ ਆਈ ਹੈ ਬੇਟਾ ਆ ਦੇਖ ਲੈ ਫਰੀਦাবাদ ਤੋਂ ਕੁਝ ਲੋਕ ਨੇ ਜਿਹੜੇ ਫੈਥੈਲਸੀਮੀਆ ਵਾਲੇ ਬਿਲਕੁਲ ਪ੍ਰੋਪਰ ਵਰਕ ਕਰ ਰਹੇ ਹੈ ਸ਼ਾਇਦ ਮੈਂ ਉਹਨਾਂ ਉਸ ਲੈਵਲ ਤੇ ਨਹੀਂ ਕਰ ਰਹੀ ਬਟ ਉਹਨਾਂ ਕੋ ਜਿਹੜੀ ਨੋਲੇਜ ਆ ਉਹ ਮੈਨੂੰ ਦੱਸਦੇ ਰਹਿੰਦੇ ਆ ਕਿਉਂਕਿ ਸ਼ਾਇਦ ਉਹਨਾਂ ਨਾਲ ਥੈਲਸੀਮੀਆ ਕਰਕੇ ਨਾ ਇੰਟਰੈਕਸ਼ਨ ਹੁੰਦੀ ਰਹਿੰਦੀ ਹੈ ਕਿ ਆ ਚੀਜ਼ ਆਈ ਹੈ ਜਾਂ ਫਿਲਟਰਸ ਆ ਇੱਥੋਂ ਸਸਤੇ ਆ ਜਾਂ ਇੱਥੋਂ ਬੱਚੇ ਲਈ ਲੈਣੇ ਤੇ ਇੱਥੇ ਮਤਲਬ ਵਧੀਆ ਆ ਇੱਥੋਂ ਜੇ ਮਹਿੰਗੇ ਮਿਲ ਰਹੇ ਆ ਉੱਥੋਂ ਲੈ ਲਈਏ ਇਸ ਤਰ੍ਹਾਂ ਹੁੰਦਾ ਰਹਿੰਦਾ ਜਾਂ ਡੋਨੇਸ਼ਨ ਥਰੂ ਜਿਹੜੀ ਚੀਜ਼ ਲੈਣੀ ਆ ਉੱਥੋਂ ਸਾਰਾ ਕੁਝ ਮੈਨੂੰ ਅਲੱਗ-ਅਲੱਗ ਬੰਦਿਆਂ ਕੋ ਹਰ ਨੌਲੇਜ ਮਿਲਦੀ ਨਹੀਂ ਤੇ ਹੁਣ ਮੈਂ ਲੈਂਦੀ ਆ ਪਹਿਲਾਂ ਮੈਨੂੰ ਹੁੰਦਾ ਸੀ ਮੈਂ ਇੰਟਰੈਕਟ ਨਹੀਂ ਕਰਨਾ ਕਿਸੇ ਨਾਲ ਪਰ ਐ ਇੱਕ ਸਾਲ ਹੋ ਗਿਆ ਕਿ ਮੈਂ ਹਰ ਇੱਕ ਨਾਲ ਇੰਟਰੈਕਟ ਕਰਦੀ ਆ ਮੈਮ ਇਸ ਬਿਮਾਰੀ ਦੇ ਵਿੱਚ ਜੇ ਗੱਲ ਕਰੀਏ ਖਾਣ ਦੀ ਤੇ ਪੇਸ਼ੈਂਟ ਨੂੰ ਕੀ ਖੁਰਾਕ ਦੇਣੀ ਚਾਹੀਦੀ ਖਾਣ ਨੂੰ ਜਿਹਦੇ ਵਿੱਚ ਆਇਰਨ ਆ ਉਹ ਤਾਂ ਬਿਲਕੁਲ ਨਹੀਂ ਦੇਣਾ ਜਿਹੜੀ ਚੀਜ਼ ਜਿੱਦਾ ਪਾਲਕ ਹੋ ਗਈ ਆ ਵੈਜੀਟੇਬਲਸ ਇਹਨਾਂ ਚ ਆਇਰਨ ਰਿਚ ਹੈਗਾ ਆਇਰਨ ਦਾ ਸਾਡੇ ਖੂਨ ਨੂੰ ਵਧਾਉਂਦਾ ਹੈ ਬਟ ਆਪਾਂ ਥੈਲੇਸੀਮੀਆ ਬੱਚੇ ਨੂੰ ਆਇਰਨ ਨਹੀਂ ਦੇ ਸਕਦੇ ਇਸ ਤਰ੍ਹਾਂ ਚੋਂ ਕਿਉਂਕਿ ਜਿਹੜਾ ਬਲੱਡ ਤੋਂ ਉਹਨਾਂ ਦੇ ਆਇਰਨ ਜਾ ਰਿਹਾ ਸਾਨੂੰ ਸ਼ਾਇਦ 150 ਤੋਂ 250 ਦੇ ਵਿੱਚ ਵਿਚਾਇਨ ਰੱਖਣਾ ਹੁੰਦਾ ਆਪਣੀ ਨਾਰਮਲ ਬਾਡੀ 'ਚ ਤੇ ਅਸੀਂ ਸਾਡਾ ਬਲੱਡ ਤਾਂ ਬੰਦਾ ਸੀ ਉਹ ਆਇਰਨ ਵਾਲਾ ਫੂਡ ਲੈ ਲਈਏ ਤਾਂ ਸਾਡਾ ਬਣ ਜਾਏਗਾ ਬਟ ਉਹਨਾਂ ਦਾ ਉਸ ਚੀਜ਼ ਨਾਲ ਆਇਰਨ ਵੱਧਣ ਨਾਲ ਕਿੰਦਾ ਪੂੜੀ ਚੌਗਰ ਲੋਡ ਹੁੰਦਾ ਤੇ ਉਹਦੇ ਨਾਲ ਹੀ ਉਹਨਾਂ ਦੀ ਆਰਗਨ ਫੇਲਿਅਰ ਦਾ ਡਰ ਹੁੰਦਾ ਜਾਂ ਉਹ ਕਿਸ ਤਰੀਕ ਕਈਆਂ ਦਾ ਉਹ ਲਿਵਰ ਤੇ ਹੋਏ ਜੰਮ ਜਾਂਦਾ ਆਇਰਨ ਜਾਂ ਹਾਰਟ ਤੇ ਜੰਮ ਜਾਂਦਾ ਮੈਡੀਸਨ ਨਾਲ ਫਿਰ ਉਹ ਨਿਕਲਦਾ ਹੈ ਤੇ ਐਸ ਕਰਕੇ ਉਹਨਾਂ ਨੂੰ ਆਇਰਨ ਵਾਲਾ ਫੂਡ ਆਪਾਂ ਅਵੋਇਡ ਕਰੀਦਾ ਹੂੰ ਜੇ ਮੈਂ ਗੱਲ ਕਰੀ ਆਪਾਂ ਬਲੱਡ ਅਨਾਰ ਵਗੈਰਾ ਨਹੀਂ ਲੈ ਸਕਦੇ ਬੀਟਰੂਟ ਆਪਾਂ ਜਿਹੜਾ ਕਹਿੰਦੇ ਆਪਾਂ ਕਵਾਂਗੇ ਕਿ ਖੂਨ ਘਟਿਆ ਚੱਲਣ ਨੂੰ ਦੇ ਦਈਏ ਆਪਾਂ ਆਪਾਂ ਉਹਨਾਂ ਨੂੰ ਨਹੀਂ ਦੇ ਸਕਦੇ ਮਤਲਬ ਜਿੰਨੀਆਂ ਵੀ ਜਿਹੜੀਆਂ ਖੁਰਾਕਾਂ ਨੇ ਖੂਨ ਵਧਾਉਣ ਵਾਲੀਆਂ ਨੇ ਉਹ ਅਸੀਂ ਬੱਚਿਆਂ ਨੂੰ ਨਹੀਂ ਦੇ ਸਕਦੇ ਜੇ ਆਪਾਂ ਬਲੱਡ ਦੀ ਗੱਲ ਕਰੀਏ ਕਿ ਬਲੱਡ ਜਿਹੜਾ ਫਰੈਸ਼ ਢਾਉਣਾ ਚਾਹੀਦਾ ਜਾਂ ਜਿਹੜਾ कोरोना टाइम ਤੇ ਆਪਾਂ ਫਲੈਸ਼ ਬਲੱਡ ਵੀ ਵੈਸੇ ਆਪਾਂ ਪ੍ਰੇਫਰ ਕਰਦੇ ਆ ਕਿ ਫਰੈਸ਼ ਬਲੱਡ ਚੜਾਈਏ 2-3 ਦਿਨ ਪਹਿਲਾਂ ਬਲੀਡ ਖਰਾ ਕੇ ਬਟ ਕੋਰੋਨਾ ਦੇ ਵਿੱਚ ਆਇਆ ਹੋਇਆ ਸੀ ਕਿ ਸਾਨੂੰ ਡੋਨਰਸ ਨਹੀਂ ਵੀ ਕਈ ਵਾਰ ਮਿਲੇ ਠੀਕ ਆ ਉਹਦੇ ਵਿੱਚ ਆਪਾਂ ਥੋੜਾ ਕੀਤਾ ਕਿ ਜਿਹੜਾ ਵੀ ਮਿਲ ਰਿਹਾ ਇਸ ਟਾਈਮ ਤੇ ਆਪਾਂ ਮਨ ਚੜਾ ਦਗੇ ਰਿਫਰੈਸ਼ ਨਹੀਂ ਵੀ ਹੈਗਾ ਬਟ ਆਪਾਂ ਪ੍ਰੇਫਰ ਕਰਦੇ ਆਂ ਕਿ ਫਰੈਸ਼ ਮਿਲ ਜਾਏ ਤਾਂ ਬਹੁਤ ਵਧੀਆ ਦੋ ਤਿੰਨ ਦੇ ਵਿੱਚ ਉਹਦਾ ਟੈਸਟ ਹੋਏ ਹੁੰਦਾ ਵੀਕ ਦੇ ਵਿੱਚ ਵਿੱਚ ਆਪਾਂ ਚੜਾ ਲਈਦਾ ਵੈਸੇ ਤਾਂ 15 ਡੇਸ ਡਾਕਟਰ ਨੇ ਕਿਹਾ ਹੈ ਕਿ 15 ਡੇਸ ਵਾਲਾ ਬਰਡ ਜੜਾ ਹੈ ਕਿ ਉਹ ਫਰੈਸ਼ ਮਤਲਬ ਸਹੀ ਹੁੰਦਾ ਬੱਚਿਆਂ ਲਈ ਤੇ ਅਕੋਰਡਿੰਗ ਟੂ ਦੀ ਐਕਸਪਾਇਰੀ ਡੇਟ ਦੇ ਹਿਸਾਬ ਨਾਲ ਆਪਾਂ ਦੇਖ ਲਈਦਾ ਸੋ ਗੱਲਾਂ ਬਾਤਾਂ ਦਾ سلسلہ ਇੱਦੇ ਚੱਲਦਾ ਰਹੇਗਾ ਇੱਥੇ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਬ੍ਰੇਕ ਤੋਂ ਬਾਅਦ ਫਿਰ ਤੋਂ ਮੁਲਾਕਾਤ ਹੋਵੇਗੀ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਹੈ ਗੱਲ ਪੰਜਾਬ ਦੀ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਮੌਜੂਦ ਨੇ ਤ੍ਰਿਸ਼ਲਾ ਜੀ ਜੋ ਕਿ ਥੈਲੇਸੀਮੀਆ ਦੇ ਬੱਚਿਆਂ ਨੂੰ ਸੰਭਾਲ ਰਹੇ ਨੇ ਉਹਨਾਂ ਨੂੰ ਅਡਾਪਟ ਕੀਤਾ ਹੋਇਆ ਹੈ ਤੇ ਰੂਟੀਨ ਦੇ ਵਿੱਚ ਉਹਨਾਂ ਦਾ ਚੈੱਕਅਪ ਕਰਦੇ ਨੇ ਬਲੱਡ ਚੜਾਉਂਦੇ ਨੇ ਤੇ ਥੈਲੇਸੀਮੀਆ ਬਿਮਾਰੀ ਹੈ ਕਿ ਇਸ ਦਾ ਇਲਾਜ ਕਿਵੇਂ ਹੋ ਸਕਦਾ ਹੈ ਇਸ ਦੀ ਰੋਕਥਾਮ ਕਿਵੇਂ ਹੋ ਸਕਦੀ ਹੈ ਸਾਰੀਆਂ ਗੱਲਾਂ ਬਤਾ ਕਰ ਰਹੇ ਹਾਂ ਕਿਉਂਕਿ ਅਕਸਰ ਅਦਵਿੰਦਰ ਜੀ ਬਿਮਾਰੀ ਜਿਹੜੀ ਸਾਡੇ ਅੰਦਰ ਆਤਾ ਜਾਂਦੀ ਹੈ ਪਰ ਸਾਨੂੰ ਨਹੀਂ ਪਤਾ ਲੱਗਦਾ ਕਿ ਉਹ ਬਿਮਾਰੀ ਹੈ ਕੀ ਹੈ ਤੇ ਉਸ ਦਾ ਇਲਾਜ ਕੀ ਹੋ ਸਕਦਾ ਹੈ ਤੇ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ ਕਿ ਅੱਜ ਕੱਲ ਜਿਹੜਾ ਸਾਡੇ ਕੋਲੋਂ ਇੱਕ ਸਾਡੇ ਮਹਾਨ ਗੁਰੂ ਜੀ ਜਿਹਨੂੰ ਅਸੀਂ ਕਹਿ ਸਕਦੇ ਹਾਂ ਇੰਟਰਨੈਟ ਅਸੀਂ ਹਮੇਸ਼ਾ ਉਹਦੇ ਤੇ ਸਰਚ ਕਰ ਲੈਂਦੇ ਹਾਂ ਕਿ ਕਿਹੜੀ ਬਿਮਾਰੀ ਦਾ ਕੀ ਇਲਾਜ ਹੈ ਤੇ ਉਹਦੇ ਕੀ ਸਿੰਪਟਮਸ ਨੇ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੀ ਡਾਕਟਰ ਦੀ ਸਲਾਹ ਆ ਉਹੀ ਰਾਈਟ ਸਲਾਹ ਹੁੰਦੀ ਹੈ ਕਿਉਂਕਿ ਇੰਟਰਨੈਟ ਦੇ ਉੱਤੇ ਬਹੁਤ ਕੁਝ ਪਿਆ ਹੈ ਤੇ ਹਰ ਵੇਲੇ ਨੁਕਸਾਨ ਵੀ ਹੋ ਸਕਦਾ ਜੀ ਕਈ ਵਾਰ ਨਹੀਂ ਬਹੁਤੀ ਵਾਰੀ ਹੁੰਦਾ ਹੈ ਇਹਦਾ ਤੇ ਇਹ ਕਿਉਂ ਹੈ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਕਿਉਂ ਐਦਾਂ ਹੁੰਦਾ ਹੈ ਸੋ ਇਹ ਸਾਰੀਆਂ ਗੱਲਾਂ ਪਤਾ ਸੇ ਕਰ ਰਹੇ ਆ ਤ੍ਰਿਸ਼ਲਾ ਜੀ ਹੁਣ ਅੱਗੇ ਵਧਦੇ ਗੱਲ ਕਰਦੇ ਆ ਕਿ ਥੈਲੇਸੀਮੀਆ ਪਤਾ ਲੱਗ ਗਿਆ ਕਿ ਇਹ ਬਿਮਾਰੀ ਕਿਵੇਂ ਹੁੰਦੀ ਹੈ ਹੁਣ ਇਸ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ ਅ ਇੱਕ ਦੋ ਰਸਤੇ ਇੱਕ ਤੇ ਐਚਬੀਓ ਟੈਸਟ ਵਿਆਹ ਤੋਂ ਪਹਿਲਾਂ ਜੇ ਆਪਾਂ ਕਰਵਾ ਲਈਏ ਠੀਕ ਹੈ ਉਬਚਾ ਹੋਈ ਗਈ ਨਹੀਂ ਥੈਲਸੈਮਿਕ ਠੀਕ ਹੈ ਦੂਸਰਾ ਰਸਤਾ ਜੇ ਹੋ ਗਿਆ ਤੇ ਉਹਦਾ ਬੀਐਮਟੀ ਬੋਨ ਮੈਰੋ ਟ੍ਰਾਂਸਪਲੈਂਟ ਹੋ ਜਵੇ ਬਟ ਉਹਦੀ ਕੋਸਟਿੰਗ ਇੰਨੀ ਕਿ ਹਰ ਕੋਈ ਅਫੋਰਡ ਨਹੀਂ ਕਰ ਪਾਰ ਰਿਹਾ ਉਹ ਹੁੰਦਾ ਪੰਜਾਬ ਵਿੱਚ ਲੁਧਿਆਣਾ ਕਰ ਰਿਹਾ ਹੈ ਸੀਐਮਸੀ ਡੀਐਮਸੀ ਚੰਡੀਗੜ੍ਹ ਕਰ ਰਿਹਾ ਜਾਂ ਦਿੱਲੀ ਵੱਡੇ ਸ਼ਹਿਰਾਂ ਚ ਹੁੰਦਾ ਵਿਲੌਰ ਤੇ ਇਹਦੇ ਵਿੱਚ ਕਈ ਹਸਪੀਟਲਸ ਨੂੰ ਗਵਰਨਮੈਂਟ ਗ੍ਰਾਂਟ ਵੀ ਆਂਦੀ ਹੈ ਜਾਂ ਕਈਆਂ ਨੂੰ ਨਹੀਂ ਵੀ ਆਂਦੀ ਜੇ ਅਦੀ ਕੋਸਟਿੰਗ 25 ਲੱਖ ਤੱਕ ਪੈ ਜਾਂਦੀ ਹੈ ਜਾਂ ਕਈ ਹਸਪਤਾਲ 10 ਚ ਵੀ ਕਰ ਰਿਹਾ 12 ਹਰ ਇੱਕ ਤੇ ਅਲੱਗ-ਅਲੱਗ ਕੋਸਟਿੰਗ ਹੈ ਜੇ ਕੰਪਲਿਕੀਸ਼ਨ ਆ ਜਾਣ ਉਹਨੇ ਪੈਸੇ ਵੱਧ ਜਾਣਗੇ ਤੇ ਉਹ ਹਰ ਕਿਸੇ ਦੇ ਬਸਤਾ ਵੀ ਨਹੀਂ ਹੈਗਾ ਕਿਉਂਕਿ ਜੇ ਹਰੇ ਕੋ ਇਨਾ ਅਫੋਰਡ ਹੁੰਦਾ ਹੁੰਦਾ ਤਾਂ ਕਿਉਂ ਨਾ ਕੋਈ ਕਰਾਂਦਾ ਫਿਰ ਦੂਸਰਾ ਰੀਜ਼ਨ ਹੋਇੰਦਾ ਕਿ ਜਦ ਤੁਹਾਡੇ ਭੈਣ ਭਰਾ ਨਾਲ ਮੈਚ ਹੈ ਜੇ ਭੈਣ ਭਰਾਣਾ ਬਹੁਤ ਰੀਅਰ ਬੱਚਿਆਂ ਦਾ ਮੈਚ ਹੁੰਦਾ ਕਿ ਉਹਨਾਂ ਦਾ ਐਚਐਲਏ ਪ੍ਰੋਪਰ ਮੈਚ ਹੈ ਤੇ ਆਪਾਂ ਕਰਾ ਸਕਦੇ ਆ ਜੇ ਬਾਰੋ ਵੀ ਡੋਨਰ ਦੇਖਦੇ ਤੇ ਉਹਦੇ ਰਜਿਸਟਰੀ ਦੀ 8 8 10 10 ਲੱਖ ਰੁਪਏ ਲੈ ਲੰਦੀਆਂ ਕਿ ਉਹ ਹਰ ਇੱਕ ਤੋਂ ਅਫੋਰਡ ਤੋਂ ਬਾਹਰ ਹੋ ਜਾਂਦਾ ਅੱਛਾ ਤੇ ਜਿਹੜੇ ਡੋਨਰਸ ਤੁਸੀਂ ਕਹਿ ਰਹੇ ਹੋ ਕਿ 8 ਤੋਂ 10 ਲੱਖ ਦਾ ਖਰਚਾ ਜਿਹੜਾ ਇੱਕ ਡੋਨਰ ਦਾ ਆ ਜਾਂਦਾ ਤੇ ਉਹ ਡੋਨਰ ਸਾਨੂੰ ਕਿੱਦਾਂ ਪਤਾ ਲੱਗਦਾ ਹੈ ਕਿ ਸਾਨੂੰ ਕਿੰਨੇ ਟਾਈਮ ਵਾਸਤੇ ਉਹ ਚਾਹੀਦਾ ਹੈ ਕਿਉਂਕਿ ਜਿਵੇਂ ਕਿ ਤੁਸੀਂ ਦੱਸਿਆ ਕਿ 3 ਤੋਂ ਲੈ ਕੇ 30 ਸਾਲ ਦੇ ਪੇਸ਼ੈਂਟ ਤੁਸੀਂ ਦੇਖ ਰਹੇ ਹੋ ਇਸ ਵੇਲੇ ਮੋਸਟਲੀ ਜਿਹੜਾ ਬੀਐਮਟੀ ਹੁੰਦਾ ਨਾ ਉਹ 12 ਤੋਂ 15 ਸਾਲ ਦੇ ਵਿੱਚ ਵਿੱਚ ਕਰਦੇ ਹੈ ਕਈ ਹਸਪੀਟਲਸ ਵੱਡੇ ਏਚ ਵੀ ਕਰਦੇ ਹੈ ਪਰ ਜਿਹੜਾ ਥੈਲਾਸੀਮੀਆ ਲਈ ਉਹ ਕਹੋਗੇ ਕਿ ਜਿੰਨਾ ਜਲਦੀ ਹੋ ਜਾਵੇ ਉਹ ਓਨਾ ਬੈਟਰ ਹੈ ਤੇ ਇਸ ਕਰਕੇ ਮਤਲਬ ਡਾਕਟਰ ਪ੍ਰੈਫਰ ਕਰਦੇ ਕਿ ਜਿੰਨਾ ਜਲਦੀ ਹੋ ਜਵੇ ਆਇਰਨ ਨਾ ਵਧਿਆ ਹੋਵੇ ਬਾਡੀ ਚ ਨਾ ਕਿਉਂਕਿ ਜੇ ਆਪਾਂ ਜਾਈਏ ਇੱਕਦਮ ਤਾਂ ਸਾਡਾ ਬੀਐਮਟੀ ਕਰੂਗੇ ਨਾ ਉਸ ਤੋਂ ਪਹਿਲਾਂ ਮੈਡੀਸਿਨਸ ਪ੍ਰੋਪਰ ਆਇਰਨ ਘਟਾਣਗੇ ਹਰ ਚੀਜ਼ ਦੇਖ ਕੇ ਜਿੰਦਰੋ ਬੱਚਾ ਪ੍ਰੋਪਰ ਉਸ ਜਗ੍ਹਾ ਤੇ ਨਹੀਂ ਆ ਜਾਂਦਾ ਕੰਡੀਸ਼ਨ ਚ ਕੀ ਉਹਦਾ ਬੀਐਮਟੀ ਹੋਸਾ ਉਹਨੀ ਦਿਨ ਬੀਐਮਟੀ ਵੀ ਡਿਲੇ ਹੁੰਦਾ ਰਹਿੰਦਾ ਹੈ ਫਿਰ ਇਸ ਕਰਕੇ ਜਿੰਨੀ ਜਲਦੀ ਇਹ ਚ ਕਰਾ ਲਓ ਵਧੀਆ ਰਹੇਗਾ ਮੈਮ ਗੱਲ ਕੀਤੀ ਜਾਵੇ ਮਰੀਜ਼ਾਂ ਦੀ ਜੀ ਪੰਜਾਬ ਦੇ ਵਿੱਚ ਕਿੰਨੇ ਕੁ ਗਿਣਤੀਆਂ ਮਰੀਜ਼ਾਂ ਦੀ ਇਸ ਬਿਮਾਰੀ ਦੇ ਨਾਲ 4 ਤੋਂ 5000 ਪੇਸ਼ੈਂਟ ਹੈਗੇ ਨੇ ਥੈਲਾਸੀਮੀਆ ਦੇ ਤੇ ਜ਼ਿਆਦਾਤਰ ਨੌਜਵਾਨ ਬ ਕਿਸ ਕਿਸ ਨੂੰ ਜ਼ਿਆਦਾ ਹੈ ਜਿਹੜੀ ਬਿਮਾਰੀ ਲੱਗਦੀ ਹੈ ਹਾਲੇ ਤਾਂ ਮੇਰੇ ਕੋਲ ਤਾਂ ਜਿਹੜੇ 21 ਮੇਰੇ ਕੋਲ 21 ਬੱਚੇ ਅਡਾਪਟਡ ਨੇ ਜਿਨ੍ਹਾਂ ਦਾ ਬਲੱਡ ਟ੍ਰਾਂਸਫਿਊਜ਼ਨ ਸਾਰਾ ਕੁਝ ਮੈਂ ਦੇਖਦੀ ਆ ਉਹਦੇ ਤੋਂ ਅਲਾਵਾ ਜਿਹੜੇ ਕੁਝ ਬੱਚੇ ਬਚਪਨ ਤੋਂ ਜ਼ਿਆਦਾ ਟ੍ਰੀਟਮੈਂਟ ਲੁਧਿਆਣਾ ਚੰਡੀਗੜ੍ਹ ਜਾਂਦੇ ਨੇ ਤੇ ਬਾਕੀ ਹੋਰ ਸ਼ਹਿਰਾਂ 'ਚ ਵੀ ਨੇ ਤੇ ਉਹ ਅਲੱਗ-ਅਲੱਗ ਸ਼ਹਿਰਾਂ 'ਚ ਬੜਾ ਮੈਨੂੰ ਜ਼ਿਆਦਾ ਇੰਨਾ ਪਤਾ ਨਹੀਂ ਹੈ ਕਿ ਜਿਹੜੀ ਜਿਹੜੀ ਸਿਟੀ ਪਰ ਜਲੰਧਰ 'ਚ ਮੇਰੇ ਕੋਲ 22 ਬੱਚੇ ਆਉਂਦੇ ਨੇ ਤੇ ਇਹਨਾਂ ਦੀ ਏਜ ਜਿਹੜੀ ਹੈ 3 ਤੋਂ 25 ਸਾਲ 3 ਤੋਂ 30 ਸਾਲ ਆ ਸੌਰੀ ਤੇ ਲੁਧਿਆਣਾ 'ਇਤੋਂ ਉੱਥੇ ਜ਼ਿਆਦਾ ਬੱਚੇ ਨੇ ਹੂੰ ਤੇਜ ਵੈਰੀ ਕਰਦੀ ਹੈ ਕਿ ਤੁਸੀਂ ਬਲੱਡ ਕਿੱਦਾਂ ਦੇ ਰਹੇ ਹੋ ਪ੍ਰੋਪਰ ਟਾਈਮ ਸਰ ਮਿਲ ਰਿਹਾ ਹਰ ਚੀਜ਼ ਪ੍ਰੋਪਰ ਮੈਡੀਸਨ ਚੱਲ ਰਹੀ ਹੈ ਹਾਂ ਹਾਂ ਤੇ ਏਜ ਫਿਰ ਸਾਡੇ ਬਰਾਬਰ ਹੈ ਜੇ ਆਪਾਂ ਨਾਲ ਪ੍ਰੋਪਰ ਕੇਅਰ ਦੇਈ ਹੈ ਤੇ ਪ੍ਰੋਪਰ ਟਰੀਟਮੈਂਟ ਮਿਲੇ ਜੀ ਤੇ ਜਿਹੜੇ ਬੱਚੇ ਹੁਣ ਤੁਸੀਂ ਅਡਾਪਟ ਕੀਤੇ ਹੋਏ ਨੇ ਉਹਨਾਂ ਦੇ ਲਈ ਕੋਈ ਤੁਸੀਂ ਅਲੱਗ ਤੋਂ ਬਿਲਡਿੰਗ ਬਣਾਈ ਹੋਈ ਹੈ ਜਾਂ ਕੋਈ ਤੁਸੀਂ ਇਦਾਂ ਟੈਂਟਡ ਹਾਊਸ ਲਿਆ ਹੋਇਆ ਹੈ ਜਾਂ ਫਿਰ ਆਪਣੇ ਆਪਣੇ ਘਰ ਹੀ ਨੇ ਬੱਚੇ ਉਹ ਨਹੀਂ ਉਹ ਬੱਚੇ ਆਪਣੇ ਘਰ ਹੀ ਰਹਿੰਦੇ ਨੇ ਸਿਰਫ ਮੇਰੇ ਕੋਲ ਟ੍ਰਾਂਸਫਿਊਜ਼ਨ ਹੀ ਅਡਾਪਟਡ ਹੈ ਕਿ ਉਹਨਾਂ ਦਾ ਬਲੱਡ ਮੈਂ ਅਰੇਂਜ ਕਰਨਾ ਉਹਨਾਂ ਨੂੰ ਮੈਡੀਸਨ ਮੈਂ ਪ੍ਰੋਵਾਈਡ ਕਰਨੀ ਹੈ ਤੇ ਹੋਰ ਜਿਹੜੇ ਟੈਸਟਸ ਐ ਟੈਸਟ ਹੁੰਦੇ ਬਲੱਡ ਟੈਸਟ ਵਗੈਰਾ ਉਹਨਾਂ ਦਾ ਖਰਚਾ ਦੇਖਦੀਆਂ ਮੈਂ ਤੇ ਜੇ ਚੰਡੀਗੜ੍ਹ ਲੁਧਿਆਣਾ ਸੌਰੀ ਦਿੱਲੀ ਟੈਸਟ ਕਰਵਾਉਣ ਜਾਣੇ ਮੈਂ ਉਹਨਾਂ ਦਾ ਦੇਖਦੀਆਂ ਕਿ ਕੋਈ ਮਤਲਬ ਉਹਨਾਂ ਨੂੰ ਡੋਨਰ ਲੱਭ ਜਿਹੜੇ ਨਹੀਂ ਅਫੋਰਡ ਕਰ ਪਾ ਰਹੇ ਤੇ ਉਹਨਾਂ ਨੂੰ ਡਾਇਰੈਕਟ ਭਾਵੇਂ ਪੇਮੈਂਟ ਕਰ ਦਿੰਨੇ ਆ ਸਿੱਧਾ ਹਸਪੀਟਲ ਤੇ ਅਕਾਊਂਟ ਚ ਕਰ ਦਨ ਉਹ ਉਹਨਾਂ ਤੇ ਡਿਪੈਂਡ ਕਰਦਾ ਤੇ ਜਿਹੜਾ ਜਲੰਧਰ ਸਾਨੂੰ ਹਸਪੀਟਲ ਮਿਲਿਆ ਉਹਨਾਂ ਨੇ ਸਾਨੂੰ ਫ੍ਰੀ ਆਫ ਕੋਸਟ ਮਤਲਬ ਰੂਮ ਦਿੱਤੇ ਹੋਏ ਨੇ ਤੇ ਨਰਸਿਸ ਫੈਸਿਲਿਟੀ ਨੇ ਬਾਕੀ ਸਮਾਨ ਆਪਾਂ ਬਾਈ ਕਰ ਲਈਦਾ ਸਾਰਾ ਉਹ ਸਾਨੂੰ ਕੋਈ ਨਾ ਕੋ ਹਮ ਤੇ ਕਿਉਂਕਿ ਜੇ ਆਪਾਂ ਟੈਸਟ ਵੀ ਕਰਾਈਏ ਤੇ ਬਲੱਡ ਟੈਸਟ ਹੀ 4 ਤੋਂ 5000 ਦੇ ਨੇ ਜਿਹੜੇ ਕਿ ਹਰ ਕੋਈ ਅਫੋਰਡ ਨਹੀਂ ਕਰ ਪਾਂਦਾ ਦੇਖੋ ਸਾਰੇ ਵੈਲ ਟੂ डू ਫੈਮਲੀਆਂ ਦੇ ਨਹੀਂ ਨੇ ਮੇਰੇ ਕੋਈ ਕਈ ਐਸੇ ਬੱਚੇ ਵੀ ਆ ਜਨਾਂ ਦੀ ਮੈਡੀਸਨ ਜਾਂ ਕੋਈ ਵੀ ਚੀਜ਼ ਲਈ ਉਹਨਾਂ ਨੂੰ ਪੇ ਕਰਨਾ ਪੈਂਦਾ ਸਾਨੂੰ ਤੇ ਮੈਂ ਚਾਹੁੰਦੀ ਉਹਨਾਂ ਵਾਸਤੇ ਵੀ ਹੈਲਪ ਹੋ ਜਵੇ ਤਾਂ ਬਹੁਤ ਵਧੀਆ ਕਿਉਂਕਿ 21 ਵਿੱਚੋਂ ਕੁਝ ਬੱਚੇ ਐਧਰ ਇਹ ਨੇ ਜਿਹੜੇ ਬਹੁਤ ਪੂਰ ਫੈਮਲੀ ਤੋਂ ਜਨਾਂ ਰੋਟੀ ਦਾ ਗੁਜ਼ਾਰਾ ਵੀ ਕਈ ਵਾਰੀ ਮਤਲਬ ਰਾਸ਼ ਨੂੰ ਦਾ ਇਹ ਕਰਕੇ ਦੇਈਦਾ ਤੇ ਇਸ ਕਰਕੇ ਮੇਰੇ ਕੋਲ ਜਿਹੜੇ ਬੱਚੇ ਨੇ ਉਹਨਾਂ ਦਾ ਪ੍ਰੋਪਰ ਨਹੀਂ ਹੈਗਾ ਹਲੇ ਤੇ ਕਿਉਂਕਿ ਜਿਹੜੀ ਸਕੈਨ ਡਾਕਟਰ ਲੈ ਕੇ ਹੁੰਦੇ ਦਿੱਲੀ ਤੋਂ ਹੁੰਦੀ ਹੈ ਉਹੀ 7 ਤੋਂ 8000 ਦੀ ਹੈ ਤੇ ਮਹੀਨੇ ਦਾ ਕਿੰਨਾ ਕ ਖਰਚਾ ਆ ਜਾਂਦਾ ਹੈ ਪਰ ਪੇਸ਼ੈਂਟ ਦਾ ਜੇ ਆਪਾਂ ਹਰ ਮਹੀਨੇ ਹਾਰ ਟੈਸਟ ਨਹੀਂ ਮੈਂ ਕਰਵਾਂਦੀ ਸੀਬੀਸੀ ਹੁੰਦੀ ਹੈ ਯਾ ਪੀਬੀਐਫ ਦੋ ਤਿੰਨ ਟੈਸਟ ਹੈਗੇ ਆ ਤੇ ਜੇ ਆਪਾਂ ਬਾਕੀ ਫਿਲਟਰਸ ਵਗੈਰਾ ਮੈਡੀਸਨ ਦਾ ਦੇਖੀਏ ਕਿਉਂਕਿ ਫਿਲਟਰਸ ਗਵਰਨਮੈਂਟ ਵੱਲੋਂ ਫਰੀ ਹੋਈ ਮੈਡੀਸਨ ਬਟ ਜਿਹੜੀ ਪਹਿਲਾਂ ਸੀਗੀ ਉਹ ਤੋਂ ਚੇਂਜ ਹੋ ਕੇ ਆਈ ਤੇ ਉਹ ਬੱਚੇ ਨੂੰ ਸੈਟ ਨਹੀਂ ਬੈਠ ਰਹੀ ਤੇ ਇਸ ਕਰਕੇ ਉਹ ਥੋੜੀ ਬਾਏ ਕਰਨੀ ਪੈਂਦੀ ਆ ਸਾਨੂੰ ਤੇ ਇੱਕ ਬੱਚੇ ਦਾ ਵੀ ਆਪਾਂ ਜਲਾਈ ਹੈ ਜੇ ਉਹਨੂੰ ਤਿੰਨ ਟੈਬਲੇਟਸ ਵੀ ਮਿਲ ਰਹੀਆਂ 300 ਦਾ ਪਤਲਾ ਪੱਤਾ ਵਾ ਜਿਹੜਾ ਤਿੰਨ ਮਤਲਬ ਦਾ ਟੈਬਲੇਟਸ ਹੁੰਦੀਆਂ ਤੇ ਮਤਲਬ 5 ਤੋਂ 7000 ਜੇ ਪ੍ਰੋਪਰ ਆਪਾਂ ਦੇਖੀਏ ਤੇ ਖਰਚਾ ਆਏਗਾ ਮੈਡੀਸਨ ਤੇ ਫਿਲਟਰਸ ਤੇ ਤੇ ਉੱਤੇ ਮੈਮ ਤੁਸੀਂ ਗੱਲ ਕੀਤੀ ਕਿ ਬਲੱਡ ਵਗੈਰਾ ਦਵਾਈਆਂ ਸਾਰਾ ਕੁਝ ਤੁਹਾਨੂੰ ਅਰੇਂਜ ਕਰਨਾ ਪੈਂਦਾ ਜਿਹੜਾ ਬਲੱਡ ਹੈ ਇਹ ਕਿਵੇਂ ਅਰੇਂਜ ਕਰਦੇ ਹੋ ਅ ਕਈ ਵਾਰ ਤਾਂ ਕੁਝ ਲੋਕ ਜੁੜੇ ਨੇ ਜਿਹੜੇ ਐਨ ਜੀਓਸ ਲਗ ਲਗ ਜੁੜੀਆਂ ਨੇ ਬਲੱਡਲੀ ਵਰਕ ਕਰ ਰਹੀਆਂ ਉਹਨਾਂ ਥਰੂ ਉਹ ਨੰਬਰ ਦੇ ਦਿੰਦੇ ਆ ਉਹ ਕਹਿ ਦਿੰਦੇ ਮੈਂ ਪੋਸਟ ਪਾ ਦਿੰਦੀ ਆ ਫੇਸਬੁੱਕ ਤੇ ਫੇਸਬੁੱਕ ਤੇ ਲੋਕ ਜੁੜਦੇ ਨੇ ਕਈ ਲੋਕ ਫੇਸਬੁੱਕ ਤੋਂ ਜੁੜੇ ਆ ਕਈ ਗਰੁੱਪਸ ਚੱਲ ਰਹੇ ਆ ਫੇਸਬੁੱਕ ਤੇ ਉਹਨਾਂ ਥਰੂ ਜੁੜੇ ਆ ਤੇ ਕੁਝ ਲੋਕ ਜਿਹੜੇ ਹੈਗੇ ਨੇ ਮੇਰੇ ਕੋਲ ਕੋਈ ਨਾ ਕੋਈ ਪ੍ਰੋਵਾਈਡ ਕਰਦੇ ਆ ਮੈਂ ਜਿੱਦਾਂ ਪੋਸਟ ਪਾਈਏ ਉੱਤੇ ਕਮੈਂਟ ਕਰਕੇ ਆ ਇਸ ਤਰੀਕੇ ਨਾਲ ਲੋਕ ਛੁੱਟਦੇ ਮਤਲਬ ਕੋਈ ਪੱਕੀ ਸੰਸਥਾ ਦੇ ਨਾਲ ਤੁਹਾਡਾ ਹਲੇ ਟਾਈ ਅਪ ਨਹੀਂ ਹੋਇਆ ਅ ਪਹਿਲਾਂ ਸੀਗੀ ਸੰਸਥਾ ਬਟ ਹੁਣ ਆਪਾਂ ਵਰਕ ਸਾਰੇ ਲਾਂਘਲਾ ਕਰ ਰਹੇ ਹਾਂ ਅੱਛਾ ਤੇ ਕੋਈ ਪੱਕਾ ਡੋਨਰ ਨਹੀਂ ਹੈਗਾ ਕਿ ਜਿਹੜਾ ਤੁਹਾਨੂੰ ਹਰ ਵਾਰ ਰੈਗੂਲਰਲੀ ਬਲੱਡ ਦੇ ਸਕੇ ਹੁਣ ਜਿੱਦਾਂ ਲੋਕ ਜੁੜ ਰਹੇ ਨੇ ਨਵੇਂ-ਨਵੇਂ ਉਹ ਹੁਣ ਕਹਿੰਦੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ 3 ਮਹੀਨੇ ਬਾਅਦ ਕਾਲ ਕਰ ਲਿਓ ਤੇ 3 ਮਹੀਨੇ ਬਾਅਦ ਜਿਹਦਾ ਬਲਾਵਾ ਆ ਜਾਂਦੇ ਨੇ ਲੋਕ ਅੱਛਾ ਇਸ ਤਰੀਕੇ ਨਾਲ ਉਹਨਾਂ ਨੂੰ ਜਿੱਦਾਂ ਹੁਣ ਪਤਾ ਲੱਗ ਰਿਹਾ 3 ਮਹੀਨੇ ਬਾਅਦ ਕਈ ਤਾਂ ਰੈਗੂਲਰ ਜੁੜ ਗਏ ਜਿਹਦਾ ਮਨਦੀਪ ਦਾ ਤੁਹਾਨੂੰ ਬਤਾ ਮਨਦੀਪ 3 ਮਹੀਨੇ ਬਾਅਦ ਆ ਕੇ ਆਪਣਾ ਬਲੱਡ ਉਹਨੂੰ ਮੈਂ ਕਾਲ ਕਰਦੀ ਹਾਂ ਉਹ ਆ ਜਾਂਦਾ ਵਾ ਤੇ ਉਹਨੂੰ ਜਿਹੜਾ ਮੈਂ ਕਹਾ ਬਲਡ ਡੋਨਰ ਦਾ ਉਹ ਫਰੈਂਡਸ ਵੀ ਉਹਦੇ ਆਂਦੇ ਕਈ ਇਸ ਤਰ੍ਹਾਂ ਲੋਕ ਜੁੜ ਰਹੇ ਨੇ ਮੈਂ ਜੀ ਤੇ ਮੋਸਟਲੀ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਅਸੀਂ ਜੇ ਬਲੱਡ ਨੀ ਹੋਏਗੀ ਬਲੱਡ ਡੋਨੇਟ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਇਹ ਕਿੰਨਾ ਕੁ ਸੱਚ ਹੈ ਤੇ ਜੇਕਰ ਤੁਸੀਂ ਬਲੱਡ ਡੋਨੇਟ ਕਰਦੇ ਹੋ ਤੇ ਉਹ ਕਿੰਨੀ ਦੇਰ ਦੇ ਵਿੱਚ ਰਿਕਵਰੀ ਹੋ ਜਾਂਦੀ ਹੈ ਮੈਂ ਵੀ ਬਲੱਡ ਡੋਨੇਟ ਕਰਦੀ ਆ ਮੈਨੂੰ ਅੱਜ ਸੱਚ ਕੱਦੀ ਵੀ ਕੋਈ ਦਿੱਕਤ ਨਹੀਂ ਆਈ ਮੈਂ ਹਰ 3 ਮਹੀਨੇ ਬਾਅਦ ਜਾਂ 4 ਮਹੀਨੇ ਬਾਅਦ ਕਰ ਦਿੰਦੀ ਆ ਬਲੱਡ ਡੋਨੇਟ ਜੇ ਬਲੱਡ ਨਹੀਂ ਦੇ ਹੋਇਆ ਤਾਂ ਸੈੱਲ ਦੇ ਦਿੰਦਾ ਮੈਨੂੰ ਅੱਜ ਤੱਕਰ ਕੋਈ ਦਿੱਕਤ ਨਹੀਂ ਆ ਕਿਉਂਕਿ ਬਲੱਡ 24 ਘੰਟੇ ਤੁਹਾਡਾ ਰਿਕਵਰ ਹੋ ਜਾਂਦਾ ਮੈਂ ਇਹ ਲੋਕਾਂ ਦਾ ਵਹਿਮ ਹੈ ਕਿ ਹਾਂ ਆਪਾਂ ਨੂੰ ਕੋਈ ਚੱਕਰ ਆਊਗਾ ਆਪਾਂ ਬਿਮਾਰ ਹੋ ਜਾਈਏ ਇਦਾਂ ਦਾ ਕੁਝ ਐਸਾ ਚ ਕੋਈ ਨਹੀਂ ਹੈਗਾ ਸਿਰਫ ਆਪਾਂ ਇੱਕ ਮਿਥ ਕਹਾਂਗੇ ਕਿ ਇਹ ਹੈਗਾ ਵੈ ਬਟ ਇਦਾਂ ਦਾ ਕੁਝ ਨਹੀਂ ਹੈ ਤੇ ਕਿੰਨੀ ਦੇਰ ਦੇ ਵਿੱਚ ਰਿਕਵਰੀ ਹੋ ਜਾਂਦੀ ਹੈ ਵੈਸੇ ਤਾਂ 24 ਘੰਟੇ ਤੁਹਾਡਾ ਬਲੱਡ ਪ੍ਰੋਪਰ ਹੋ ਜਾਂਦਾ ਹਰ ਚੀਜ਼ ਪ੍ਰੋਪਰ ਹੋ ਜੇ ਬੋਡੀ ਚ ਜੀ ਤੇ ਤੁਹਾਡੇ ਨਾਲ ਮੈਮ ਕੋਈ ਹੋਰ ਵੀ ਤੁਹਾਡੇ ਨਾਲ ਕੰਮ ਕਰਦਾ ਹੈ ਜਾਂ ਤੁਸੀਂ ਕਰ ਲਿਓ ਨਹੀਂ ਮੇਰੇ ਨਾਲ ਹੋਰ ਲੋਕ ਜੁੜੇ ਹੋਏ ਨੇ ਬਟ ਉਹ ਅਲੱਗ-ਅਲੱਗ ਐਨ ਜੀਓਸ ਤੋਂ ਹੈ ਜੀ ਉਹ ਤਾਂ ਹੁਣ ਜੁੜੇ ਨੇ ਹਾਂਜੀ ਤੇ ਪੇਰੈਂਟਸ ਦਾ ਕੀ ਸਪੋਰਟ ਰਹਿੰਦਾ ਕਿਉਂਕਿ ਜਿਨ੍ਹਾਂ ਦੇ ਤੁਸੀਂ ਘਰੇ ਜਾਂਦੇ ਹੋ ਜਿਨ੍ਹਾਂ ਦੇ ਬੱਚਿਆਂ ਨੂੰ ਟ੍ਰੀਟ ਕਰ ਰਹੇ ਹੋ ਤੇ ਉਹਨਾਂ ਦਾ ਕਿੱਦਾਂ ਦਾ ਸਪੋਰਟ ਰਹਿੰਦਾ ਅਰ ਪੇਰੈਂਟਸ ਆਰੇ سپورਟਿਵ ਨੇ ਕਿ ਮਤਲਬ ਜਿੱਦਾਂ ਬਲੱਡ ਲਗਵਾਨ ਆਂਦੇ ਨੇ ਤੇ ਜਿੱਦਾਂ ਉਹਨਾਂ ਨੂੰ ਉਦਾਂ ਅਦਰਵਾਇਜ਼ ਹੋਰ ਵੀ ਹੈਲਪ ਕੀ ਜਾਣ ਚਾਹੀਦੀ ਹੁੰਦੀ ਤੇ ਉਹ ਮੈਂ ਕਰ ਦਿੰਦੀ ਆ ਜੀ ਤੇ ਕਦੇ ਇਦਾਂ ਨਹੀਂ ਲੱਗਿਆ ਕਿ ਪੇਰੈਂਟਸ ਇਰੀਟੇਟ ਕਰ ਰਹੇ ਨੇ ਜਾਂ ਕਿਉਂਕਿ ਬੱਚੇ ਦਾ ਸਵਾਲ ਹੋ ਜਾਂਦਾ ਨਾ ਬੱਚੇ ਨੂੰ ਲੈ ਕੇ ਹਰ ਵਾਰੀ ਪੇਰੈਂਟਸ ਜਿਹੜੇ ਥੋੜੇ ਜੇ ਤਾਂ ਕੌਂਸ਼ੀਅਸ ਹੋ ਜਾਂਦੇ ਆ ਤੇ ਕਦੇ ਉਹਨਾਂ ਦਾ ਰਿਐਕਸ਼ਨ ਇਦਾਂ ਦਾ ਆਇਆ ਹੋਵੇ ਜਿੱਥੇ ਤੁਹਾਨੂੰ ਗੁੱਸਾ ਲੱਗਿਆ ਹੋਵੇ ਤੇ ਤੁਹਾਨੂੰ ਲੱਗਿਆ ਹੋਵੇ ਕਿ ਮੈਂ ਸੇਵਾ ਕਰ ਰਹੀ ਆ ਤੇ ਉਲਟਾ ਮੈਨੂੰ ਸੁਣਨ ਦੇ ਵਿੱਚ ਆ ਰਿਹਾ ਕਈ ਵਾਰੀ ਇਦਾਂ ਹੁੰਦਾ ਹੈ ਤੇ ਫਿਰ ਬ ਰਹੀ ਮਰਚੀਆਂ ਉਸਤੇ ਕਰ ਰਹੀ ਹੈ ਤੇ ਫਿਰ ਉਹ ਬੋਲੀਆਂ ਕਿਸ ਤਰੀਕੇ ਦਾ ਰਿਐਕਸ਼ਨ ਆਉਂਦਾ ਹੈ ਪੇਰੈਂਟਸ ਵੱਲੋਂ ਨਹੀਂ ਫਿਰ ਵੀ ਅਸੀਂ ਜਾਨਣਾ ਚਾਹਾਂਗੇ ਕਿਉਂਕਿ ਤੁਸੀਂ ਸੇਵਾ ਕਰ ਰਹੇ ਹੋ ਹਾਂਜੀ ਟੈਸਟ ਲਈ ਕਈ ਜਾਨੇ ਨਹੀਂ ਅਫੋਰਡ ਕਰ ਪਾਉਂਦੇ ਜਾਂ ਕਈ ਨਹੀਂ ਕਰਵਾਉਣਾ ਕਹਿੰਦੇ ਕਈ ਕਹੋਗੇ ਕਿ ਨਹੀਂ ਹਾਲ ਅਸੇ ਹਲੇ ਨਹੀਂ ਕਰਵਾਉਣਾ ਫਿਰ ਮੈਂ ਇਰਿਟੇਟ ਹੋ ਜਾਂਦੀ ਕਿ ਕਿਉਂ ਨਹੀਂ ਕਰਵਾਉਣਾ ਜੇ ਫੈਸਿਲਿਟੀ ਮਤਲਬ ਉਹਨਾਂ ਦੀ ਅੰਗਲੀ ਕਰਕੇ ਮੈਨੂੰ ਖੇਜ ਜਾਂਦੀ ਕਈ ਵਾਰੀ ਅੱਛਾ ਮਤਲਬ ਇਹ ਹੋ ਜਾਂਦਾ ਕਿਉਂਕਿ ਦੇਖੋ ਆਪ ਅਡਾਪਟ ਕੀਤੇ ਹੋਏ ਨੇ ਬੱਚੇ ਤੇ ਬੱਚਿਆਂ ਨੂੰ ਲੈ ਕੇ ਮਤਲਬ ਮਾੜੀ ਮੋਟੀ ਵੀ ਨਿੱਕੀ ਮੋਟੀ ਵੀ ਅਦਰ ਉਦਰ ਗੱਲ ਪੂਜਾ ਜੀ ਇਹੀ ਸਵਾਲ ਕਰਨ ਲੱਗਾ ਸੀ ਕਿਉਂਕਿ ਆਪਾਂ ਕਿਸੇ ਨਾਲ 2 ਮਹੀਨੇ ਵੀ ਰਹਿੰਦੇ ਆ ਨਾ ਤਾਂ ਸਾਡੀ ਅਟੈਚਮੈਂਟ ਜੁੜ ਜਾਂਦੀ ਹੈ ਜੀ ਕਦੀ ਇਸ ਤਰ੍ਹਾਂ ਹੋਇਆ ਕਿ ਬੱਚੇ ਨੂੰ ਦੇ ਕੇ ਭਾਵੁਕ ਹੋਏ ਹੋ ਕਈ ਵਾਰੀ ਹੋ ਜਾਂਦਾ ਹੈ ਕਿ ਮੈਂ ਪਿੱਛੇ ਸੈਮੀਨਾਰ ਕਰਾਇਆ ਸੀ 2 ਸਾਲ ਪਹਿਲਾਂ ਨਾ ਤੇ ਉਦੋਂ ਉਦੋਂ ਮਤਲਬ ਮੈਨੂੰ ਨਾ ਬੋਲਣ ਸ ਬੜੀ ਝਿਜਕ ਹੁੰਦੀ ਸੀ ਤੇ ਮੈਨੂੰ ਨਾ ਉਹਨਾਂ ਨੇ ਕਿਹਾ ਸਪੀਚ ਦਿਓ ਤੇ ਮੈਂ ਹੁਣ ਕੀ ਬੋਲਾਂ ਹੁਣ ਜਦ ਨਾਲ ਬੋਲਣ ਦੀਆਂ ਥੋੜਾ ਜਿਹਾ ਉਦੋਂ ਮੈਨੂੰ ਕਹਿੰਦੇ ਸਪੀਚ ਦਿਓ ਮੈਂ ਸਟੇਜ ਤੇ ਗਈ ਮੇਰੇ ਕੋ ਬੋਲੇ ਨਾ ਕੁਝ ਜਾਵੇ ਤੇ ਬੱਚੇ ਉਹਦਾ ਹੂਟਿੰਗ ਕਰਨ ਕਿ ਬੋਲੋ 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 ਉਹ ਬੜਾ ਇਮੋਸ਼ਨਲੀ ਹੋ ਗਿਆ ਸੀ ਕਿ ਕਿੰਨਾ ਕਰਦੇ ਆ ਬੱਚੇ ਜੀ ਜੀ ਤੇ ਹੁਣ ਅੱਗੇ ਕੋਈ ਪਲਾਨਸ ਹੈਗੇ ਨੇ ਜਾਂ ਕੁਝ ਕੈਂਪ ਵਗੈਰਾ ਤੁਸੀਂ ਲਗਾਉਣਾ ਚਾਹੁੰਦੇ ਹੋ ਜੀ ਆਪਾਂ ਹਰ ਮਹੀਨੇ ਉਹਦਾ ਬਲੱਡ ਕੈਂਪ ਆਰਗੇਨਾਈਜ਼ ਕਰਦੇ ਆ ਭਾਵੇਂ 30 ਯੂਨਿਟਸ ਦਾ ਹੀ ਹੋਵੇ ਬਟ ਕਰੀਦਾ ਤੇ ਹੁਣ ਆਪਾਂ 6 ਮਈ ਜਾਂ 7 ਮਈ ਨੂੰ ਨਾ ਥੈਲੇਸੀਮੀਆ ਡੇ 8 ਨੂੰ ਹੁੰਦਾ ਬਟ ਆਪਾਂ 6 ਜਾਂ 7 ਮਈ ਨੂੰ ਕੋਈ ਕੈਂਪ ਆ ਆਰਗੇਨਾਈਜ਼ ਕਰਨ ਦਾ ਸੋਚ ਰਹੇ ਆ ਜਿਹੜਾ ਕਿ ਮਤਲਬ ਥੈਲੇਸੀਮਿਕ ਬੱਚਿਆਂ ਲਈ ਹੋਏਗਾ ਜਾਂ ਉਹਨਾਂ ਲਈ ਦਿੱਲੀ ਦੇ ਡਾਕਟਰ ਆਣਗੇ ਜੋ ਸਾਨੂੰ ਪ੍ਰੋਪਰ ਥੈਲੇਸੀਮੀਆ ਬਾਰੇ ਆ ਕਿੱਦਾਂ ਮਤਲਬ ਅਗਰ ਬੀ ਐਮਟੀ ਕਰਾਉਣਾ ਕਿ ਹੈ ਸਾਰਾ ਸਮਝਾਣਗੇ ਜਿਹੜਾ ਬਲੱਡ ਨੇਸ਼ਨ ਕੈਂਪ ਹੋਏਗਾ ਦੋਨਾਂ ਚੋਂ ਇੱਕ ਦਿਨ ਆਪਾਂ ਕਰਾਂਗੇ ਤੇ ਵਧੀਆ ਕਰਨਾ ਚਾਹਾਂਗੇ ਕਿ ਵਧੀਆ ਹੋਵੇ ਤੇ ਲੋਕ ਜੁੜਨ ਉਹਦੇ ਨਾਲ ਸਾਡੇ ਨਾਲ ਤੇ ਜੇ ਬੱਚਿਆਂ ਦੇ ਕਿਸੇ ਤਰੀਕੇ ਟੈਸਟ ਵਗੈਰਾ ਚ ਹੈਲਪ ਹੋ ਜਾਏ ਤਾਂ ਸਾਨੂੰ ਬਹੁਤ ਬੈਨੀਫਿਟ ਹੋਏਗਾ ਕਿ ਬੱਚਿਆਂ ਨੂੰ ਪ੍ਰੋਪਰ ਟੈਸਟ ਹੋ ਕੇ ਅੱਗੇ ਟ੍ਰੀਟਮੈਂਟ ਮਿਲ ਰਿਹਾ ਹੈ ਤੇ ਤ੍ਰਿਸ਼ਲਾ ਜੀ ਹੁਣ ਸਾਡੇ ਕੋਲ ਸਮਾਂ ਥੋੜਾ ਰਹਿ ਗਿਆ ਹੈ ਤੇ ਅਸੀਂ ਜਾਂਦੇ ਜਾਂਦੇ ਜ਼ਰੂਰ ਤੁਹਾਨੂੰ ਕਹਿਣਾ ਚਾਹਾਂਗੇ ਕਿ ਦਰਸ਼ਕਾਂ ਨੂੰ ਕੋਈ ਨਾ ਕੋਈ ਮੈਸੇਜ ਜ਼ਰੂਰ ਦਿਓ ਤਾਂ ਕਿ ਤੁਹਾਡੇ ਨਾਲ ਲੋਕ ਜੋੜ ਸਕਣ ਅਗਰ ਲੱਗਦਾ ਹੈ ਕਿ ਅਗਰ ਕੋਈ ਕਰ ਸਕਦਾ ਹੈ ਸੇਵਾ ਕਰ ਸਕਦਾ ਹੈ ਯੋਗਦਾਨ ਪਾ ਸਕੇ ਮੈਂ ਚਾਹਨੀ ਹੈ ਕਿ ਸਾਰੇ ਜਾਣੇ ਬਲੱਡ ਡੋਨੇਟ ਕਰਨ ਬਲੱਡ ਡੋਨੇਟ ਕਰਨਾ ਕੋਈ ਨੁਕਸ ਜਿੱਦਾਂ ਸਾਨੂੰ ਹਰ ਚੀਜ਼ ਲਈ ਐ ਨਹੀਂ ਸੋਚਣਾ ਚਾਹੀਦਾ ਯਾਰ ਆਪਾਂ ਕੀ ਦਈਏ ਆਪਾਂ ਕੁਝ ਦੇ ਹੀ ਨਹੀਂ ਸਕਦੇ ਇੱਕ ਬਲੱਡ ਇਦਾਂ ਦੀ ਚੀਜ਼ ਜਿਹੜੀ ਸਾਡੇ ਆਪਣੇ ਅੰਦਰ ਬੰਦੀ ਹੈ ਤੇ ਪਲੀਜ਼ ਸਾਨੂੰ ਚਾਹੀਦਾ ਬਲੱਡ ਡੋਨੇਟ ਕਰੀਏ ਤੇ ਜੇ ਹੋ ਸਕਦਾ ਤੇ ਕੋਈ ਜੇ ਟੈਸਟ ਵਗੈਰਾ ਜਾਂ ਮੈਡੀਸਨ ਜਾਂ ਕਿਸੇ ਚੀਜ਼ ਦੀ ਵੀ ਬੱਚਿਆਂ ਲਈ ਹੈਲਪ ਕਰਨਾ ਚਾਹੁੰਦਾ ਜੇ ਦਿੱਲੀ ਤੋਂ ਟੈਸਟ ਕਰਾਉਣ ਦੀ ਹੈਲਪ ਕਰਨਾ ਚਾਹੀਦਾ ਤੇ ਪਲੀਜ਼ ਜ਼ਰੂਰ ਕੰਟੈਕਟ ਕਰੋ ਤੇ ਤੁਹਾਡੇ ਕਰਨ ਨਾਲ ਉਹਨਾਂ ਦੀ ਲਾਈਫ ਬਣੇਗੀ ਤੇ ਉਹਨਾਂ ਨੂੰ ਲਾਈਫ ਮਿਲੇਗੀ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਤ੍ਰਿਸ਼ਲਾ ਜੀ ਤੁਸੀਂ ਬਹੁਤ ਹੀ ਉਮੇ ਦਾ ਕੰਮ ਕਰ ਰਹੇ ਹੋ ਲੋਕਾਂ ਤੱਕ ਜਿਹੜੀ ਤੁਸੀਂ ਸੇਵਾ ਆਪਣੀ ਪਹੁੰਚਾ ਰਹੇ ਹੋ ਹਰ ਕਿਸੇ ਦੇ ਹਿੱਸੇ ਨਹੀਂ ਆਉਂਦੀ ਪਰ ਤੁਹਾਡੇ ਹਿੱਸੇ ਵੀ ਆਈ ਹੈ ਔਰ ਤੁਸੀਂ ਇਸ ਨੂੰ ਬਹੁਤ ਬਖੂਬੀ ਨਿਭਾ ਵੀ ਰਹੇ ਹੋ ਤੇ ਅੱਜ ਸਟੂਡੀਓ ਵਿੱਚ ਤੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ ਅਗਲੇ ਐਪੀਸੋਡ ਦੇ ਵਿੱਚ ਇੱਕ ਵਾਰ ਫਿਰ ਤੋਂ ਮੁਲਾਕਾਤ ਹੋਵੇਗੀ ਨਵੀਂ ਸ਼ਖਸੀਅਤ ਦੇ ਨਾਲ ਤੇ ਕੋਈ ਨਵੀਂ ਮਿਸਾਲ ਦੇ ਨਾਲ ਤੇ ਹੁਣ ਉਦੋਂ ਤੱਕ ਦੇ ਲਈ ਸਾਨੂੰ ਤੁਸੀਂ ਇਜਾਜ਼ਤ ਦਿਓ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮੰਡ ਜੀ ਨੂੰ ਸਾਡੇ ਦੋਹਾਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ